ਹਿਰਦੈਨ ਤੂ ਧਿਆਵੋ ਹਿਰਦੈਨ ਤੂ ਧਿਆਵੋ ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ ਗੁਰੂ ਅਰਜਨ ਬਿਘਨਨ ਕੇ ਨਾਸਕ ਬਿਘਨਨ ਕੇ ਨਾਸਕ ਹਰ ਗੋਬਿੰਦ ਸੁਭ ਮਤ ਪਰਕਾਸਕ ਸ੍ਰੀ ਹਰ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ ਸ੍ਰੀ ਹਰ ਕ੍ਰਿਸ਼ਨ ਮਨਾਏ ਬੋਰੀ ਤੇਗ ਬਹਾਦੁਰ ਪਰਮ ਕੇਰ ਪਾਲਾ ਵਾਹਿਗੁਰੂ ਪਰਮ ਕੇਰ ਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਬੇਸਾਲਾ ਤਰੋਂ ਤਰਾ ਪਰ ਪੁਨ ਪੁਨ ਸੀਸਾ ਵਾਹਿਗੁਰੂ ਪੁਨ ਪੁਨ ਸੀਸਾ ਬੰਦੋ ਬਾਰ ਬਾਰ ਜਗਦੀਸਾ ਜਿਸਮੈਂ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰਿ ਅਨੁਰਾਗ ਸ੍ਰੀ ਗੁਰੂ ਸ਼ਬਦ ਕਮਾਏ ਜਨ ਜੀਤੇ ਪੰਚ ਵਿਕਾਰ ਤਿੰਨ ਸੰਤਨ ਕੋ ਬੰਦਨਾ ਸਿਰ ਚਰਣਨ ਪਰ ਤਾਰ ਏਕ ਓਂਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸਨ ਸੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸਨ ਸੋਏ ਵਾਹਿਗੁਰੂ ਸਾਹਿਬ ਜੀ ਪੁੰਨ ਵਿਵਾਨ ਨੀਕੋ ਬਨਵਾਇਵ ਮਾਲ ਵਿਸਾਲ ਪੁਸ਼ਪ ਲਰਕਾਇਵ ਸੁੰਦਰ ਵਸਤਰ ਲਾਏ ਦਿਸ ਚਾਰ ਮਿਲ ਬਹੁਤਨ ਸ਼ੁਭ ਰੀਤ ਸੁਧਾਰ ਪੁੰਨ ਵਿਵਾਨ ਨੀਕੋ ਬਨਵਾਇਵ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਗਰੀਬ ਨਿਵਾਜ ਪਤਿਤ ਪਾਵਨ ਭਗਤ ਵਛਲ ਕਿਰਪਾ ਦਿਖ ਜਾਨੇ ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰਸਵਾਰੀ ਸਾਧ ਸੰਗਤ ਜੀਓ ਸਾਹਿਬ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਬਖਸ਼ਿਸ਼ ਕੀਤੀ ਹੈ ਜਿੱਥੇ ਇਸ ਕਲਯੁੱਗ ਦੇ ਸਮੇਂ ਨੂੰ ਹਰ ਪੱਖ ਤੋਂ ਮਾੜਾ ਗਿਣਿਆ ਜਾਂਦਾ ਹੈ ਅਤੇ ਸਤਿਗੁਰੂ ਪਾਤਸ਼ਾਹ ਜੀ ਨੇ ਵੀ ਸਾਨੂੰ ਐਸਾ ਬਚਨ ਦੱਸਿਆ ਕਿ ਇਹ ਕਲਯੁੱਗ ਹੈ, ਇਸ ਕਲਯੁੱਗ ਮੈਂ ਕਰਮ ਧਰਮ ਨਾ ਕੋਈ, ਕਲੀ ਕਾ ਜਨਮ ਚੰਡਾਲ ਕਹਿ ਕਰ ਹੋ, ਚੰਡਾਲਾਂ ਵਰਗੀ ਕਰੜੀ ਕਿਰਿਆ ਕਠੋਰ ਮਨ। ਪਰ ਸਾਹਿਬ ਗੁਰੂ ਨਾਨਕ ਪਾਤਸ਼ਾਹ ਅਕਾਲ ਪੁਰਖ ਅੰਤਰਜਾਮੀ ਨਿਰਗੁਣ ਬ੍ਰਹਮ ਨੇ ਬਖਸ਼ਿਸ਼ ਕੀਤੀ, ਸਰਗੁਣ ਰੂਪ ਗੁਰੂ ਨਾਨਕ ਸਾਹਿਬ ਜੀ ਦਾ ਧਾਰਨ ਕਰਕੇ
ਅਤੇ ਇਸ ਨੂੰ ਵਡਿਆਈਏ ਬਖਸ਼ੀ ਹੈ। ਧੰਨ ਧੰਨ ਕਲਯੁਗ ਨਾਨਕਾ ਜੇ ਚੱਲੇ ਸਤਿਗੁਰ ਪਾਏ। ਜੇ ਸਤਿਗੁਰੂ ਜੀ ਦਾ ਬਚਨ ਮੰਨ ਕਰਕੇ ਤੁਰੀਏ ਤਾਂ ਇਹ ਕਲਯੁਗ ਧੰਨ ਹੈ। ਅਤੇ ਇਹ ਸੰਦੇਸ਼ਾ ਦੁਨੀਆ ਨੂੰ ਸ਼ਬਦ ਗੁਰੂ ਦਾ ਸਮਝਾਉਣ ਲਈ ਸਾਹਿਬ ਗੁਰੂ ਨਾਨਕ ਪਾਤਸ਼ਾਹ ਜੀ ਨੇ ਤਕਰੀਬਨ 70 ਸਾਲ ਦਾ ਸਮਾਂ ਵਿਚਰ ਵਿਚਰ ਕਰਕੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬਖਸ਼ਿਸ਼ਾਂ ਕੀਤੀਆਂ, ਜਿੱਥੇ ਵੱਖਰੇ ਵੱਖਰੇ ਧਰਮਾਂ ਦਾ ਇਹ ਨਿਸ਼ਚਾ ਹੋ ਚੁੱਕਾ ਸੀ ਕਿਸੇ ਨੇ ਕਿਸੇ ਰੂਪ ਵਿੱਚ ਕਿਸੇ ਨਾ ਕਿਸੇ ਰੂਪ ਵਿੱਚ ਇੱਕ ਦੇਸੀ ਪਰਮੇਸ਼ੁਰ ਨੂੰ ਮੰਨਿਆ ਅਤੇ ਉਸ ਦੀ ਪੂਜਾ ਵਿੱਚ ਜੁੜੇ ਸਨ। ਸਾਹਿਬ ਗੁਰੂ ਨਾਨਕ ਪਾਤਸ਼ਾਹ ਜੀ ਨੇ ਜੋ ਅਕਾਲ ਪੁਰਖ ਦਾ ਸੱਚ ਸਰੂਪ ਹੈ ਸਰਬ ਵਿਆਪਕ, ਹਜ਼ੂਰ ਜੀ ਨੇ ਇਹ ਜੋ ਹੈ ਉਪਦੇਸ਼ ਜਗਤ ਨੂੰ ਬਖਸ਼ਿਸ਼ ਕੀਤਾ। ਭਾਵੇਂ ਸਾਹਿਬ ਗੁਰੂ ਨਾਨਕ ਸਾਹਿਬ ਮੱਕੇ ਮਦੀਨੇ ਗਏ ਨੇ ਅਤੇ ਮੱਕੇ ਨੂੰ ਚਰਨਾਂ ਨਾਲ ਘੁਮਾ ਦਿੱਤਾ ਹੈ, ਮਦੀਨੇ ਦੀ ਪੈਗੰਬਰ ਸਾਹਿਬ ਦੀ ਕਬਰ ਗੁਰੂ ਸਾਹਿਬ ਦੇ ਚਰਨਾਂ 'ਤੇ ਝੁਕੀ ਹੈ ਅਤੇ ਉੱਥੋਂ ਦੇ ਮਜੌਰਾਂ ਨੇ ਇਮਾਮਾਂ ਨੇ ਸਤਿਗੁਰੂ ਪਾਤਸ਼ਾਹ ਜੀ ਦੀਆਂ ਖੜਾਵਾਂ ਨਿਸ਼ਾਨੀਆਂ ਰੱਖ ਲਈਆਂ, ਧਰੀ ਨਿਸ਼ਾਨੀ ਕੌਂਸ ਦੀ ਮੱਕੇ ਅੰਦਰ ਪੂਜ ਕਰਾਈ। ਗੁਰੂ ਸਾਹਿਬ ਜੀ ਨੇ ਸਰਬ ਵਿਆਪਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ੁਰ ਖੁਦਾ ਅੱਲਾਹ ਤਾਲਾ ਭਗਵਾਨ ਇੱਕ ਹੀ ਹੈ ਪਰ ਸਰਬ ਵਿਆਪਕ ਹੈ, ਘੱਟ ਘੱਟ ਵਿੱਚ ਵੱਸਦਾ ਹੈ, ਹਰ ਥਾਂ 'ਤੇ ਮੌਜੂਦ ਹੈ। ਤਾਂ ਹਜ਼ੂਰ ਜੀ ਨੇ ਸਾਡੇ ਕਲਯੁਗੀ ਜੀਵਾਂ ਦੇ ਉਧਾਰ ਵਾਸਤੇ ਬਖਸ਼ਿਸ਼ ਕੀਤੀ ਹੈ, ਧੁਰੋਂ ਹੀ ਵਿਧਾਨ ਬਣਾਇਆ ਕਿ ਇੱਕ ਸਰੂਪ ਧਾਰਨ ਕਰਕੇ ਜੀਵਾਂ ਦਾ ਕਲਿਆਣ ਨਹੀਂ ਹੋਣਾ, ਕਿਉਂਕਿ ਚਹੁੰ ਯੁੱਗਾਂ ਕਾ ਹੁਣ ਨਿਬੇੜਾ। ਇਹ ਫੈਸਲਾ ਹੁਣ ਕਲਯੁੱਗ ਦੇ ਸਮੇਂ ਵਿੱਚ ਜੋ ਸਤਯੁਗ ਤੋਂ ਲੈ ਕੇ ਪਰਮੇਸ਼ੁਰ ਨੇ ਇਹ ਸ੍ਰਿਸ਼ਟੀ ਸ਼ੁਰੂ ਕੀਤੀ ਹੈ, ਹੁਣ ਇਹ ਕਲਯੁੱਗ ਵਿੱਚ 4 ਯੁੱਗਾਂ ਦੀ ਚੌਂਕੜੀ ਦਾ ਹੁਣ ਅੰਤ ਹੈ ਅਤੇ ਸਾਡੇ ਸਾਰੇ ਜੀਵਾਂ ਦਾ ਫੈਸਲਾ ਹੈ। ਇਸ ਵਾਸਤੇ ਮੇਰੇ ਸਤਿਗੁਰਾਂ ਨੇ ਬਖਸ਼ਿਸ਼ ਕੀਤੀ, ਜਦੋਂ ਗੋਬਿੰਦ ਲੋਕਾਂ ਨੇ ਗੁਰੂ ਸਾਹਿਬ ਨਾਲ ਵਿਚਾਰ ਕੀਤਾ, ਸਿੱਧ ਗੋਸ਼ਟ ਹੋਈ ਹੈ, ਉਹਨਾਂ ਨੇ ਬਚਨ ਬਲਾਸ ਕੀਤੇ ਨੇ ਅਤੇ ਸਾਹਿਬ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਸੀ ਜੀ ਗੁਰੂ ਕੌਣ ਹੈ, ਅਤੇ ਕਿਹਾ ਸੀ ਸ਼ਬਦ ਗੁਰੂ, ਅਤੇ ਕਹਿੰਦੇ ਜੀ ਤੁਸੀਂ ਕਿੰਨੇ ਰੂਪ ਧਾਰੋਂਗੇ, ਅਤੇ ਕਿਹਾ ਸੀ 10 ਸਰੂਪ ਸਰਗੁਣ ਦੇ ਹੋਣਗੇ, ਅਤੇ ਜਿਸ ਸ਼ਬਦ ਗੁਰੂ ਦਾ ਉਪਦੇਸ਼ ਅਸੀਂ ਪਹਿਲੇ ਸਰੂਪ ਤੋਂ ਸ਼ੁਰੂ ਕੀਤਾ ਹੈ, ਫਿਰ ਸ਼ਬਦ ਗੁਰੂ ਦੇ ਲੜ ਦੇ ਵਿੱਚ ਅਸੀਂ ਸੰਗਤਾਂ ਨੂੰ ਲਾ ਦਿਆਵਾਂਗੇ ਅਤੇ ਸਦਾ ਸਦਾ ਵਾਸਤੇ ਦੁਨੀਆਂ ਦੇ ਅੰਦਰ ਸ਼ਬਦ ਗੁਰੂ ਦਾ ਪ੍ਰਕਾਸ਼ ਕਰਕੇ ਜੀਵਾਂ ਦਾ ਕਲਿਆਣ ਕਰਾਂਗੇ। ਤਾਂ ਮੇਰੇ ਸਤਿਗੁਰੂ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਹੈ। ਦੂਜੇ ਸਰੂਪ ਧੰਨ ਗੁਰੂ ਅੰਗਦ ਦੇਵ ਸਾਹਿਬ ਦੇ ਰੂਪ ਦੇ ਵਿੱਚ ਸ਼੍ਰੀ ਖਡੂਰ ਸਾਹਿਬ ਵਿਖੇ ਪ੍ਰਕਾਸ਼ਮਾਨ ਹੋ ਕਰਕੇ ਮਹਾਰਾਜ ਨੇ ਬਖਸ਼ਿਸ਼ਾਂ ਕੀਤੀਆਂ ਹਨ। ਗਰੀਬ ਨਵਾਜ਼ ਦਾ ਤਾਰ ਪਾਤਸ਼ਾਹ ਜੀ ਨੇ ਅਮਰਦਾਸ ਮਹਾਰਾਜ ਨੂੰ ਗੁਰਿਆਈ ਗੱਦੀ ਬਖਸ਼ ਦਿੱਤੀ ਹੈ। ਭਾਵੇਂ 12 ਸਾਲ ਦੀ ਸੇਵਾ ਕੀਤੀ ਹੈ ਅਤੇ ਇਤਨੀ ਸ਼ਰਧਾ ਹੈ ਕਿ ਸਤਿਗੁਰਾਂ ਦੇ ਇਸ਼ਨਾਨ ਵਾਸਤੇ 1:15 ਦੇ ਤੜਕੇ ਲਿਆ ਕੇ ਜਲ ਹਾਜ਼ਰ ਕਰਨਾ, ਬਿਆਸਾ ਨਦੀ 'ਚੋਂ ਲਿਆਉਣਾ ਜਾ ਕੇ, ਸੋ 4 ਕੋਹੋ 6 ਮੀਲ ਦਾ ਪੈਂਡਾ ਹੈ, 3 ਕੋਹਾਂ ਤੱਕ ਸੋ ਪਿਛਲੇ ਪਾਸੇ ਵੱਲ ਨੂੰ ਤੁਰਦੇ ਹਨ, ਮੂੰਹ ਗੁਰੂ ਵੱਲ ਰੱਖਦੇ ਨੇ, 1 ਕੋਹ ਦਾ ਪੈਂਡਾ ਜਾ ਕਰਕੇ ਉੱਧਰ ਨੂੰ ਮੂੰਹ ਕਰਕੇ ਦਰਿਆ ਤੋਂ ਜਲ ਲਿਆਉਂਦੇ ਨੇ। ਭਾਵੇਂ ਇਤਨੀ ਕਠਿਨ ਘਾਲ ਵੀ ਘਾਲੀ ਹੈ, ਸਤਿਗੁਰੂ ਪਾਤਸ਼ਾਹ ਨੇ ਬਰਕਤਾਂ ਵੀ ਪ੍ਰਗਟ ਕੀਤੀਆਂ ਨੇ। ਅਤੇ ਮੇਰੇ ਸਤਿਗੁਰੂ ਪਾਤਸ਼ਾਹ ਜੀ ਦੇ ਗੁਰੂ ਅਮਰਦਾਸ ਮਹਾਰਾਜ ਦੇ ਚਰਨ ਦੇ ਵਿੱਚ ਜੋ ਪਦਮ ਦਾ ਨਿਸ਼ਾਨ ਹੈ, ਇਹ ਧੁਰੋਂ ਨਿਸ਼ਾਨੀ ਹੈ ਕਿ ਇਹ ਚੱਕਰਵਰਤੀ ਪਾਤਸ਼ਾਹ ਜੀ ਨੇ ਆਈ ਜਗਤ ਗੁਰੂ ਹੋਣਗੇ। ਧੁਰੋਹਣੀ ਲੇਖ ਹੈ, ਚਰਨਾਂ ਵਿੱਚ ਪਦਮ ਹੈ, ਭੱਟਾਂ ਨੇ ਲਿਖਿਆ ਵੀ ਮੇਰੇ ਸਤਿਗੁਰੂ ਪਾਤਸ਼ਾਹ ਜੀ ਦੇ ਸੋ ਬਾਰਜ ਘਰ ਦਾਹਿਣ ਹੈ,
ਮੇਰੇ ਸਤਿਗੁਰੂ ਜੀ ਦੇ ਸੱਜੇ ਹੱਥ ਵਿੱਚ ਵੀ ਸੋ ਪਦਮ ਦਾ ਕਮਲ ਦਾ ਨਿਸ਼ਾਨ ਸੀ, ਧੁਰੋਂ ਨਿਸ਼ਾਨੀਆਂ ਨੇ। ਪਰ ਹੁਣ ਗੁਰੂ ਨਾਨਕ ਦੇ ਘਰ ਵਿੱਚ ਸੇਵਕ ਅਤੇ ਸਿੱਖ ਦੀ ਵਡਿਆਈ ਹੈ, ਕਿਹੋ ਜਿਹਾ ਸਿੱਖ ਬਣਾਉਣਾ ਹੈ। ਗੁਰੂ ਅੰਗਦ ਦੇਵ ਸਾਹਿਬ ਨੇ ਗੁਰੂ ਨਾਨਕ ਦੇ ਚਰਨਾਂ ਵਿੱਚ ਸੇਵਾ ਕਰਕੇ ਸਿੱਖ ਦਾ ਆਦਰਸ਼ ਪੇਸ਼ ਕਰਕੇ ਸਾਨੂੰ ਸਮਝ ਆਇਆ ਇਹੋ ਜਿਹਾ ਸਿੱਖ ਹੋਵੇ। ਫਿਰ ਗੁਰਗੱਦੀ 'ਤੇ ਬਿਰਾਜਮਾਨ ਹੋ ਕਰਕੇ ਬਖਸ਼ਿਸ਼ਾਂ ਕੀਤੀਆਂ। ਅਮਰਦਾਸ ਮਹਾਰਾਜ ਨੇ ਉਸੇ ਤਰ੍ਹਾਂ ਗੁਰੂ ਚਰਨਾਂ ਦੇ ਵਿੱਚ ਸੇਵਾ ਅਤੇ ਸਿਮਰਨ ਸੇਵਕ ਦੀ। ਸੋ ਇਸ ਤਰੀਕੇ ਦੇ ਨਾਲ ਮੇਰੇ ਸਤਿਗੁਰੂ ਪਾਤਸ਼ਾਹ ਜੀ ਨੇ ਇਹ ਜੋ ਸੇਵਾ ਨਿਭਾਈ, ਗੁਰੂ ਚਰਨਾਂ 'ਚ ਸ਼ਰਧਾ ਭਰੋਸਾ ਅਤੇ ਵਿਸ਼ਵਾਸ ਦ੍ਰਿੜ ਕਰਾ ਕੇ ਜੋ ਧੁਰੋਂ ਲੇਖ ਸੀ ਸੋ ਗੁਰੂ ਪਦਵੀ 'ਤੇ ਬਿਰਾਜਮਾਨ ਹੋਏ। ਗੁਰੂ ਅੰਗਦ ਦੇਵ ਸਾਹਿਬ ਨੇ ਬਖਸ਼ਿਸ਼ਾਂ ਕੀਤੀਆਂ ਨੇ। ਮੇਰੇ ਸ਼ਹਿਨਸ਼ਾਹ ਪਿਤਾ ਗੁਰੂ ਅੰਗਦ ਦੇਵ ਸਾਹਿਬ ਨੇ ਹੁਕਮ ਕੀਤਾ ਭਈ ਅਸੀਂ ਸੱਚਖੰਡ ਜਾਣਾ ਹੈ। ਸੰਗਤਾਂ ਬਹੁਤ ਗਿਣਤੀ ਵਿੱਚ ਇਕੱਤਰ ਹੋਈਆਂ ਨੇ। ਸਤਿਗੁਰੂ ਪਾਤਸ਼ਾਹ ਜੀ ਦੀ ਬਖਸ਼ਿਸ਼ ਨਾਲ ਅਮਰਦਾਸ ਮਹਾਰਾਜ ਜੀ ਨੂੰ ਗੁਰਿਆਈ ਗੱਦੀ 'ਤੇ ਬਿਠਾ ਕਰਕੇ 5 ਪੈਸੇ ਨਾਰੀਅਲ ਲਏ ਨੇ। 5 ਪੈਸੇ ਚਰਨਾਂ 'ਤੇ ਮੱਥਾ ਟੇਕਿਆ, ਨਾਰੀਅਲ ਜਿਹੜਾ ਹੈ ਝੋਲੀ ਵਿੱਚ ਪਾਇਆ, ਇਹ ਸਿਰ ਭੇਟਾ ਦੀ ਥਾਂ ਹੁੰਦਾ ਹੈ। ਅਤੇ ਇਸ ਤਰੀਕੇ ਨਾਲ ਪਰਿਕਰਮਾ ਕੀਤੀਆਂ। ਤੋ ਪਰਿਕਰਮਾ ਕਰਕੇ ਨਮਸਕਾਰ ਕਰਕੇ ਸਤਿਗੁਰੂ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ। ਅਮਰਦਾਸ ਨੂੰ ਗੁਰਗੱਦੀ 'ਤੇ ਬਿਠਾ ਕੇ ਆਪ ਸੇਵਕਾਂ ਦੀ ਜਗ੍ਹਾ ਸੰਗਤ 'ਚ ਬੈਠੇ। ਅਤੇ ਫਿਰ ਹੁਕਮ ਹੋਇਆ, ਸਤਿਗੁਰੂ ਜੀ ਕਹਿੰਦੇ ਵੀ ਹੁਣ ਲੰਗਰ ਸਾਰੀ ਸੰਗਤ ਨੂੰ ਛਕਾਓ। ਅਮਰਦਾਸ ਜੀ ਉੱਠੇ ਗੁਰਗੱਦੀ ਤੋਂ, ਜਾ ਕੇ ਲੰਗਰ 'ਚ ਸੇਵਾ ਕਰਦੇ ਨੇ। ਗੁਰੂ ਸਿੱਖ ਸਿੱਖ ਗੁਰੂ ਹੈ, ਏਕੋ ਗੁਰ ਉਪਦੇਸ਼ ਚਲਾਏ, ਇਹ ਮੇਰੇ ਗੁਰੂ ਨਾਨਕ ਦੇ ਘਰ ਦੀ ਰੀਤੀ ਮਰਿਆਦਾ ਕਾਇਮ ਕੀਤੀ ਹੋਈ ਹੈ। ਤੋ ਜਿਸ ਵੇਲੇ ਹਜ਼ੂਰ ਅਮਰਦਾਸ ਜੀ ਸੇਵਾ ਕਰ ਰਹੇ ਲੰਗਰ ਦੇ ਵਿੱਚ, ਅਤੇ ਸਤਿਗੁਰੂ ਅੰਗਦ ਦੇਵ ਸਾਹਿਬ ਜੀ ਜਾ ਕੇ ਸਿੰਘਾਸਨ 'ਤੇ ਬਿਰਾਜਮਾਨ ਹੋਏ ਨੇ ਗੁਰਤਾ ਗੱਦੀ ਦੇ ਤਖ਼ਤ 'ਤੇ, ਤਾਂ ਕੁਛ ਗੁਰਸਿੱਖ ਜਿਹੜੇ ਨੇ ਸੋ ਨਜ਼ਦੀਕੀ ਗੁਰੂ ਸਾਹਿਬ ਦੇ ਬੈਠੇ ਹੋਏ ਮਨ ਵਿੱਚ ਫੁਰਨਾ ਕਰਦੇ ਹਨ ਕਿ ਸਾਹਿਬ ਗੁਰੂ ਨਾਨਕ ਪਾਤਸ਼ਾਹ ਜੀ ਤਾਂ ਸਰੀਰ ਸਮੇਤ ਸੱਚਖੰਡ ਗਏ ਸਨ, ਹੁਣ ਦੂਜੇ ਪਾਤਸ਼ਾਹ ਜੀ ਕਿਵੇਂ ਸੱਚਖੰਡ ਨੂੰ ਜਾਣਗੇ। ਮਨ ਵਿੱਚ ਸੀ ਜੇ ਤਾਂ ਗੁਰੂ ਨਾਨਕ ਦਾ ਰੂਪ ਨੇ ਤਾਂ ਉਸੇ ਤਰ੍ਹਾਂ ਹੀ ਜਾਣ ਸੱਚਖੰਡ ਨੂੰ, ਅਤੇ ਜੇ ਐਸਾ ਨਾ ਕੀਤਾ ਤਾਂ ਮਨ 'ਚ ਭਰਮ ਸੀ ਕਿ ਫਿਰ ਉਹਦੇ ਸਤਿਗੁਰਾਂ ਗੁਰੂ ਨਾਨਕ ਦੇ ਬਰਾਬਰ ਨਹੀਂ ਹੋ ਸਕਦੇ, ਇਹ ਸ਼ੰਕਾ ਸੀ ਮਨ ਵਿੱਚ। ਸਾਹਿਬ ਗੁਰੂ ਅੰਗਦ ਦੇਵ ਸਾਹਿਬ ਜਾਣੀ ਜਾਣ ਸਤਿਗੁਰਾਂ ਨੇ ਜਾਣਿਆ ਕਿ ਗੁਰਸਿੱਖਾਂ ਦੇ ਮਨ ਵਿੱਚ ਇਹ ਭਰਮ ਭੁਲੇਖਾ ਹੈ, ਇਹਨਾਂ ਦੀ ਸ਼ਰਧਾ ਡੋਲ ਜਾਏਗੀ, ਇਸ ਵਾਸਤੇ ਇਹਨਾਂ ਨੂੰ ਵਿਸ਼ਵਾਸ ਦੇਣਾ ਜ਼ਰੂਰੀ ਹੈ, ਸੰਕਾ ਨਿਮਰਤ ਕਰੀਏ। ਗਰੀਬ ਨਿਵਾਜ ਸਿੰਘਾਸਨ 'ਤੇ ਬੈਠੇ ਬੈਠੇ ਸਰੀਰ ਅਲੋਪ ਕਰ ਦਿੱਤਾ ਹੈ। ਸੰਗਤ ਸਾਰੇ ਗੁਰਸਿੱਖ ਹੈਰਾਨ ਹੋ ਗਏ। ਉਹਨਾਂ ਦਾ ਨਿਸ਼ਚਾ ਹੋ ਗਿਆ ਵੀ ਮਹਾਰਾਜ ਸਾਹਿਬ ਗੁਰੂ ਨਾਨਕ ਪਾਤਸ਼ਾਹ ਵਾਂਗੂ ਕਹਿੰਦੇ ਲਾ ਵੀ ਸਰੀਰ ਵੀ ਲੈ ਗਏ ਮਹਾਰਾਜ। ਗੁਰੂ ਨਾਨਕ ਸਾਹਿਬ ਚਾਦਰਾ ਛੱਡ ਗਏ ਸਨ, ਇਹ ਤਾਂ ਮਹਾਰਾਜ ਸਭ ਕੁਛ ਲੈ ਗਏ। ਇਉਂ ਜਾਣ ਕੇ ਹੈਰਾਨ ਹੋਏ, ਸਾਰੀ ਸੰਗਤ ਝੱਟ ਗੱਲ ਫੈਲੀ। ਅਮਰਦਾਸ ਮਹਾਰਾਜ ਜੀ ਲੰਗਰ ਦੇ ਵਿੱਚ ਨੇ, ਜਦੋਂ ਮਹਾਰਾਜ ਨੇ ਇਹ ਗੱਲ ਸੁਣੀ ਵੀ ਸਾਹਿਬ ਸਤਿਗੁਰੂ ਦੂਜੇ ਪਾਤਸ਼ਾਹ ਜੀ ਤਾਂ ਸੱਚਖੰਡ ਪਿਆਨਾ ਕਰ ਗਏ ਸਨ, ਦੇਹ ਝੱਟ ਆਏ ਨੇ, ਗੁਰਗੱਦੀ ਦੇ ਸਨਮੁਖ ਹਾਜ਼ਰ ਹੋ ਕੇ ਸਤਿਗੁਰਾਂ ਦੀ ਮਹਿਮਾ ਕਰਕੇ ਇਸ ਤਰੀਕੇ ਦੇ ਨਾਲ ਸਿਫਤਾਂ ਕੀਤੀਆਂ ਨੇ। ਕਵੀ ਜੀ ਨੇ ਬੜੇ ਸੋਹਣੇ ਢੰਗ ਨਾਲ ਉਹ ਗੁਰੂ ਸਾਹਿਬ ਦਾ ਜਸ ਬਿਆਨ ਕੀਤਾ ਹੈ। ਅਰਦਾਸ ਕੀਤੀ ਹੈ ਕਿ ਗਰੀਬ ਨਿਵਾਜ ਕਿਰਪਾ ਕਰੋ, ਜਿਸ ਤਰ੍ਹਾਂ ਪਹਿਲੇ ਗੁਰਗੱਦੀ 'ਤੇ ਬਿਰਾਜਮਾਨ ਹੋ ਕੇ ਦਰਸ਼ਨ ਬਖਸ਼ਦੇ ਸੋ, ਹੁਣ ਵੀ ਉਸੇ ਤਰ੍ਹਾਂ ਦਰਸ਼ਨ ਬਖਸ਼ਿਸ਼ ਕਰੋ। ਇਉਂ ਸਤਿਗੁਰੂ ਪਾਤਸ਼ਾਹ ਜਾਣੀ ਜਾਣ ਨੇ, ਕਿਉਂਕਿ ਕਹਿ ਦਿੱਤਾ ਹੈ ਕਿ ਅਮਰਦਾਸ ਜੀ ਅਤੇ ਸਾਡਾ ਸਰੂਪ ਇੱਕੋ ਹੀ ਰੂਪ ਨੇ, ਹੁਣ ਸਾਡਾ ਕੋਈ ਭੇਦ ਨਹੀਂ ਹੈ। ਇਉਂ ਜਾਣ ਕੇ ਗੁਰੂ ਦੀ ਮਰਜ਼ੀ ਅਨੁਸਾਰ ਅਰਦਾਸ ਬੇਨਤੀ ਕੀਤੀ ਹੈ। ਸਾਹਿਬ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਆ ਕਰਕੇ ਬਿਰਾਜਮਾਨ ਹੋਏ ਨੇ, ਆਪਣੇ ਸਿੰਘਾਸਨ 'ਤੇ ਬੈਠ ਗਏ ਹਨ ਅਤੇ ਸੰਗਤਾਂ ਦਰਸ਼ਨ ਕੀਤੇ ਹਨ, ਸਤਿਗੁਰੂ ਪਾਤਸ਼ਾਹ ਦੀ ਜੈ ਜੈਕਾਰ ਕਰਨ ਲੱਗੇ ਨੇ।
ਹੁਣ ਮੇਰੇ ਸ਼ਹਿਨਸ਼ਾਹ ਪਿਤਾ ਸਤਿਗੁਰੂ ਜੀ ਬਖਸ਼ਿਸ਼ ਕੀਤੀ ਹੈ, ਸੋ ਹੁਕਮ ਕੀਤਾ ਭਾਈ। ਬਾਅਦ ਵਿੱਚ ਦਾਸੂ ਦਾਤੂ ਨੂੰ ਬੁਲਾ ਲਿਆ, ਪੁੱਛਿਆ ਮਹਾਰਾਜ ਕਿ ਤੁਸੀਂ ਸੱਚਖੰਡ ਜਾਣਾ ਅਤੇ ਮਗਰੋਂ ਕੀ ਕਿਰਿਆ ਕਰਮ ਕਰਨਾ ਹੈ। ਗੁਰੂ ਪਾਤਸ਼ਾਹ ਜੀ ਨੇ ਹੁਕਮ ਕੀਤਾ ਕਿ ਜਿੱਥੇ ਅਮਰਦਾਸ ਮਹਾਰਾਜ ਦੇ ਚਰਨਾਂ ਨੂੰ ਕਰੀਰ ਦੇ ਕਿੱਲੇ ਦਾ ਠੇਡਾ ਲੱਗਾ ਸੀ, ਜੁਲਾਹੇ ਦੀ ਖੱਡੀ ਵਿੱਚ ਡਿੱਗੇ ਸਨ, ਉਹ ਜੁਲਾਹੇ ਦਾ ਘਰ ਜਿਹੜਾ ਉਹ ਮਹਾਰਾਜ ਨੇ ਖਰੀਦ ਲਿਆ ਬਹੁਤ ਸਾਰਾ ਧਨ ਦੇ ਕਰਕੇ। ਹੁਕਮ ਕੀਤਾ ਕਿ ਉਹ ਕਰੀਰ ਦਾ ਕਿੱਲਾ ਜਿਹੜਾ ਹੈ ਉਹ ਹਰਿਆ ਭਰਿਆ ਹੋਇਆ ਦਰਖਤ ਬਣੇਗਾ, ਬਹੁਤ ਸਮਾਂ ਇਸ ਪ੍ਰਕਾਰ ਯਾਦਗਾਰ ਰਹੇਗੀ ਇਸ ਗੱਲ ਦੀ, ਅਤੇ ਉਹਦੇ ਨੇੜੇ ਸਾਡਾ ਸਥਾਨ ਤਿਆਰ ਕਰੋ, ਸੰਸਕਾਰ ਸਾਡੇ ਸਰੀਰ ਦਾ ਕਰਨਾ। ਦਾਸੂ ਦਾਤੂ ਨੇ ਬੇਨਤੀ ਕੀਤੀ ਸੀ, ਮਹਾਰਾਜ ਸਾਡੇ ਕੁਲ ਦੀ ਮਰਯਾਦਾ ਹੈ ਜਾਂ ਸਾਡੇ ਜੋ ਸਮਾਜ ਦੀ ਮਰਯਾਦਾ ਹੈ ਉਹਦੇ ਅਨੁਸਾਰ ਅਸੀਂ ਬਾਹਰੀ ਤੇਰੀ ਸਤਾਰੀ ਕਿਰਿਆ ਆਦਿ ਕਰੀਏ, ਕੀ ਕਰੀਏ। ਮੇਰੇ ਸਤਿਗੁਰਾਂ ਨੇ ਹੁਕਮ ਕੀਤਾ ਕਿ ਸਾਡੇ ਸਰੀਰ ਦਾ ਸੰਸਕਾਰ ਕਰਨਾ ਹੈ, ਕਿਸੇ ਨੇ ਸੋਗ ਨਹੀਂ ਕਰਨਾ, ਖੁਸ਼ ਹੋਣਾ ਹੈ ਅਤੇ ਕਥਾ ਕੀਰਤਨ ਕਰਕੇ ਪ੍ਰਸੰਨਤਾ ਜ਼ਾਹਰ ਕਰਨੀ ਹੈ, ਅਤੇ ਤੀਜਾ ਸਰੂਪ ਸਾਡਾ ਹੀ ਰੂਪ ਹੈ। ਇਉਂ ਮੇਰੇ ਸਤਿਗੁਰੂ ਨੇ ਬਖਸ਼ਿਸ਼ ਕੀਤੀ। ਇਉਂ ਕਹਿ ਕਰਕੇ ਮੇਰੇ ਸਤਿਗੁਰੂ ਜੀ ਸੁਬਰਾਜਮਾਨ ਹੋਏ ਨੇ, ਚਿੱਟਾ ਬਸਤਰ ਉੱਪਰ ਲੈ ਲਿਆ ਹੈ। ਮੇਰੇ ਹਜ਼ੂਰ ਜੀ ਨੇ ਪੰਜ ਭੂਤ ਖਚੋਲਾ ਤਿਆਗ ਦਿੱਤਾ ਹੈ। ਉੱਧਰੋਂ ਜੋ ਦੇਵ ਮੰਡਲ ਹੈ, ਕਵੀ ਜੀ ਨੇ ਸੋਹਣਾ ਨਕਸ਼ਾ ਬੰਨਿਆ ਹੈ ਕਿ ਸ਼ਿਵ ਜੀ, ਬ੍ਰਹਮਾ, ਵਿਸ਼ਨੂੰ ਆਦਿਕ ਅਤੇ ਹੋਰ ਦੇਵੀਆਂ ਦੇਵਤੇ ਸਾਰੇ ਆਣ ਕੇ ਹਾਜ਼ਰ ਹੋਏ ਨੇ। ਸਵਰਗ ਵਿੱਚ ਖੁਸ਼ੀਆਂ ਸ਼ੁਰੂ ਹੋ ਗਈਆਂ ਕਿ ਅਕਾਲ ਪੁਰਖ ਰੂਪ ਜੀ ਸੱਚਖੰਡ ਨੂੰ ਜਾਣਾ ਹੈ, ਸਾਡੇ ਸਵਰਗ ਵਿੱਚ ਦੀ ਚਰਨ ਪਾ ਕੇ ਜਾਣਗੇ, ਪਵਿੱਤਰਤਾ ਮਿਲੇਗੀ, ਦਰਸ਼ਨ ਹੋਣਗੇ। ਐਸੀਆਂ ਖੁਸ਼ੀਆਂ ਉੱਧਰ ਬ੍ਰਹਿਮੰਡ ਵਿੱਚ ਸ਼ੁਰੂ ਨੇ, ਇੱਧਰ ਮੇਰੇ ਸਤਿਗੁਰੂ ਜੀ ਨੇ ਕਿਰਪਾ ਕਰਕੇ ਕੌਤਕ ਵਰਤਾਇਆ। ਜਿਸ ਤਰੀਕੇ ਦੇ ਨਾਲ ਮੇਰੇ ਸ਼ਹਿਨਸ਼ਾਹ ਪਿਤਾ ਸਤਿਗੁਰੂ ਜੀ ਬਖਸ਼ਿਸ਼ ਕਰਕੇ ਸੁੰਦਰ ਬਵਾਣ ਜਿਹੜਾ ਹੈ ਸੋ ਤਿਆਰ ਹੋ ਰਿਹਾ, ਅਤੇ ਜਿਸ ਤਰੀਕੇ ਨਾਲ ਮੇਰੇ ਸਤਿਗੁਰੂ ਪਾਤਸ਼ਾਹ ਜੀ ਇਸ ਪ੍ਰਕਾਰ ਹੁਣ ਸਰੀਰ ਦਾ ਸੰਸਕਾਰ, ਇਹ ਜੋ ਗੁਰਮਤਿ ਵਿੱਚ ਮਰਯਾਦਾ ਮੇਰੇ ਸਤਿਗੁਰੂ ਨੇ ਕਾਇਮ ਕੀਤੀ ਹੈ ਕਿ ਪੰਜ ਭੂਤਕ ਸਰੀਰ ਦਾ ਸੰਸਕਾਰ ਇਹ ਦੂਜੇ ਪਾਤਸ਼ਾਹ ਜੀ ਦੇ ਸਰੀਰ ਦਾ ਹੋਇਆ, ਆਓ ਪਿਆਰ ਪੂਰਵਕ ਇਤਿਹਾਸ ਦੀ ਲੜੀ ਵਿੱਚ ਮਨ ਜੋੜਦੇ ਹੋਏ ਮੁੱਖ ਨੂੰ ਪਵਿੱਤਰ ਕਰੀਏ, ਉਚਾਰਨ ਕਰੀਏ ਸਤਨਾਮ ਸ੍ਰੀ ਵਾਹਿਗੁਰੂ ਜੀ। ਜਹਾਂ ਜੁਲਾਹਨ ਸਦਨ ਸਥਾਨ, ਜਿੱਥੇ ਇਸ ਪ੍ਰਕਾਰ ਸੋ ਜੁਲਾਹੇ ਦਾ ਘਰ ਸੀ ਸਥਾਨ ਸੀ, ਚਿਖਾ ਰਚੀ ਤਹਿ ਰੁਚਿਰ ਮਹਾਨ, ਉੱਥੇ ਬੜੀ ਸੁੰਦਰ ਚਿਖਾ ਤਿਆਰ ਕਰ ਲਈ ਹੈ, ਚੰਦਨ ਬ੍ਰਿੰਦ ਧਰਿਓ ਤਿਸ ਬੀਚ, ਉੱਥੇ ਬਹੁਤ ਸਾਰਾ ਚੰਦਨ ਦੀ ਲੱਕੜੀ ਬੜੀ ਖੁਸ਼ਬੂਦਾਰ ਅਤੇ ਬੜੀ ਸੁੱਚੀ ਮੰਨੀ ਜਾਂਦੀ ਹੈ। ਸਾਰੀ ਲੱਕੜੀ ਦੇ ਵਿੱਚੋਂ ਚੰਦਨ ਦੀ ਮਹਿਮਾ ਹੈ ਔਰ ਕੀਮਤੀ ਲੱਕੜੀ ਹੈ, ਔਰ ਅਸਲੀ ਚੰਦਨ ਜਿਹੜਾ ਇੱਕ ਤਾਂ ਉਸਦੀ ਖੁਸ਼ਬੂ ਨਹੀਂ ਜਾਂਦੀ ਲੱਕੜੀ ਦੇ ਵਿੱਚੋਂ, ਦੂਸਰਾ ਉਸ ਦੀ ਪਰਖ ਇਹ ਹੈ ਜਦੋਂ ਚੰਦਨ ਦੇ ਵਪਾਰੀ ਖਰੀਦਦੇ ਨਾ ਉਹ ਚੰਦਨ ਦੀ ਲੱਕੜੀ ਦਾ ਟੁਕੜਾ ਲੈ ਕਰਕੇ ਪਾਣੀ ਵਿੱਚ ਰੱਖਣਗੇ, ਜੇ ਤਾਂ ਟੁਕੜਾ ਡੁੱਬ ਗਿਆ ਤਾਂ ਕਹਿੰਦੇ ਇਹ ਠੀਕ ਚੰਦਨ ਹੈ, ਜੇ ਤਰਦਾ ਰਹੇ ਕਹਿੰਦੇ ਅਸਲੀ ਚੰਦਨ ਨਹੀਂ, ਵਜਨ ਵਿੱਚ ਭਾਰੀ, ਖੁਸ਼ਬੂਦਾਰ, ਠੰਡਕ ਵਾਲ। ਤੋ ਚੰਦਨ ਦੀ ਲੱਕੜੀ ਵੀ ਇਸ ਪ੍ਰਕਾਰ ਚਿਖਾ ਦੇ ਵਿੱਚ ਬਹੁਤ ਸਾਰੀ ਇਸ ਪ੍ਰਕਾਰ ਟਕਾਈ ਹੈ, ਤਿਲ ਕ੍ਰਿਤ ਅਦਕ ਆਨ ਤਿਹ ਸੀਚ, ਇਸ ਪ੍ਰਕਾਰ ਲਿਆ ਕਰਕੇ ਦੇਸੀ ਘਿਓ ਆਦਿਕ ਵਸਤੂਆਂ ਜਿਹੜੀਆਂ ਸਮੱਗਰੀ ਹੈ ਉਹ ਇਕੱਠੀਆਂ ਕੀਤੀਆਂ ਹਨ, ਸਤਿਗੁਰ ਤਨ ਉੱਪਰ ਪੌੜਾਏ, ਤਨ ਮੇਰੇ ਸਤਿਗੁਰੂ ਪਾਤਸ਼ਾਹ ਜੀ ਦਾ ਸਰੀਰ ਉਸ ਚਿਖਾ ਦੇ ਉੱਤੇ ਬਿਰਾਜਮਾਨ ਕੀਤਾ ਹੈ, ਦਾਸੂ ਦੀਨਸ ਅਗਨ ਲਗਾਏ, ਸਤਿਗੁਰਾਂ ਦੇ ਵੱਡੇ ਸਾਹਿਬ ਜੀ ਦਾਸੂ ਜੀ ਨੇ ਆਪਣੇ ਹੱਥੀ ਚਿਖਾ ਨੂੰ ਅੱਗ ਦਿਖਾਈ ਹੈ, ਸਤਨਾਮ ਕੋ ਸਿਮਰਨ ਕਰੇ, ਤੇ ਸਾਰੇ ਹੀ ਉਸ ਵੇਲੇ ਸਤਨਾਮ ਵਾਹਿਗੁਰੂ ਜੀ ਦਾ ਸਿਮਰਨ ਕਰਦੇ ਪ੍ਰੇਮ ਸਾਹਿਤ, ਹੋਤ ਕੀਰਤਨ ਸੋ ਕਹਿ ਹਰੇ, ਇਸ ਪ੍ਰਕਾਰ ਸੁੰਦਰ ਬਾਣੀ ਦਾ ਕੀਰਤਨ ਹੁੰਦਾ ਹੈ,
ਜਿਹੜਾ ਇਸ ਪ੍ਰਕਾਰ ਸਾਰੀ ਚਿੰਤਾ ਨੂੰ ਨਿਵਰਤ ਕਰਦਾ ਹੈ, ਭਲੀ ਰੀਤ ਸੰਸਕਾਰਨ ਕਰੇ, ਸੋਹਣੇ ਤਰੀਕੇ ਦੇ ਨਾਲ ਸਾਹਿਬ ਸਤਿਗੁਰੂ ਪਾਤਸ਼ਾਹ ਦੇ ਸਰੀਰ ਦਾ ਸੰਸਕਾਰ ਕੀਤਾ ਗਿਆ ਹੈ। ਨਮੋ ਠਾਨ ਧਰ ਪਰ ਸਿਰ ਧਰੇ, ਸਾਰਿਆਂ ਨੇ ਹੀ ਸੋ ਧਰਤੀ ਦੇ ਉੱਤੇ ਮੱਥਾ ਲਾ ਕਰਕੇ ਨਮਸਕਾਰ ਕੀਤੀ ਮਹਾਰਾਜ ਨੂੰ। ਮੰਗਲ ਕਰਤ ਰਹੇ ਸਮੁਦਾਏ, ਗੁਰੂ ਦੇ ਹੁਕਮ ਅਨੁਸਾਰ ਕਿਸੇ ਨੇ ਵੈਰਾਗ ਨਹੀਂ ਫਿਰ ਕੀਤਾ, ਮੰਗਲ ਖੁਸ਼ੀਆਂ ਕਰਦੇ ਹਨ ਸਾਰੇ ਹੀ। ਗੁਰ ਆਇਸ ਤੇ ਸੋਕ ਨਸਾਏ, ਸਤਿਗੁਰੂ ਜੀ ਦੇ ਹੁਕਮ ਅਨੁਸਾਰ ਸੋਕ ਚਿੰਤਾ ਜਿਹੜੇ ਇਹ ਦੂਰ ਕਰ ਦਿੱਤਾ ਸਭ ਨੇ। ਬੈਠੇ ਬਹੁਰ ਸੋ ਡੇਰਨ ਜਾਏ, ਫਿਰ ਸਾਰੇ ਥਾਂ ਥਾਂ ਡੇਰਿਆਂ ਵਿੱਚ ਜਾ ਕਰਕੇ ਬੈਠ ਗਏ ਹਨ। ਕਹ ਹੈ ਸੁਨ ਹੈ ਗੁਰ ਜਸ ਸਮੁਦਾਏ, ਹੁਣ ਸਾਰੀਆਂ ਹੀ ਸੰਗਤਾਂ ਧੰਨ ਗੁਰੂ ਅੰਗਦ ਦੇਵ ਸਾਹਿਬ ਦਾ ਜਸ ਕਰਦੀਆਂ ਨੇ। ਜੈਸੀ ਜੈਸੀ ਗੁਰੂ ਦੀ ਕਿਰਪਾ ਕਿਸੇ ਵੀ ਗੁਰਸਿੱਖ ਨੇ ਮਾਣੀ ਸੀ, ਇੱਕ ਦੂਸਰੇ ਸੁਣਾਉਂਦੇ ਦੱਸਦੇ ਹਨ। ਸਾਗਰ ਸਮ ਗੰਭੀਰ ਮਹਾਨੇ, ਤੇ ਕੀ ਸਿਫਤਾਂ ਕਰਦੇ ਨੇ, ਕਹਿੰਦੇ ਧੰਨ ਮੇਰੇ ਸਤਿਗੁਰੂ ਅੰਗਦ ਦੇਵ ਸਾਹਿਬ, ਕਹਿੰਦੇ ਸਮੁੰਦਰ ਵਰਗਾ ਡੂੰਘਾ ਹਿਰਦਾ ਸੀ ਮਹਾਰਾਜ ਦਾ, ਬਹੁਤ ਜਨ ਸ਼ਕਤੀ ਵਾਲੇ ਸਨ। ਹਿਰਦੇ ਅਚਲ ਮੇਰੂ ਸਮਠਾਨੇ, ਤੇ ਸਤਿਗੁਰੂ ਜੀ ਦਾ ਹਿਰਦਾ ਜਿਵੇਂ ਸੁਮੇਰ ਪਰਬਤ, ਇਸ ਤਰ੍ਹਾਂ ਦਾ ਅਹਿਲ ਕਦੇ ਵੀ ਡੋਲਣ ਵਾਲਾ ਹਿਰਦਾ ਨਹੀਂ ਸੀ। ਅਜਰ ਜਰਨ ਜਿਨ ਕੇਰ ਸਮਾਨ, ਜਿਹਨਾਂ ਦੇ ਬਰਾਬਰ ਅਜਰ ਨੂੰ ਜਰਨਾ, ਮਹਾਨ ਸ਼ਕਤੀਆਂ ਨੂੰ ਜਰ ਕੇ ਰੱਖਣਾ, ਉਹਨਾਂ ਵਰਗਾ ਭਇਓ ਨਾ ਭੂਤ ਭਵਿੱਖ ਜਹਾਨ, ਸਾਰੇ ਜਹਾਨ ਵਿੱਚ ਨਾ ਪਿੱਛੇ ਹੋਇਆ ਤੇ ਨਾ ਅੱਗੇ ਕੋਈ ਐਸਾ ਹੋਵੇਗਾ, ਜੈਸੇ ਮੇਰੇ ਸਤਿਗੁਰੂ ਪਾਤਸ਼ਾਹ ਅੰਗਦ ਦੇਵ ਸਾਹਿਬ ਮਹਾਰਾਜ ਜੀ ਸਨ। ਕਿਰਪਾ ਦ੍ਰਿਸ਼ਟ ਜਿਸ ਪਿੱਖ ਹੈ ਵਿਸ਼ੇਸੂ, ਤੇ ਮਹਾਰਾਜ ਦੀ ਵਿਸ਼ੇਸ਼ ਕਿਰਪਾ ਇਹ ਭੇ ਜਿਸ ਦੇ ਉੱਤੇ ਖੁਸ਼ ਹੋ ਕਰਕੇ ਦ੍ਰਿਸ਼ਟੀ ਪਾ ਦਿੱਤੀ ਉਹਨੂੰ ਨਿਹਾਲ, ਰੋਗੀਆਂ ਦੇ ਰੋਗ ਕੱਟ ਦਿੱਤੇ, ਤੇ ਜਿਹਨਾਂ ਦੇ ਤਨ ਦੇ ਰੋਗ ਦੁੱਖ ਮਿਟੇ, ਤੇ ਜਿਹਨਾਂ ਦੇ ਮਨ ਦੇ ਰੋਗ ਸ਼ਰਧਾ ਕੀਤੀ ਵਿਕਾਰ ਮਿਟੇ, ਬ੍ਰਹਮ ਗਿਆਨੀ ਪੈਦਾ ਕੀਤੇ, ਮੇਰੇ ਸਤਿਗੁਰਾਂ ਨੇ ਮਹਾਨ ਕਿਰਪਾ ਕੀਤੀ। ਦੇ ਉਪਦੇਸ਼ ਨਿਕੰਦਨ ਕਲੇਸੂ, ਤੋ ਉਪਦੇਸ਼ ਬਖਸ਼ਿਸ਼ ਕੀਤੇ ਮਹਾਰਾਜ ਨੇ, ਕਲੇਸ਼ ਜਿਹੜੇ ਹਨ ਕੱਟ ਦਿੱਤੇ ਹਨ। ਕਲੀ ਕਾਲ ਅੰਧੇਰ ਗੁਬਾਰਾ, ਇਹ ਕਲਯੁਗ ਦਾ ਸਮਾਂ ਜਿਹਦੇ ਵਿੱਚ ਅੰਧਕਾਰ ਗੁਬਾਰ ਹਨੇਰਾ ਭਰਮ ਹੈ ਜ਼ੁਲਮ ਹੈ, ਐਸਾ ਜੀਵਾਂ ਦੇ ਮਨਾਂ ਵਿੱਚ ਵਾਪਰਦਾ ਜੋ ਤਿੰਨ ਦਰਸ਼ਨ ਦੀਪਕ ਉਜਿਆਰਾ, ਉਹੋ ਜਿਹੇ ਜੀਵਾਂ ਦੇ ਅੰਧਕਾਰ ਹਨੇਰੇ ਹਿਰਦੇ ਵਿੱਚ ਮੇਰੇ ਸਤਿਗੁਰੂ ਜੀ ਗਿਆਨ ਦਾ ਦੀਵਾ ਜਗਾਉਣ ਵਾਲੇ, ਜਿਵੇਂ ਦੀਵਾ ਪ੍ਰਕਾਸ਼ ਕਰਦਾ ਹੈ ਕਮਰੇ ਵਿੱਚ, ਇਸ ਤਰ੍ਹਾਂ ਮਹਾਰਾਜ ਸੋ ਗਿਆਨ ਦਾ ਚਾਨਣ ਬਖਸ਼ਣ ਵਾਲੇ ਸਨ। ਧੰਨ ਧੰਨ ਸ੍ਰੀ ਅੰਗਦ ਰੂਪ, ਧੰਨ ਧੰਨ ਮੇਰੇ ਸਤਿਗੁਰੂ ਅੰਗਦ ਦੇਵ ਸਾਹਿਬ ਦਾ ਸੁੰਦਰ ਸਰੂਪ ਸੀ, ਸੰਗਤਾਂ ਗੁਰਸਿੱਖ ਯਾਦ ਕਰਦੇ ਹਨ। ਜਿਨ ਕੀ ਮਹਿਮਾ ਮਹਾ ਅਨੂਪ, ਕਹਿੰਦੇ ਭਾਈ ਜਿਨ੍ਹਾਂ ਦੀ ਮਹਿਮਾ ਉਪਮਾ ਤੋਂ ਰਹਿਤ, ਜਿਨ੍ਹਾਂ ਦੇ ਬਰਾਬਰ ਕਿਸੇ ਦੀ ਉਪਮਾ ਕੀਤੀ ਨਹੀਂ ਜਾ ਸਕਦੀ। ਇਤਿਆਦਿਕ ਗੁਣ ਕਹਿ ਸਮਰਨ ਤੇ, ਇਸ ਤੋਂ ਆਦਿ ਲੈ ਕੇ ਗੁਰੂ ਸਾਹਿਬ ਦੇ ਗੁਣ ਕਹਿੰਦੇ ਨੇ ਤੇ ਯਾਦ ਕਰਦੇ ਸਤਿਗੁਰਾਂ ਨੂੰ। ਕੇਤਕ ਦਿਨ ਜਬ ਕੀਨ ਬਿਤੰਤੇ, ਜਦੋਂ ਕਿਤਨੇ ਕੁ ਦਿਨਾਂ ਦਾ ਸਮਾਂ ਗੁਜ਼ਾਰਿਆ ਹੈ ਤਾਂ ਅੰਨ ਕ੍ਰਿਤ ਮਿਸ਼ਟਾਨ ਬਿਸਾਲਾ, ਤੋ ਕਹਿੰਦੇ ਬਹੁਤ ਸਾਰਾ ਘਿਓ ਅੰਨ ਆਦਿ ਕਿਹੜਾ ਇਕੱਠਾ ਕੀਤੀ ਸਮੱਗਰੀ, ਕਰਿਓ ਇਕੱਤਰ ਸਭਨ ਤੇ ਸਕਾਲਾ, ਸਾਰਿਆਂ ਸੰਗਤਾਂ ਨੇ ਇਕੱਠਾ ਕੀਤਾ ਹੈ। ਜਹ ਕਹਿ ਤੇ ਸਿੱਖ ਸਾਧ ਹਕਾਰੇ, ਜਿੱਥੋਂ ਕਿੱਥੋਂ ਸਿੱਖ ਸੰਗਤਾਂ ਸਾਧੂ ਲੋਕ ਸਾਰੇ ਇਕੱਠੇ ਹੋਏ, ਸਭ ਆਏ ਸ੍ਰੀ ਸਤਿਗੁਰ ਦੁਆਰੇ, ਗੁਰੂ ਸਾਹਿਬ ਦੇ ਦੁਆਰੇ ਤੇ ਆਣ ਇਕੱਠੇ ਹੋਏ ਹਨ। ਸ੍ਰੀ ਗੁਰ ਅਮਰ ਆਪ ਵਿੱਚ ਥਿਰੇ, ਵਿੱਚ ਟਿਕੇ ਨੇ ਗੁਰੂ ਅਮਰਦਾਸ ਮਹਾਰਾਜ ਜੀ ਖਡੂਰ ਸਾਹਿਬ, ਵਿੱਚ ਰਸੋਈ ਕੇ ਸੁਭ ਕਰੇ, ਸੋਹਣੇ ਲੰਗਰ ਦੇ ਵਿੱਚ ਆਪ ਜੀ ਹਾਜ਼ਰ ਹੋ ਕਰਕੇ ਲੰਗਰ ਦੀ ਸੇਵਾ ਕੀਤੀ ਹੈ। ਸਭ ਪ੍ਰਕਾਰ ਕਰ ਤਿਆਰ ਆਹਾਰਾ, ਸਭ ਤਰੀਕਿਆਂ ਨਾਲ ਭੋਜਨ ਤਿਆਰ ਕੀਤੇ ਨੇ, ਇਹ ਗੁਰੂ ਨਾਨਕ ਦੇ ਘਰ ਦੀ ਵਡਿਆਈ। ਇਧਰ ਮਹਾਨ ਉੱਚ ਪਦਵੀ ਗੁਰੂ ਨਾਨਕ ਦੀ ਗੁਰਗੱਦੀ ਤੇ ਬਿਰਾਜਮਾਨ ਨੇ, ਤੇ ਜੇ ਅਗਰ ਧੰਨ ਸਤਿਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਦੀ
ਇਸ ਪ੍ਰਕਾਰ ਯਾਦ ਵਿੱਚ ਜੇ ਲੰਗਰ ਕਰਨਾ ਹੈ ਤਾਂ ਆਪ ਜਾ ਕੇ ਲੰਗਰ 'ਚ ਸੇਵਾ ਕਰਦੇ ਨੇ। ਇਹ ਨਹੀਂ ਵੀ ਅਸੀਂ ਗੱਦੀ ਦੇ ਮਾਲਕਾਂ ਦੇ ਚੌੜੇ ਹੋ ਕੇ ਬਹਿ ਜੀ ਮੱਥੇ ਟੇਕਦੇ ਨੇ, ਆਪਾਂ ਉਹਨੂੰ ਕੀ ਲੋੜ ਹੱਥ ਲਾਉਣ ਦੀ। ਸੇਵਾ ਜੋ ਸੇਵਾ ਗੁਰੂ ਚਰਨਾਂ ਦੇ ਵਿੱਚ, ਸੋ ਆਪ ਜੀ ਨੇ ਸੇਵਕ ਬਣ ਕੇ ਨਿਭਾਈ ਹੈ ਅਤੇ ਗੁਰੂ ਪਦਵੀ 'ਤੇ ਬਿਰਾਜਮਾਨ ਹੋ ਕਰ ਸੇਵਾ ਤਿਆਗੀ ਨਹੀਂ ਹੈ, ਉਸੇ ਤਰ੍ਹਾਂ ਸੇਵਾ ਕਰਦੇ ਹਨ। ਅਪਰ ਸਿੱਖ ਮਿਲ ਪਾਕ ਸੁਧਾਰਾ, ਇਸ ਪ੍ਰਕਾਰ ਤੋ ਹੋਰ ਗੁਰਸਿੱਖਾਂ ਨੇ ਮਿਲ ਕਰਕੇ ਪਾਕ ਰਸੋਈ ਦਾ ਨਾਮ ਲੰਗਰ ਤਿਆਰ ਕੀਤਾ। ਬਹੁ ਪੰਕਤ ਇੱਕ ਸਾਰ ਬਿਠਾਈ, ਤੇ ਇੱਕੋ ਜਿਹੀ ਪੰਗਤਾਰੀ ਬਿਠਾਈ ਹੈ। ਜੋ ਇਹ ਭਰਮ ਸੀ ਕਿ ਭਾਈ ਵੱਖਰੀ ਵੱਖਰੀ ਪੰਗਤ, ਬ੍ਰਾਹਮਣਾਂ ਦੀ ਪੰਗਤ ਲੱਗੂ ਵੱਖਰੀ, ਖੱਤਰੀ ਦੀ ਵੈ, ਸ਼ੂਦਰਾਂ ਦੀ ਵੱਖਰੀ ਵੱਖਰੀ, ਸ਼ੂਦਰਾਂ ਨੂੰ ਤਾਂ ਕਹਿੰਦੇ ਬਾਹਰ ਹੀ ਰੱਖੋ, ਲੰਗਰ ਤੋਂ ਬਾਹਰ ਹੀ ਲਾ ਦਿਓ, ਇਹ ਇਹੋ ਜਿਹਾ ਪ੍ਰਚਾਰ ਸੀ ਪਹਿਲਾਂ। ਪਰ ਸਾਹਿਬ ਗੁਰੂ ਨਾਨਕ ਦੇ ਘਰ ਵਿੱਚ ਕਹਿੰਦੇ ਇੱਕੋ ਹੀ ਪੰਗਤ, ਇੱਕੋ ਹੀ ਸੰਗਤ, ਸਭ ਬਰਾਬਰ, ਪਰਮੇਸ਼ੁਰ ਦੀ ਜੋਤ ਸਾਰਿਆਂ ਵਿੱਚ ਆ, ਰੱਬ ਦੇ ਘਰੋਂ ਸਾਰੇ ਹੀ ਇਸ ਪ੍ਰਕਾਰ ਇੱਕ ਰੂਪ ਵਿੱਚ ਹੀ ਆਏ ਨੇ। ਇਸ ਵਾਸਤੇ ਕੋਈ ਭਰਮ ਭੇਦ ਨਹੀਂ, ਭਰਮ ਭੇਦ ਹੈ ਜੀਵਾਂ ਦੇ ਮਾੜੇ ਚੰਗੇ ਕਰਮਾਂ ਦਾ। ਇਉਂ ਕਹਿੰਦੇ ਇੱਕ ਸਾਰ ਪੰਗਤ ਲੁਆਈ ਮਹਾਰਾਜ ਨੇ, ਲੱਗੇ ਪਰੋਸਣ ਕੋ ਸਮਦਾਈ, ਤੇ ਬਹੁਤ ਸਾਰੇ ਇਸ ਪ੍ਰਕਾਰ ਲੰਗਰ ਪਰੋਸਣ ਲਾਗੇ ਵਰਤਾਵੇ। ਸਵਾਦ ਵਿਸਾਲ ਅਚਹੇ ਸਭ ਸੰਗਤ, ਬੜੇ ਸੁੰਦਰ ਸਵਾਦ ਵਾਲੇ ਭੋਜਨ ਤਿਆਰ ਨੇ, ਸਭ ਸੰਗਤਾਂ ਛਕਦੀਆਂ ਹਨ। ਬੈਠ ਬੈਠ ਕਰ ਆਪਣੀ ਪੰਗਤ, ਇਸ ਪ੍ਰਕਾਰ ਪੰਗਤਾਂ ਵਿੱਚ ਬੈਠ ਬੈਠ ਕਰਕੇ ਪ੍ਰੇਮ ਨਾਲ ਛਕਿਆ ਭੋਜਨ। ਸਭ ਤ੍ਰਿਪਤੇ ਅਚ ਸਵਾਦ ਆਹਾਰਾ, ਬੜਾ ਸਵਾਦ ਵਾਲਾ ਭੋਜਨ ਸਾਰਿਆਂ ਨੇ ਛਕਿਆ ਹੈ, ਸਭ ਰੱਜ ਗਏ ਹਨ। ਕੀਨਸ ਇਨ ਗੁਰ ਪੁਰਬ ਉਧਾਰਾ, ਉਹ ਕਹਿੰਦੇ ਨੇ ਭਾਈ ਇਸ ਪ੍ਰਕਾਰ ਗੁਰੂ ਅਮਰਦਾਸ ਮਹਾਰਾਜ ਨੇ ਗੁਰੂ ਦਾ ਪੁਰਬ ਕੀਤਾ, ਜੋਤੀ ਜੋਤ ਸਮਾਉਣ ਦਾ ਲੰਗਰ ਕੀਤਾ ਮਹਾਰਾਜ ਦਾ। ਸ੍ਰੀ ਅੰਗਦ ਗੁਰ ਸਿਮਰਨ ਕਰ ਕਰ, ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਨੂੰ ਯਾਦ ਕਰ ਕਰਕੇ, ਬੰਦਤ ਕਰ ਬੰਦ ਹੈ ਸਿਰ ਧਾਰ ਧਾਰ, ਹੱਥ ਜੋੜ ਜੋੜ ਕਰਕੇ ਤੇ ਨਮਸਕਾਰਾਂ ਕਰਦੇ ਹਨ ਗੁਰੂ ਨੂੰ ਯਾਦ ਕਰਕੇ। ਸ੍ਰੀ ਨਾਨਕ ਕੋ ਲੈ ਕਰ ਨਾਮਾ, ਧੰਨ ਸਾਹਿਬ ਗੁਰੂ ਨਾਨਕ ਸਾਹਿਬ ਦਾ ਨਾਮ ਲੈ ਕੇ, ਕਰ ਅਰਦਾਸ ਸਰਬ ਅਬ ਰਾਮਾ, ਬਹੁਤ ਸੁੰਦਰ ਕਹਿੰਦੇ ਸਾਰਿਆਂ ਨੇ ਅਰਦਾਸ ਬੇਨਤੀ ਕੀਤੀ, ਲੰਗਰ ਛਕ ਲਿਆ ਹੈ, ਅਰਦਾਸ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਨਾਮ ਲਏ ਸਤਿਗੁਰਾਂ ਦੇ। ਮਸਤਕ ਟੇਕਤ ਸੰਗਤ ਸਾਰੀ, ਸਾਰੀ ਸੰਗਤ ਨੇ ਨਮਸਕਾਰ ਕੀਤੀ, ਮੱਥਾ ਟੇਕਿਆ। ਕਰ ਉਤਸ਼ਾਹ ਮਿਲੀ ਤਿਸ ਬਾਰੀ, ਇਸ ਵੇਲੇ ਸਭ ਸੰਗਤ ਉਤਸ਼ਾਹ ਦੇ ਨਾਲ ਉਦਮ ਨਾਲ ਮਿਲੀ ਇਕੱਠੀ ਹੋਈ ਸੰਗਤ। ਦਾਸੂ ਅਰਦਾਤੂ ਕੇ ਮਨ ਕੀ, ਸਾਹਿਬ ਅਮਰਦਾਸ ਅੰਤਰ ਜਾਮੀ ਹਨ, ਦਾਸੂ ਤੇ ਦਾਤੂ ਦੇ ਮਨ ਦੀ ਗੱਲ ਜਾਣ ਲਈ ਮਹਾਰਾਜ ਨੇ, ਧੰਨ ਮੇਰੇ ਸਤਿਗੁਰੂ ਜੀ। ਸੋ ਨਿਮਰਤਾ ਦੇ ਪੁੰਜ ਨੇ, ਉੱਚਿਆਂ ਤੋਂ ਉੱਚੇ ਨੇ ਤੇ ਨਿਮਰਤਾ ਵਿੱਚ ਨਿਮਰਤਾ ਵਾਲੇ ਨੇ। ਦਾਸੂ ਦਾਤੂ ਦੇ ਮਨ ਦੀ ਅੰਤਰ ਜਾਮ ਗੱਲ ਜਾਣ ਲਈ ਮਹਾਰਾਜ ਨੇ। ਲੱਖ ਸ੍ਰੀ ਅਮਰ ਗੁਰੂ ਵਿਦ ਇਨ ਕੀ, ਤੇ ਮੇਰੇ ਅਮਰਦਾਸ ਸਤਿਗੁਰਾਂ ਨੇ ਇਹਨਾਂ ਦੀ ਵਿਧੀ ਇਉਂ ਜਾਣੀ ਹੈ। ਹੋਏ ਨਿਮਰ ਪਦ ਪਾਰ ਕਰ ਨਮੋ, ਤੇ ਮੇਰੇ ਸਤਿਗੁਰੂ ਜੀ ਜਾਣ ਗਏ ਇਹ ਵਡਿਆਈ ਲੋੜਦੇ ਹੈ, ਵੈਸੇ ਗੁਰੂ ਕੇ ਸਾਹਿਬਜ਼ਾਂ ਦੇ ਵੱਡੇ ਹੈ, ਮਹਾਰਾਜ ਕਹਿੰਦੇ ਸਾਨੂੰ ਕੀ ਫਰਕ ਪੈਂਦਾ। ਦਾਸੂ ਅਤੇ ਦਾਤੂ ਦੇ ਚਰਨਾਂ 'ਤੇ ਮੱਥਾ ਟੇਕਦਾ ਮਹਾਰਾਜ ਅਮਰਦਾਸ ਮਹਾਰਾਜ, ਵੀ ਇਹਨਾਂ ਦੀ ਮਨ ਦੀ ਭਾਵਨਾ ਹੈ, ਇਹ ਖਡੂਰ ਸਾਹਿਬ ਅਸੀਂ ਹਾਂ, ਗੁਰੂ ਦੇ ਸਾਹਿਬਜ਼ਾਦੇ ਹਾਂ। ਮਹਾਰਾਜ ਕਹਿੰਦੇ ਠੀਕ ਆ, ਜੇ ਕੋਈ ਵੱਡਾ ਕਹਾਏ ਵਡਾਈ ਖਾਵੇ, ਇਹਨਾਂ ਨੂੰ ਵਡਿਆਈ ਦੇ ਦਿਓ। ਮਹਾਰਾਜ ਨਮਸਕਾਰ ਕੀਤੀ ਇਹਨਾਂ ਨੂੰ। ਸੰਗਤ ਭਈ ਸੰਗਤ ਹੈ ਸਮੋ, ਉਸ ਵੇਲੇ ਸਾਰੀ ਸੰਗਤ ਤਾਂ ਭਾਈ ਗੁਰੂ ਦੀ ਸੰਗਤ ਗੁਰੂ ਨਾਲ ਹੀ ਜੁੜਨੀ ਹੈ। ਸੋ ਅਮਰਦਾਸ ਮਹਾਰਾਜ ਸਾਰੀ ਸੰਗਤ ਜੁੜ ਗਈ। ਗੋਇੰਦਵਾਲ ਪੰਥ ਚੱਲ ਪਰੇ, ਖਡੂਰ ਸਾਹਿਬ ਇਹ ਮਰਿਆਦਾ ਕਰਕੇ ਧੰਨ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਦੀ ਇਸ ਪ੍ਰਕਾਰ, ਤੇ ਹੁਣ ਮੇਰੇ ਸਤਿਗੁਰੂ ਜੀ ਗੁਰੂ ਦੇ ਬਖਸ਼ੇ ਹੋਏ ਨਗਰੀ ਗੋਇੰਦਵਾਲ ਸਾਹਿਬ ਨੂੰ ਚੱਲੇ ਹਨ। ਮੁੱਖ ਖਡੂਰ ਦਿਸ ਤਿਸ ਬਿੱਦ ਕਰੇ, ਪਰ ਗੁਰੂ ਅੰਗਦ ਦੇਵ ਸਾਹਿਬ ਸੱਚਖੰਡ ਚਲੇ ਗਏ, ਪਰ ਆਪਣਾ ਨਿਯਮ ਉਵੇਂ ਹੀ ਰੱਖਿਆ ਕਿ ਖਡੂਰ ਸਾਹਿਬ ਤੋਂ ਗੋਇੰਦਵਾਲ ਸਾਹਿਬ ਨੂੰ ਚੱਲੇ ਹਨ ਅਤੇ ਮੁੱਖ
ਖਡੂਰ ਸਾਹਿਬ ਨੂੰ ਰੱਖਿਆ। ਪਿਛਲੇ ਪੈਰੀ ਤੁਰਦੇ ਹਨ, ਪਾਛਲੀ ਦਿਸ਼ਾ ਗਮਨ ਤੇ ਜਾਏ ਤੇ ਪਿਛਲੀ ਦਿਸ਼ਾ ਨੂੰ ਤੁਰੇ ਜਾ ਰਹੇ। ਇਹ ਧੰਨ ਗੁਰੂ ਅਮਰਦਾਸ ਮਹਾਰਾਜ ਦੀ ਵਡਿਆਈ ਉਹਨਾਂ ਨੂੰ ਬਣ ਆਉਂਦੀ ਹੈ। ਇਸੇ ਪ੍ਰਕਾਰ ਪਹੁੰਚ ਤੇ ਸਥਾਏ, ਇਸੇ ਤਰ੍ਹਾਂ ਹੀ ਮੇਰੇ ਸਤਿਗੁਰੂ ਉਸੇ ਥਾਂ ਤੇ ਪਹੁੰਚੇ। ਸ੍ਰੀ ਅੰਗਦ ਕੋ ਸਿਮਰਨ ਕਰਕੇ, ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਨੂੰ ਯਾਦ ਕੀਤਾ। ਮਸਤਕ ਧਰਨੀ ਪਰ ਨਿਜ ਧਰ ਕੇ, ਆਪਣਾ ਮੱਥਾ ਧਰਤੀ ਤੇ ਟਿਕਾਇਆ ਜਿੱਥੇ ਇਸ ਪ੍ਰਕਾਰ ਦਮਦਮਾ ਸਾਹਿਬ ਅਸਥਾਨ ਹੈ। ਮਹਾਂਪੁਰਖਾਂ ਨਾਲ ਜਦੋਂ ਦਰਸ਼ਨ ਕੀਤੇ ਸੀ, ਅਜੇ ਉਹ ਜੰਡ ਜਿਹੜਾ ਸੀ ਉੱਥੇ ਮੌਜੂਦ ਸੀ। ਦਮਦਮਾ ਸਾਹਿਬ ਗੁਰਦੁਆਰੇ ਉਹ ਥੋੜ੍ਹਾ ਜਿਹਾ ਬੰਦੇ ਦੇ ਸਿਰ ਤੋਂ ਉੱਚਾ ਅਤੇ ਟੇਢਾ, ਇਸ ਤਰ੍ਹਾਂ ਦੇ ਨਾਲ ਗੋਲ ਜਿਹਾ ਹੋਇਆ। ਅਤੇ ਜਦੋਂ ਮਹਾਰਾਜ ਗਾਗਰ ਲਿਆਉਂਦੇ ਸੀ ਜਲਦੀ, ਤਾਂ ਕਹਿੰਦੇ ਇਹਦੇ ਉੱਤੇ ਰੱਖ ਕਰਕੇ ਅਤੇ ਦਮ ਲੈਂਦੇ ਸੀ, ਉੱਤੇ ਟਿਕਾ ਲੈਣਾ ਅਤੇ ਫਿਰ ਆਪਣੇ ਸਿਰ 'ਤੇ ਚੁੱਕ ਕੇ ਗਾਗਰ 'ਤੇ ਅੱਗੇ ਤੁਰਦੇ ਸੀ। ਉਹਦਾ ਨਾਮ ਦਮਦਮਾ ਸਾਹਿਬ ਹੈ। ਤਾਂ ਉਸ ਜਗ੍ਹਾ 'ਤੇ ਪਹੁੰਚ ਕੇ ਰੋਜ਼ਾਨਾ ਦਾ ਨਿਯਮ ਸੀ। ਸੋ ਇਸ ਪ੍ਰਕਾਰ ਤਿੰਨ ਕੋਹਾਂ ਦਾ, ਚਾਰ ਕੋਹਾਂ ਦਾ ਫਾਸਲਾ ਤਕਰੀਬਨ, ਉੱਥੋਂ ਮਹਾਰਾਜ ਨਮਸਕਾਰ ਕਰਨੀ, ਪੁੱਠੇ ਪੈਰੀ ਜਾ ਕੇ ਅਤੇ ਫਿਰ ਗੋਇੰਦਵਾਲ ਸਾਹਿਬ ਮੁੱਖ ਕਰਨਾ। ਨਮਸਕਾਰ ਕਰ ਪ੍ਰੇਮ ਪ੍ਰਵੀਨ, ਤੋ ਮਹਾਨ ਪ੍ਰੇਮ ਦੇ ਵਿੱਚ ਪ੍ਰਵੀਨ ਹਨ, ਸਿਆਣੇ ਹਨ। ਨਮਸਕਾਰ ਕਰਕੇ ਗੋਇੰਦਵਾਲ ਦਿਸਾ ਮੁੱਖ ਕੀਨ, ਫਿਰ ਗੋਇੰਦਵਾਲ ਸਾਹਿਬ ਵੱਲ ਮੁੱਖ ਕੀਤਾ ਹੈ। ਜਾਏ ਆਪਣੇ ਸਦਨ ਬਿਰਾਜੇ, ਆਪਣੇ ਜਾ ਕੇ ਪਵਿੱਤਰ ਅਸਥਾਨ ਤੇ ਬਿਰਾਜਮਾਨ ਹੋਏ ਸਤਿਗੁਰੂ ਜੀ। ਗੁਰਤਾ ਗਾਦੀ ਪਰ ਸਭ ਸੁਭ ਸਾਜੇ, ਆਪਣੇ ਗੁਰਤਾ ਗੱਦੀ ਤੇ ਮਹਾਰਾਜ ਬਿਰਾਜਮਾਨ ਹੋਏ, ਸੰਗਤਾਂ ਸਾਰੀਆਂ ਨਾਲ ਹਨ। ਦੋਹਰਾ ਸੋਲਹ ਸਹਿ ਸੰਮਤ ਹੁਤੋ, ਕਹਿੰਦੇ ਭਾਈ ਇਹ ਬਿਕਰਮੀ ਸੰਮਤ 1600 ਸੀ। ਨੌ ਉਪਰ ਤਿਸ ਜਾਨ, ਤੇ ਇਸ ਪ੍ਰਕਾਰ ਉੱਪਰ ਨੌ ਗਿਣ ਲਓ, ਜਾਣ ਲਓ। ਚੇਤ ਸੁਧੀ ਥਿਤ ਚੌਥ ਤਬ, ਚੇਤ ਸੁਧੀ ਚੌਥ ਦੀ ਥਿਤ ਸੀ। ਹੁਣ ਇਹ ਸਾਡਾ ਤਾਂ ਇਤਿਹਾਸ ਜਿਹੜਾ ਹੈ, ਇਹ ਸਾਡੇ ਗੁਰੂਆਂ ਨੇ ਮੰਨਿਆ। ਚੇਤ ਸਾਗ 12 ਮਾਹ ਉਚਾਰਨ ਕੀਤੇ ਨੇ ਅਤੇ ਮਹਾਰਾਜ ਦੀਆਂ ਥਿੱਤਾਂ 12 ਜਿਹੜੀਆਂ ਬਿਕਰਮੀ ਸੰਮਤ ਦੇ ਨਾਲ ਸਾਡਾ ਇਤਿਹਾਸ ਹੈ। ਪਰ ਹੁਣ ਐਸੀ ਲਹਿਰ ਵਗ ਗਈ ਹੈ ਕਿ ਹੁਣ ਸੰਨ ਦੀਆਂ ਤਰੀਕਾਂ ਜਿਹੜੀਆਂ ਨੇ ਈਸਾਈਆਂ ਦੀਆਂ, ਇਸ ਸੰਨ ਦੇ ਮਗਰ ਲੱਗ ਗਏ। ਇਹ ਪੁਰਾਣਾ ਇਤਿਹਾਸ ਹੀ ਸਾਡਾ ਖਰਾਬ ਕਰ ਦਿੱਤਾ। ਜਿਤਨਾ ਸਮਾਂ ਦਾਸ ਕੇਸਗੜ੍ਹ ਦੇ ਤਖ਼ਤ 'ਤੇ ਸੇਵਾ, ਗੁਰੂ ਦੀ ਕਿਰਪਾ, ਮਹਾਂਪੁਰਖਾਂ ਦੀ ਮਿਹਰ ਨਿਭਾਈ ਹੈ, ਉੱਥੇ ਦਾਸ ਇਹ ਪ੍ਰਚਾਰ ਕਰਦੇ ਰਹੇ ਤਖ਼ਤ 'ਤੇ ਖਲੋ ਕੇ, ਭਾਈ ਦੁਨੀਆਂ ਦੇ ਅੰਦਰ ਦੁਨੀਆਂ ਦੇ ਜਿਹੜੇ ਸਿਆਣੇ ਫਿਲਾਸਫਰ ਲੋਕ ਨੇ ਉਹ ਕਹਿੰਦੇ ਨੇ, ਜਿਸ ਕੌਮ ਨੂੰ ਕਮਜ਼ੋਰ ਕਰਨਾ ਉਹਦਾ ਇਤਿਹਾਸ ਕਮਜ਼ੋਰ ਕਰ ਦਿਉ, ਜਿਸ ਕੌਮ ਨੂੰ ਖਤਮ ਕਰਨਾ ਉਹਦਾ ਇਤਿਹਾਸ ਖਤਮ ਕਰ ਦਿਉ, ਕੌਮ ਖਤਮ ਹੋ ਜਾਏ। ਸਾਡੇ ਨਾਲ ਉਹੀ ਹੋਇਆ। ਮਿਲੂ ਸਟਾਰ ਦੇ ਵਿੱਚ ਰੈਫਰੈਂਸ ਲਾਇਬ੍ਰੇਰੀ ਸਾਡਾ ਪੁਰਾਤਨ ਇਤਿਹਾਸ ਸਾਰਾ ਹੀ ਚੁੱਕ ਕੇ ਲੈ ਗਏ। ਪਰ ਪਤਾ ਨਹੀਂ ਸਾਡੇ ਲੀਡਰਾਂ ਨੂੰ ਕੀ ਹੋਇਆ, ਵੱਡੇ ਵੱਡੇ ਇਕੱਠਾਂ ਦੇ ਵਿੱਚ ਅਸੀਂ ਮਤੇ ਪੁਆ ਪੁਆ ਕਰਕੇ ਇਸ ਪ੍ਰਕਾਰ ਬੇਨਤੀਆਂ ਕੀਤੀਆਂ ਨੇ ਕਿ ਸਾਨੂੰ ਪਤਾ ਲੱਗਾ ਕਿ ਮੇਰਠ ਦੇ ਅੰਦਰ ਸਾਡਾ ਸਾਰਾ ਹੀ ਉਹ ਪੁਰਾਤਨ ਜਿਹੜਾ ਇਤਿਹਾਸ ਚੁੱਕ ਕੇ ਲਿਜਾ ਕੇ ਰੱਖਿਆ ਹੈ। ਉੱਥੇ ਇਹਨਾਂ ਨੇ ਵੱਡੇ ਵੱਡੇ ਵਿਦਵਾਨ ਲਾਏ ਨੇ, ਉਹਦੇ ਉੱਤੇ ਖੋਜ ਕਰ ਰਹੇ ਨੇ, ਅਤੇ ਜਿੱਥੇ ਜਿੱਥੇ ਸਾਡੇ ਸਿੱਖ ਧਰਮ ਦੇ ਵਿੱਚ ਵਿਸ਼ੇਸ਼ਤਾ ਸਿੱਖੀ ਦੀ ਦ੍ਰਿੜਤਾ ਹੈ, ਉਹਦੇ ਵਿੱਚ ਉਹ ਫਰਕ ਪਾ ਪਾ ਕੇ ਅਤੇ ਨਵੇਂ ਪੰਫਲਟ ਜਿਹੜੇ ਨੇ ਛਾਪ ਕਰਕੇ ਇਤਿਹਾਸ ਵਿਗਾੜ ਕਰਕੇ ਉਹ ਅੱਗੇ ਤੋਰ ਰਹੇ ਨੇ। ਭਾਈ ਇਹ ਮਤਾ ਪਾ ਕਰਕੇ ਵਾਪਸ ਮੰਗਾਓ, ਪਰ ਕਦੇ ਵੀ ਐਸਾ ਨਹੀਂ ਹੋਇਆ। ਸੋ ਇਸ ਪ੍ਰਕਾਰ ਕੌਮੀ ਤੌਰ ਦੇ ਉੱਤੇ ਕਦੇ ਵੀ ਐਸਾ ਜਿਹੜਾ ਇਹ ਯਤਨ ਨਹੀਂ ਕੀਤਾ ਗਿਆ। ਅਤੇ ਇਸ ਪ੍ਰਕਾਰ ਇਤਿਹਾਸ ਸਾਡਾ ਲੈ ਗਿਆ ਅਤੇ ਸਾਡੇ ਜਿਹੜੇ ਨਾਨਕ ਸ਼ਾਹੀ ਲਿਖ ਦਿੱਤਾ ਕਿ ਲਿਖਣ ਦੇ ਨਾਲ ਨਾਨਕ ਸ਼ਾਹੀ ਬਣ ਗਿਆ। ਸਨਤ ਈਸਵੀ ਦੇ ਸਾਰੀਆਂ ਗੱਲਾਂ ਕਰ ਰਹੇ ਹਾਂ ਅਤੇ ਨਾਨਕ ਸ਼ਾਹੀ ਨਾਮ ਰੱਖ ਦਿੱਤਾ, ਭੰਬਲ ਭੂਸਾ ਪਾਇਆ, ਇਹੋ ਜਿਹੀ ਸਾਡੀ ਸਿੱਖ ਸੰਗਤ ਹੈ। ਕਾਹਦਾ ਨਾਨਕ ਸ਼ਾਹੀ ਬਣ ਗਿਆ ਭਾਈ, ਸਾਡਾ ਸਾਰਾ ਇਤਿਹਾਸ ਵਿਗਾੜ ਦਿੱਤਾ। ਸੰਗਰਾਂਦਾਂ ਇਹਨਾਂ ਨੇ ਬਦਲੀਆਂ ਸਨ, ਸਾਰੇ ਗੁਰਪੁਰਬ ਸਾਰੇ ਤੁਸੀਂ ਦੇਖ ਲਓ ਇੱਕ ਦਿਨ 'ਚ ਚਾਰ ਚਾਰ ਗੁਰਪੁਰਬ। ਤਾਂ ਇਹ ਕਿਸ ਤਰੀਕੇ ਦੇ ਨਾਲ
ਇਤਿਹਾਸ ਦੀ ਕਮਜ਼ੋਰੀ। ਹੁਣ ਆਉਣ ਵਾਲੇ ਸਾਡੇ ਜਿਹੜੇ ਬੱਚੇ ਆ, ਜਦੋਂ ਇਤਿਹਾਸ ਆਹ ਨਵਾਂ ਪੜ੍ਹਨਗੇ ਤਾਂ ਕਹਿਣਗੇ ਇਹ ਕੀ ਲਿਖਿਆ ਹੋਇਆ, ਇਹ ਤਾਂ ਪਤਾ ਨਹੀਂ ਲੱਗਦਾ ਕਿਸੇ ਨੂੰ, ਇਤਿਹਾਸ ਸਾਰਾ ਖਰਾਬ। ਤੋ ਕਹਿੰਦੇ ਨੇ ਭਾਈ 1609 ਬਿਕਰਮੀ ਸੰਮਤ ਸੀ ਅਤੇ ਚੇਤ ਸੁਦੀ ਚੌਥ ਦਾ ਦਿਨ ਸੀ, ਜਦੋਂ ਸਤਿਗੁਰੂ ਗੁਰੂ ਅੰਗਦ ਦੇਵ ਸਾਹਿਬ ਸੱਚਖੰਡ ਪਿਆਨਾ ਕੀਤਾ ਹੈ, ਤਬ ਸ੍ਰੀ ਅੰਗਦ ਪ੍ਰਸਥਾਨ, ਤਾਂ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਪ੍ਰਸਥਾਨ ਕੀਤਾ, ਸੱਚਖੰਡ ਨੂੰ ਗਏ ਹਨ, ਤਰੇਹਣ ਕੁਲ ਬਾਹਜ ਬਰਨ, ਤੋਂ ਮੇਰੇ ਸਤਿਗੁਰੂ ਜੀ ਦੇ ਕੋਲ ਗੋਤ ਸੀ ਤਰੇਹਣ, ਤੇ ਬਾਹਜ ਖੱਤਰੀਆਂ ਦੀ ਜਾਤ ਸੀ, ਫੇਰੂ ਪਿਤਾ ਸੁਭਾਗ, ਤੇ ਭਾਗਾਂ ਵਾਲੇ ਪਿਤਾ ਫੇਰੂ ਜੀ ਸਨ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਦੇ, ਸਬਰਾਈ ਮਾਤਾ ਹੁਤੀ, ਮਾਤਾ ਸਬਰਾਈ ਜੀ ਸਨ ਮਹਾਰਾਜ ਸਤਿਗੁਰਾਂ ਦੇ, ਸ੍ਰੀ ਅੰਗਦ ਸੁਖ ਬਾਗ, ਮੇਰੇ ਸਤਿਗੁਰੂ ਪਾਤਸ਼ਾਹ ਬਾਗ ਦੀ ਸੁੰਦਰਤਾ ਸੁਖ ਦੇਣ ਵਾਲੇ ਮਹਾਰਾਜ ਜੀ ਐਸੇ ਸਨ, ਖੀਵੀ ਨਾਮ ਸੋ ਭਾਰਜਾ, ਮਹਾਰਾਜ ਦੇ ਮਹਿਲ ਮਾਤਾ ਖੀਵੀ ਜੀ ਸਨ, ਪਤ ਬ੍ਰਤ ਧਰਮ ਸਦੀਵ, ਜੋ ਸਦਾ ਵਾਸਤੇ ਪਤੀ ਵਰਤਾ ਧਰਮ ਵਿੱਚ ਕਾਇਮ ਸਨ, ਦਾਸੂ ਦਾਤੂ ਪੁੱਤਰ ਦੋਏ, ਦਾਸੂ ਤੇ ਦਾਤੂ ਇਹ ਦੋਵੇਂ ਮਹਾਰਾਜ ਦੇ ਸਾਹਿਬਜ਼ਾਦੇ ਸਨ, ਮਹਾਸਕਤ ਜੁੱਤ ਥੀਵ, ਇਹ ਮਹਾਨ ਸ਼ਕਤੀ ਸੰਪੰਨ ਸਨ ਗੁਰੂ ਦੇ ਸਾਹਿਬਜ਼ਾਦੇ, ਬਰਕਤਾਂ ਬਖਸ਼ਿਸ਼ਾਂ ਗੁਰੂ ਦੀਆਂ ਸਨ ਇਹਨਾਂ ਕੋਲ, ਸੰਮਤ ਦਵਾਦਸ ਮਾਸ ਖੱਟ, ਤੋ ਦਵਾਦਸ ਦਸ ਤੇ ਦੋ 12 ਸਾਲ ਤੇ ਖੱਟ ਮਾ 6 ਮਹੀਨੇ, 9 ਦਿਨ ਉੱਪਰ ਚੀਨ, ਚੀਨ ਜਾਣ ਲਓ ਕਿ 9 ਦਿਨ ਉੱਪਰ ਦਾ ਜਿਹੜਾ ਸਮਾਂ ਹੈ, ਗੁਰਤਾ ਗੱਦੀ ਪਰ ਥਿਰੇ, ਧੰਨ ਮੇਰੇ ਸਤਿਗੁਰੂ ਅੰਗਦ ਦੇਵ ਸਾਹਿਬ ਜੀ ਗੁਰਤਾ ਗੱਦੀ ਤੇ ਟਿਕ ਕੇ ਗੁਰਿਆਈ ਕੀਤੀ ਆ ਇਤਨਾ ਸਮਾਂ, ਅੰਗਦ ਗੁਰੂ ਪ੍ਰਬੀਨ, ਅੰਤਰ ਜਾਮੀ ਧੰਨ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਨੇ 12 ਸਾਲ 6 ਮਹੀਨੇ 9 ਦਿਨ ਗੁਰਗੱਦੀ ਕੀਤੀ ਹੈ, ਪਠ ਹੈ ਸੁਨ ਹੈ ਇਤਿਹਾਸ ਕੋ, ਇਹ ਮੇਰੇ ਸਤਿਗੁਰਾਂ ਦਾ ਇਤਿਹਾਸ ਹੈ, ਜਿਹੜਾ ਇਸ ਇਤਿਹਾਸ ਨੂੰ ਪ੍ਰੇਮ ਨਾਲ ਪੜ੍ਹੇਗਾ, ਇਸ ਨੂੰ ਸੁਣੇਗਾ, ਆਸਾ ਪੂਰਨ ਹੋਏ, ਉਹਨਾਂ ਦੀਆਂ ਮਨ ਦੀਆਂ ਆਸਾਂ ਸਾਰੀਆਂ ਪੂਰੀਆਂ ਹੋਣਗੀਆਂ, ਇਹ ਦੂਸਰ ਪਾਤ ਸਾਹ ਕੋ, ਇਹ ਧੰਨ ਗੁਰੂ ਨਾਨਕ ਗੁਰਗੱਦੀ ਦੇ ਦੂਸਰੇ ਪਾਤਸ਼ਾਹ ਜੀ ਜੋ ਹਨ, ਕਰਿਓ ਸੁਣਿਓ ਜਿਮ ਜੋਏ, ਤੇ ਕਵੀ ਜੀ ਕਹਿੰਦੇ ਮੈਂ ਜਿਸ ਤਰ੍ਹਾਂ ਨਾਲ ਸੁਣਿਆ ਹੈ ਅਤੇ ਇਸ ਪ੍ਰਕਾਰ ਉਸ ਤਰੀਕੇ ਦੇ ਨਾਲ ਮਹਾਰਾਜ ਦਾ ਇਤਿਹਾਸ ਮੈਂ ਛੰਦਾਬੰਦੀ ਵਿੱਚ ਰਚਨਾ ਕੀਤਾ ਹੈ, ਦੋਹਰਾ ਅਬ ਸ੍ਰੀ ਸਤਿਗੁਰ ਅਮਰ ਕੀ, ਕਹਿੰਦੇ ਵੀ ਦੂਜੇ ਪਾਤਸ਼ਾਹ ਸੱਚਖੰਡ ਪਿਆਨਾ ਕੀਤਾ ਉਹ ਇਤਿਹਾਸ ਜਿਵੇਂ ਸੁਣਿਆ ਅਸੀਂ ਲਿਖ ਦਿੱਤਾ ਹੈ। ਹੁਣ ਕਹਿੰਦੇ ਧੰਨ ਗੁਰੂ ਅਮਰਦਾਸ ਮਹਾਰਾਜ ਦੀ ਜੋ ਕਥਾ ਹੈ, ਕਥਾ ਕਹੋ ਰੁਚ ਠਾਨ, ਬੜੀ ਰੁਚੀ ਦੇ ਨਾਲ ਕਹਿੰਦੇ ਮੈਂ ਮਨ ਗੰਢ ਕੇ ਬੜੇ ਰੁਚੀ ਦੇ ਨਾਲ ਪ੍ਰੇਮ ਦੇ ਸਹਿਤ ਹੋ ਕਰਕੇ ਸਤਿਗੁਰੂ ਅਮਰਦਾਸ ਦੀ ਕਥਾ ਹੁਣ ਸ਼ੁਰੂ ਕਰਦਾ ਹਾਂ, ਸਰੋਤਾ ਸੁਨੋ ਪ੍ਰਸੰਨ ਹੋਵੇ, ਹੇ ਸਰੋਤੇ ਜਨੋ ਖੁਸ਼ ਹੋ ਕਰਕੇ ਸਰਵਣ ਕਰੋ ਤੀਜੇ ਪਾਤਸ਼ਾਹ ਮਹਾਰਾਜ ਦੀ ਕਥਾ ਨੂੰ, ਦੇਹੋ ਸਿੱਖੀ ਮੁਝ ਦਾਨ, ਤੇ ਕਹਿੰਦੇ ਨੇ ਕਵੀ ਜੀ ਭਾਈ ਸੰਤੋਖ ਸਿੰਘ ਮੈਨੂੰ ਸਤਿਗੁਰੂ ਜੀ ਸਿੱਖੀ ਦਾ ਦਾਨ ਬਖਸ਼ਿਸ਼ ਕਰੋ, ਮੈਨੂੰ ਗੁਰੂ ਦੀ ਸਿੱਖੀ ਪ੍ਰਾਪਤ ਹੋਵੇ ਤੇ ਗੁਰੂ ਦਾ ਇਤਿਹਾਸ ਸੰਗਤ ਸੁਣੋ, ਪਾਦੜੀ ਛੰਦ ਮੈਂ ਸੁਣੀ ਜਿਤਕ ਸੁਖ ਸਿੱਖ ਮੁਖ ਦਵਾਰ, ਭਾਈ ਸਾਹਿਬ ਕਹਿੰਦੇ ਜਿੰਨੀ ਮੈਂ ਗੁਰਸਿੱਖਾਂ ਦੇ ਮੁਖ ਤੋਂ ਸੁਣੀ ਕਥਾ, ਅਰ ਲਿਖੀ ਪਠੀ ਜੇ ਕਹਿ ਉਦਾਰ, ਜਿੱਥੇ ਕਿਤੇ ਸੋ ਸ੍ਰੇਸ਼ਟ ਗੁਰੂ ਸਾਹਿਬ ਦੀ ਲਿਖੀ ਹੋਈ ਸੀ ਜਾਂ ਸੁਣੀ ਹੋਈ ਸਾਰੀ ਕਥਾ ਲਿਖੀ ਜਾਂ ਪੜ੍ਹੀ ਆ ਜਿਤਨੀ, ਸੋ ਸਭ ਬਣਾਏ ਛੰਦਨ ਮਜਾਰ, ਉਹ ਸਾਰੀ ਜਿਹੜੀ ਮੈਂ ਛੰਦ ਕਵਿਤਾ ਦੇ ਵਿੱਚ ਬਣਾ ਕਰਕੇ ਲਿਖ ਰਿਹਾ ਹਾਂ, ਅਬ ਕਰਵ ਨਰੂਪਨ ਰੀਤ ਚਾਰ, ਤੋ ਹੁਣ ਕਹਿੰਦੇ ਮੈਂ ਸੋਹਣੇ ਰੀਤ ਚਾਰ ਸੁੰਦਰ ਤਰੀਕੇ ਦੇ ਨਾਲ ਮੈਂ ਉਚਾਰਨ ਕਰਦਾ ਹਾਂ, ਸ੍ਰੀ ਅਮਰਦਾਸ ਜਿਮ ਮਾਰ ਤੰਡ, ਧੰਨ ਗੁਰੂ ਅਮਰਦਾਸ ਜਿਸ ਤਰ੍ਹਾਂ ਮਾਰ ਤੰਡ ਜਿਸ ਤਰ੍ਹਾਂ ਸੂਰ ਜਿਹੜਾ ਆਕਾਸ਼ ਵਿੱਚ ਚਮਕਦਾ ਹੈ, ਗਾਦੀ ਗੁਰਨ ਸੰਧਿਅਨ ਅਖੰਡ, ਤਾਂ ਮੇਰੇ ਸਤਿਗੁਰਾਂ ਦੀ ਗੁਰਗੱਦੀ ਜਿਹੜੀ ਹੈ ਇਹ ਜਾਣ ਲਓ ਜਿਵੇਂ ਰੱਥ ਹੈ,
ਗੁਰਤਾ ਗੱਦੀ ਦਾ ਰਥ ਹੈ ਤੇ ਸਤਿਗੁਰੂ ਜੀ ਸੂਰਜ ਦੇ ਨਿਆਈ ਸੁਭਾਵਮਨ ਹੋਏ ਹਨ। ਤਿਸ ਪਰ ਅਰੂਢ ਥਿਤ ਹੋਏ ਆਪ ਟਿਕ ਕਰਕੇ ਉਸ ਗੁਰਤਾ ਗੱਦੀ ਦੇ ਰਥ ਦੇ ਉੱਤੇ ਸਵਾਰ ਹੋਏ ਹਨ। ਕੀਨਸ ਪ੍ਰਕਾਸ਼ ਸਭ ਦਿਸ ਪ੍ਰਤਾਪ, ਜਿਸ ਤਰ੍ਹਾਂ ਸੂਰਜ ਜਿਹੜਾ ਹੈ ਉਸ ਦਾ ਚਾਨਣ ਸਭ ਪਾਸੇ ਫੈਲਦਾ ਹੈ, ਇਸੇ ਤਰ੍ਹਾਂ ਮੇਰੇ ਸਤਿਗੁਰੂ ਜੀ ਸੋ ਗੁਰਤਾ ਗੱਦੀ ਦੇ ਰਥ ਤੇ ਬਿਰਾਜਮਾਨ ਹੋ ਕਰਕੇ ਸਭ ਪਾਸੇ ਸਾਹਿਬ ਗੁਰੂ ਨਾਨਕ ਦੇ ਘਰ ਦਾ ਸਿੱਖੀ ਦਾ ਪ੍ਰਤਾਪ ਪ੍ਰਕਾਸ਼ ਕੀਤਾ, ਪ੍ਰਗਟ ਕੀਤਾ ਹੈ। ਗੁਰਪੁਰਬ ਆਦਿ ਕਰਕੇ ਖਡੂਰ, ਧੰਨ ਸਤਿਗੁਰੂ ਪਾਤਸ਼ਾਹ ਜੀ ਦਾ ਜੋਤੀ ਜੋਤ ਸਮਾਉਣ ਦਾ ਪੁਰਬ ਕੀਤਾ ਹੈ, ਸਾਰਾ ਪੁਰਬ ਮਨਾ ਲਿਆ ਹੈ। ਗੋਇੰਦਵਾਲ ਪਹੁੰਚੇ ਹਦੂਰ, ਹਜ਼ੂਰ ਸਤਿਗੁਰੂ ਪਾਤਸ਼ਾਹ ਜੀ ਸ੍ਰੀ ਗੋਇੰਦਵਾਲ ਸਾਹਿਬ ਪਹੁੰਚ ਗਏ ਹਨ। ਦੀਨਨਾਥ ਗੁਰਤਾ ਸੋ ਪਾਏ, ਉਹ ਮਹਾਰਾਜ ਗਰੀਬਾਂ ਨੂੰ ਨਿਵਾਜਣ ਵਾਲੇ ਸਤਿਗੁਰਾਂ ਨੇ ਗੁਰਤਾ ਗੱਦੀ ਪ੍ਰਾਪਤ ਕੀਤੀ ਹੈ। ਹੋਏ ਆਨੰਦ ਮਗਨ ਪਰਵੇਸੇ ਸੋ ਜਾਏ, ਤੋ ਜਾ ਕਰਕੇ ਆਨੰਦ ਵਿੱਚ ਮਗਨ ਹੋਏ ਨੇ ਸਤਿਗੁਰੂ ਜੀ। ਇੱਕ ਹੁਤੋ ਸਦਨ ਪਰ ਸਦਨ ਚਾਰ, ਇੱਕ ਬੜਾ ਸੁੰਦਰ ਘਰ ਦੇ ਵਿੱਚ ਉੱਤੇ ਘਰ ਦੇ ਚੁਬਾਰਾ ਸੀ। ਤਿਸ ਪਰ ਅਰੂਢ ਦੀਏ ਦਰ ਕਿਵਾਰ, ਤੇ ਮੇਰੇ ਸਤਿਗੁਰੂ ਜੀ ਜਾ ਕਰਕੇ ਉਸ ਚੁਬਾਰੇ ਵਿੱਚ ਬੈਠ ਕੇ ਤੇ ਦਰਵਾਜ਼ਾ ਬੰਦ ਕਰ ਦਿੱਤਾ। ਨਿਕਸੇ ਨਾ ਬਾਹਰ ਨਹਿ ਕੋ ਬੁਲਾਏ, ਬਾਹਰ ਨਿਕਲੇ ਨਹੀਂ ਤੇ ਕਿਸੇ ਨੂੰ ਬੁਲਾਇਆ ਨਹੀਂ ਮਹਾਰਾਜ ਨੇ। ਚਿੱਤ ਹੋਏ ਸਮਾਧ ਗੰਭੀਰ ਲਾਏ, ਤੇ ਮੇਰੇ ਸਤਿਗੁਰੂ ਪਾਤਸ਼ਾਹ ਡੂੰਘੀ ਸਮਾਧੀ ਲਾ ਲਈ। ਸਾਧ ਸੰਗਤ, ਇਹ ਮੇਰੇ ਸਤਿਗੁਰੂ ਪਾਤਸ਼ਾਹ ਜੀ ਦੀ ਦੂਜੇ ਪਾਤਸ਼ਾਹ ਜੀ 6 ਮਹੀਨੇ ਦਰਵਾਜ਼ਾ ਬੰਦ ਕਰਕੇ ਸਮਾਧੀ ਵਿੱਚ ਬੈਠ ਗਏ ਸਨ, ਨਿਰਗੁਣ ਬ੍ਰਹਮ ਸਰੂਪ ਦੇ ਵਿੱਚ ਲੀਨ ਹੋ ਕੇ। ਹੁਣ ਧੰਨ ਗੁਰੂ ਅਮਰਦਾਸ ਮਹਾਰਾਜ, ਇਹ ਐਸਾ ਆਨੰਦ ਹੈ ਜੋ ਨਿਜ ਸਰੂਪ ਦਾ ਆਨੰਦ ਹੈ। ਹੁਣ ਮੇਰੇ ਸਤਿਗੁਰੂ ਪਾਤਸ਼ਾਹ ਅਮਰਦਾਸ ਮਹਾਰਾਜ ਜੀ ਚੁਬਾਰੇ ਵਿੱਚ ਬੈਠ ਕਰਕੇ ਦਰਵਾਜ਼ਾ ਬੰਦ ਕਰਨੇ ਆਪਣੇ ਨਿਜਾਨੰਦ ਵਿੱਚ ਬੈਠ ਗਏ ਹਨ। ਹੋਵੇ ਕਰ ਇਕਾਂਤ ਆਨੰਦ ਲੀਨ, ਇਕਾਂਤ ਹੋ ਕਰਕੇ ਆਨੰਦ ਲਿਆ, ਇਹਨੂੰ ਕਹੀਦਾ ਨਾ ਸਤ ਚੇਤਨ ਆਨੰਦ, ਜਿਹਨੂੰ ਕਹੀਦਾ ਵਿਗਾਸ ਖੇੜਾ। ਇਹ ਆਤਮਕ ਖੇੜਾ ਹੈ, ਆਤਮਕ ਆਨੰਦ ਹੈ, ਜਿਹਦੇ ਵਿੱਚ ਟਿਕ ਕਰਕੇ ਕੋਈ ਜਿਹੜੀ ਹੈ ਭੁੱਖ ਪਿਆਸ ਕਿਸੇ ਕਿਸਮ ਦੀ ਕੋਈ ਵੀ ਉਪਾਧੀ ਜਿਹੜੀ ਹੈ ਉਹ ਸਰੀਰ ਨੂੰ ਤੰਗ ਨਹੀਂ ਕਰਦੀ, ਆਨੰਦ ਹੈ ਇਹ ਸਮਾਧੀ ਦਾ ਆਨੰਦ। ਔਰ ਮੇਰੇ ਸਤਿਗੁਰਾਂ ਨੇ ਇਹ ਮਾਰਗ ਗੁਰਸਿੱਖਾਂ ਨੂੰ ਬਖਸ਼ਿਸ਼ ਕੀਤਾ। ਬਾਬਾ ਸੁੰਦਰ ਸਿੰਘ ਜੀ ਭਿੰਡਰਾਂਵਾਲੇ ਮਹਾਂਪੁਰਖਾਂ ਦੇ ਜੀਵਨ, ਬਾਬਾ ਗੁਰਬਚਨ ਸਿੰਘ ਬ੍ਰਹਮ ਗਿਆਨੀ ਮਹਾਂਪੁਰਖ ਖਾਲਸਾ ਜੀ ਨੇ ਉਹ ਲਿਖਿਆ ਹੈ, ਅਤੇ ਉਹਦੇ ਵਿੱਚ ਬਹੁਤ ਜਗ੍ਹਾ 'ਤੇ ਮਹਾਂਪੁਰਖਾਂ ਦੀ ਇਸ ਅਵਸਥਾ ਦਾ ਕਥਨ ਹੈ। ਮਹਾਂਪੁਰਖ ਜਥੇ ਨੂੰ ਕਿਹਾ ਚੰਗਾ ਭਾਈ ਤੁਸੀਂ ਸੰਥਿਆ ਪੜ੍ਹੋ, ਆਪ ਜੀ ਚੌਂਕੜਾ ਮਾਰ ਕੇ ਜੇ ਜੰਗਲ ਮਿਲਿਆ, ਜੰਗਲ ਵਿੱਚ ਜੇ ਸਥਾਨ ਮਿਲਿਆ ਸਥਾਨ, ਕਈ ਕਈ ਦਿਨ ਦੀ ਸਮਾਧੀ ਲਾਓ। ਸੰਤ ਬਾਬਾ ਅਤਰ ਸਿੰਘ ਮਸਤੂ ਵਾਲੇ ਮਹਾਂਪੁਰਖ ਨਿਜਾਨੰਦ ਵਿੱਚ ਲੀਨ ਹੁੰਦੇ ਸਮਾਧੀ। ਜਿਤਨੇ ਸਾਡੇ ਪ੍ਰਾਚੀਨ ਪੂਰਨ ਮਹਾਂਪੁਰਖ ਨੇ ਉਹਨਾਂ ਨੇ ਇਹ ਅਵਸਥਾ ਮਾਣੀਆਂ ਨੇ ਅਤੇ ਗੁਰੂ ਨੇ ਬਖਸ਼ਿਸ਼ ਕੀਤੀਆਂ। ਇਸ ਵਾਸਤੇ ਸੋ ਇਹ ਸੰਸਾਰਕ ਵਿੱਦਿਆ ਨੂੰ ਪੜ੍ਹਨ ਵਾਲੇ ਅੱਖਰੀ ਗਿਆਨੀ ਜਿਹੜੇ ਨੇ ਉਹ ਇਹਦੇ ਇਸ ਨੂੰ ਨਾ ਸਮਝ ਸਕਦੇ ਅਤੇ ਨਾ ਕਥਨੀ ਕਰ ਸਕਦੇ, ਉਹ ਇਹਨਾਂ ਗੱਲਾਂ ਨੂੰ ਐਵੇਂ ਸਮਝ। ਪਰ ਅਸਲ ਆਨੰਦ ਦੀ ਅਵਸਥਾ ਸਤਸੰਗਤ ਹੈ ਹੀ ਇਸੇ ਵਾਸਤੇ ਕਿ ਸਾਨੂੰ ਇਸ ਆਤਮਕ ਆਨੰਦ ਦੀ ਛੋਹ ਮਿਲੇ ਤਾਂ ਕਿ ਅਸੀਂ ਇਸ ਦੀ ਸਦੈਵੀ ਪ੍ਰਾਪਤੀ ਵਾਸਤੇ ਯਤਨਸ਼ੀਲ ਰਹੀਏ। ਗੁਰੂ ਬਖਸ਼ਿਸ਼ ਕਰਨ ਜੀ, ਜਬ ਮਹਿਦ ਜੋਤ ਪ੍ਰਾਪਤ ਪ੍ਰਬੀਨ, ਤੋਂ ਮੇਰੇ ਸਤਿਗੁਰੂ ਜੀ ਮਹਿਦ ਜੋਤ ਜਿਸ ਨੂੰ ਸਾਡੇ ਅੰਦਰ ਆਤਮਾ ਹੈ, ਅਤੇ ਜੋ ਮਹਿਦ ਮੈਨੇ ਵੱਡੀ ਜੋਤ ਕੀ ਹੈ ਪਰਮ ਆਤਮਾ ਜੋ ਵਾਹਿਗੁਰੂ ਸਰਬ ਵਿਆਪਕ ਹੈ। ਨਹਿ ਸਕੇ ਬੇਦ ਜਿਸ ਕੋ ਬਤਾਏ, ਦੇਖੋ ਕਵੀ ਜੀ ਕਹਿੰਦੇ ਬੇਦ ਇਸ ਗੱਲ ਨੂੰ ਦੱਸ ਨਹੀਂ ਸਕਦਾ ਵੇਦਾਂ ਦੇ ਵਿੱਚ, ਕਿਉਂਕਿ
ਵੇਦਾਂ ਦੇ ਵਿੱਚ ਤਾਂ ਜੋ ਹੈ ਇਸ ਪ੍ਰਕਾਰ ਵੇਦ ਕਤੇਬ ਇਫਤਰਾ ਭਾਈ ਦਿਲ ਕਾ ਫਿਕਰ ਨਾ ਜਾਏ। ਭਗਤ ਕਬੀਰ ਜੀ ਕਹਿੰਦੇ ਨੇ ਵੇਦਾਂ ਨੂੰ ਪੜ੍ਹਨ ਲੱਗ ਪਓ, ਕਤੇਬਾਂ ਨੂੰ ਪੜ੍ਹਨ ਲੱਗ ਪਓ, ਸ਼ੰਕੇ ਹੀ ਨਿਵਿਰਤ ਨਹੀਂ ਹੁੰਦੇ। ਕਦੇ ਕਿਹਾ ਕਰਮ ਚੰਗਾ, ਕਦੇ ਕਿਹਾ ਕਰਮ ਮਾੜਾ, ਭੰਬਲ ਭੂਸਾ ਹੀ ਨਹੀਂ ਮਿਟਦਾ ਹੈ। ਇਫਤਰਾ ਕਹਿੰਦੇ ਝੂਠੇ ਹੀ ਨੇ ਇਸ ਪ੍ਰਕਾਰ। ਤੋ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਇਸ ਅਵਸਥਾ ਨੂੰ ਕਵੀ ਜੀ ਕਹਿੰਦੇ ਨੇ ਭਾਈ ਜਿਹੜੇ ਵੇਦ ਨੇ ਉਹ ਵੀ ਨਹੀਂ ਬਿਆਨ ਕਰ ਸਕਦੇ। ਮਨ ਗਿਰਾ ਜੁਗਤ ਜਿਹ ਨਹਿ ਲਖਾਏ, ਕਹਿੰਦੇ ਦੇਖੋ ਮਨ ਬਾਣੀ ਦੇ ਸਮੇਤ ਲਿਖਾਏ ਜਾਣ ਨਹੀਂ ਸਕਦਾ। ਸਮਝਣ ਵਾਲੀ ਗੱਲ ਹੈ। ਇਹ ਜਿਹੜਾ ਆਨੰਦ ਹੈ, ਇਹ ਜਿਹੜੀ ਅਵਸਥਾ ਹੈ, ਇਸ ਨੂੰ ਨਾ ਤਾਂ ਮਨ ਸਮਝ ਸਕਦਾ ਅਤੇ ਨਾ ਰਸਨਾ ਤੋਂ ਬੋਲਿਆ ਜਾ ਸਕਦਾ। ਕੈਸਾ ਹੈ? ਤਾਂ ਹੀ ਗੁਰੂ ਸਾਹਿਬ ਨੇ ਸਮਝਾਇਆ ਬਾਣੀ ਵਿੱਚ, ਜੋ ਗੂੰਗੇ ਮਠਿਆਈ ਖਾਈ। ਇਹ ਆਨੰਦ ਐਸਾ ਜਿਵੇਂ ਗੂੰਗਾ ਮਠਿਆਈ ਖਾ ਲਵੇ, ਬੋਲ ਕੇ ਦੱਸ ਨਹੀਂ ਸਕਦਾ। ਬਸ ਸੋ ਚਰਨ ਕਮਲ ਕੀ ਮੌਜ ਮੁਕੈ ਕੈਸੇ ਅਨੁਮਾਨ, ਸੋ ਭਾਈ ਕਹਿਵੇ ਕੋ ਸੋਭਾ ਨਹੀਂ ਦੇਖਾ ਹੀ ਪਰਵਾਹ। ਜਿਸ ਨੇ ਇਸ ਆਨੰਦ ਨੂੰ ਦੇਖ ਲਿਆ, ਮਾਣ ਲਿਆ, ਉਹੀ ਜਾਣਦਾ। ਐਸੇ ਆਨੰਦ ਵਿੱਚ ਮੇਰੇ ਸਤਿਗੁਰੂ ਜੀ ਸੋ ਪਰਮ ਆਨੰਦ ਦੇ ਵਿੱਚ ਲੀਨ ਹੋਏ ਹਨ। ਅਸ ਆਨੰਦ ਸਿੰਧ ਮਹਿ ਸਥਿਤ ਹੋਏ, ਇਹੋ ਜਿਹੇ ਆਨੰਦ ਰੂਪ ਸਮੁੰਦਰ ਵਿੱਚ ਮੇਰੇ ਸਤਿਗੁਰੂ ਟਿਕ ਗਿਆ। ਮੇਰੇ ਸਤਿਗੁਰੂ ਪਾਤਸ਼ਾਹ ਜੀ ਦੀ ਇਹ ਅਵਸਥਾ ਆਪਣੀ ਹੈ। ਜਿਸ ਏਕ ਬੂੰਦ ਲਹਿ ਜਗਤ ਜੋਏ, ਕਹਿੰਦੇ ਨੇ ਭਾਈ ਇਹ ਜਿਤਨਾ ਸੰਸਾਰ ਹੈ ਨਾ, ਇਹ ਉਸ ਮਾਲਕ ਦੇ ਆਨੰਦ ਦੇ ਸਮੁੰਦਰ ਦੀ ਇੱਕ ਬੂੰਦ ਹੈ ਇਹ ਸਾਰਾ ਸੰਸਾਰ। ਕਿਉਂਕਿ ਰੋਮ ਰੋਮ ਕੋਟ ਦਹਿ ਮਾਨ ਕੋ ਜੋ ਨਿਵਾਸ ਜਾਸ, ਮਨਸ ਅਵਤਾਰ ਤਰ ਦਰਸ਼ਨ ਦੇਖਾਏ। ਜਿਸ ਮਾਲਕ ਦੇ ਇੱਕ ਇੱਕ ਰੋਮ ਵਿੱਚ ਕਰੋੜਾਂ ਬ੍ਰਹਿਮੰਡ ਨੇ, ਉਹਨਾਂ ਨੇ ਰੂਪ ਧਾਰਨ ਕੀਤਾ ਗੁਰੂ ਸਾਹਿਬਾਂ ਦਾ। ਬ੍ਰਹਮਾਦ ਅਪਰ ਚੀਟੀ ਪਰਿਅੰਤ, ਤੋ ਬ੍ਰਹਮਾ ਆਦਿ ਜੀਵ ਮੰਨਿਆ, ਬ੍ਰਹਮਾ ਤੋਂ ਲੈ ਕੇ ਕੀੜੀ ਤੱਕ ਜੋ ਵੀ ਰਚਨਾ ਹੈ। ਤਿਸ ਵਿਖੇ ਸਕਲ ਪਾਇੰਤ ਨਾ ਅੰਤ, ਤੋ ਉਸ ਮਾਲਕ ਵਿੱਚ ਕੋਈ ਅੰਤ ਹੀ ਨਹੀਂ ਪਾ ਸਕਦੇ। ਐਸਾ ਵਾਹਿਗੁਰੂ ਬੇਅੰਤ ਹੈ। ਅਸ ਸਮਤ ਬੰਤ ਕਹੋ ਕੌਣ ਹੋਏ, ਕਹਿੰਦੇ ਵੀ ਕਿਹੜਾ ਇਹੋ ਜਿਹਾ ਸੋਹਣੀ ਮਤ ਵਾਲਾ ਸਿਆਣਾ ਹੋਏਗਾ। ਤਿਸ ਕੋ ਬਿਥਾਰ ਕਰ ਕਹਿ ਜੋਏ, ਜਿਹੜਾ ਉਸ ਜੋ ਆਨੰਦ ਦਾ ਸਮੁੰਦਰ ਪਰਮੇਸ਼ਵਰ ਹੈ ਉਸ ਦਾ ਕੋਈ ਵਿਸਥਾਰ ਕਹਿ ਸਕੇ। ਉਸ ਮਾਲਕ ਪਰਮੇਸ਼ਵਰ ਦਾ ਅੰਤ ਨਹੀਂ ਹੈ, ਬੇਅੰਤ ਹੀ ਬੇਅੰਤ ਹੈ। ਟਿਕ ਗਈ ਸਮਾਧ ਇੱਕ ਰਸ ਵਿਸਾਲ, ਜਦੋਂ ਇੱਕ ਰਸ ਸਮਾਧੀ ਟਿਕ ਗਈ ਤੇ ਐਸੇ ਮੇਰੇ ਸਤਿਗੁਰੂ ਟਿਕਾ ਵਿੱਚ ਆ ਗਏ। ਉਚਾਰਨ ਕਰੀਏ ਸਤਨਾਮ ਸ੍ਰੀ ਵਾਹਿਗੁਰੂ, ਗੁਰੂ ਕਿਰਪਾ ਕਰਨ, ਬਖਸ਼ਿਸ਼ ਕਰਨ, ਆਪ ਗੁਰੂ ਦੀ ਬਖਸ਼ਿਸ਼ ਵਾਲੇ ਸਰੋਤੇ ਹੋ। ਜਦੋਂ ਜਿਹੜੇ ਮਹਾਰਾਜ ਦੇ ਨਿਤਨੇਮੀ ਅਭਿਆਸੀ ਗੁਰਸਿੱਖ ਸੱਜਣ ਪ੍ਰੇਮੀ ਹਨ, ਜਦੋਂ ਕਿਤੇ ਗੁਰੂ ਕਿਰਪਾ ਕਰਦਾ ਕੋਈ ਸੰਗਤ ਮਿਲਦੀ ਹੈ ਤੇ ਕੋਸ਼ਿਸ਼ ਕਰੀਦੀ ਹੈ ਵੀ ਆਪਾਂ ਉਸ ਆਨੰਦ ਨੂੰ ਭਾਲ ਸਕੀਏ, ਤਾਂ ਉਹਨੇ ਪ੍ਰੇਮੀਆਂ ਨਾਲ ਵਿਚਾਰ ਕੀਤਾ ਹੈ। ਮੈਂ ਕਿਹਾ ਭਾਈ ਆਪਣੇ ਕੋਲ ਤਾਂ ਇੱਕ ਘੰਟਾ ਮਸਾਂ ਹੀ ਬਹਿ ਹੁੰਦਾ ਹੈ। ਉਹ ਕਹਿੰਦੇ ਵੀ ਅਸੀਂ ਤਾਂ ਕਹਿੰਦੇ ਐਸੇ ਐਸੇ ਗੁਰਸਿੱਖ ਪ੍ਰੇਮੀ ਹਨ, ਅੱਠ ਅੱਠ ਘੰਟੇ ਦੱਸਦਾ 12-12 ਘੰਟੇ ਬੈਠੇ ਰਹਿੰਦੇ ਐ ਸਿਮਰਨ ਦੇ ਵਿੱਚ। ਅਤੇ ਉਹਨਾਂ ਨੂੰ ਪੁੱਛਿਆ ਵੀ ਇਹ ਕਿੱਦਾਂ ਹੈ ਵੀ ਸਾਨੂੰ ਤਾਂ ਇੰਨਾ ਕੁ ਬਹਿਣਾ ਔਖਾ ਹੋ। ਅਤੇ ਉਹ ਕਹਿੰਦੇ ਵੀ ਜਿਸ ਵੇਲੇ ਸਿਮਰਨ ਵਿੱਚ ਮਨ ਜੁੜ ਜਾਂਦਾ, ਟਿਕ ਜਾਂਦਾ ਨਾ, ਸੁਰਤ ਟਿਕ ਜਾਂਦੀ ਹੈ, ਉਸ ਵੇਲੇ ਮਨ ਸਰੀਰ ਤੋਂ ਉਂਝ ਹੀ ਅਲੱਗ ਹੋ ਜਾਂਦਾ। ਇਹ ਸਰੀਰ ਇਤਨਾ ਹਲਕਾ ਹੁੰਦਾ, ਇਹਦਾ ਭਾਰ ਹੀ ਨਹੀਂ ਲੱਗਦਾ। ਜਾਣੀ ਵਾਹਿਗੁਰੂ ਜੀ ਦੀ, ਕਿਉਂਕਿ ਮਾਲਕ ਵਾਹਿਗੁਰੂ ਪਰਮੇਸ਼ੁਰ ਕਿੱਥੇ ਹੈ? ਘੱਟ ਘੱਟ ਮੈਂ ਹਰ ਜੂ ਸਾਡੇ ਹਿਰਦੇ 'ਚ।
ਜਿਸ ਵੇਲੇ ਉਹ ਪਰਮ ਆਨੰਦ ਦੇ ਵਿੱਚ ਸਾਡੀ ਆਤਮਾ ਜਿਹੜੀ ਹੈ ਨਾ, ਜਦੋਂ ਇਸ ਦੀ ਤਾਰ ਲੱਗ ਜਾਂਦੀ ਹੈ ਨਾ, ਅਤੇ ਉਸ ਵੇਲੇ ਇਹ ਜਿਹੜਾ ਨਾ ਧਰਤੀ ਦੀ ਖਿੱਚ ਦੇ ਨਾਲ ਹੀ ਸਾਡਾ ਭਾਰ ਹੈ। ਧਰਤੀ ਦੀ ਖਿੱਚ ਆਕਾਸ਼ ਦੇ ਕਿਸੇ ਹੱਦ ਤੱਕ ਹੈ। ਉਸ ਤੋਂ ਉੱਪਰ ਜਿਸ ਵੇਲੇ ਆ ਜਿਹੜੀਆਂ ਸ਼ਟਰਾਂ ਛੱਡਦੇ ਨੇ ਆਕਾਸ਼ ਦੇ ਵਿੱਚ ਉਪਗ੍ਰਹਿ, ਇਹਨਾਂ ਉਹਨਾਂ ਈਂਧਨ ਪਾਉਣਾ ਜਿਹਦੇ ਨਾਲ ਉਹ ਉਸ ਧਰਤੀ ਦੀ ਖਿੱਚ ਤੋਂ ਉੱਪਰ ਚਲਾ ਜਾਏ। ਉੱਤੇ ਫਿਰ ਕੋਈ ਖਿੱਚ ਨਹੀਂ, ਉੱਥੇ ਟਿਕ ਜਾਂਦੇ। ਤਾਂ ਇਸ ਤਰ੍ਹਾਂ ਜਿਸ ਵੇਲੇ ਸਾਡੀ ਆਤਮਾ ਦੀ ਛੋਹ ਉਸ ਪਰਮ ਆਨੰਦ ਨਾਲ ਜਿਹਦੇ ਇਹ ਤਾਰ ਜੁੜ ਜਾਂਦੀ ਹੈ ਨਾ, ਇਹਦਾ ਵੇਟ ਲੈਸ ਹੋ ਜਾਂਦਾ ਹੈ। ਡਾਕਟਰ ਭਾਈ ਵੀਰ ਸੋਹਣਾ ਨੇ ਪਿੱਛੇ ਨਾ ਉੱਧਰ ਪੜ੍ਹਿਆ ਹੈ, ਨਾਨਕ ਚਮਤਕਾਰ ਕਲਗੀਧਰ ਚਮਤਕਾਰ ਵਿੱਚ ਅਵਸਥਾ ਦਾ ਜ਼ਿਕਰ ਹੈ। ਕਹਿੰਦੇ ਨੇ ਫਿਰ ਕੀ, ਕਹਿੰਦੇ ਕਈ ਸਰੀਰ ਤਾਂ ਐਸੇ ਵੀ ਨੇ ਜਿਹੜੇ ਉੱਪਰ ਉੱਠ ਜਾਂਦੇ ਹੈ ਹਲਕੇ ਹਲਕੇ। ਇਹ ਸਤਸੰਗ ਜੀ ਖੇਲਾਂ ਨੇ ਆਤਮਕ ਆਨੰਦ ਦੀਆਂ, ਜਿਹਨਾਂ ਦੇ ਅੰਦਰ ਇਹ ਖਿੱਚ ਬਣ ਜਾਏ ਅਤੇ ਜੁੜ ਜਾਣ ਗੁਰੂ ਪਾਤਸ਼ਾਹ ਜੀ ਦੇ ਚਰਨਾਂ ਦੇ ਨਾਲ ਅਤੇ ਸਿਮਰਨ ਕਰਨ, ਇਹ ਪ੍ਰਾਪਤ ਹੁੰਦੀਆਂ ਨੇ। ਹੁਣ ਵੀ ਐਸੇ ਪ੍ਰੇਮੀ ਹੈਗੇ ਗੁਰਸਿੱਖੀ ਦੇ ਅੰਦਰ, ਪੰਥ ਵਿੱਚ ਐਸਾ ਖਾਲੀ ਨਹੀਂ ਹੈ ਮਾੜਾ ਦਾ ਪੰਥ। ਤਾਂ ਮੇਰੇ ਸਤਿਗੁਰੂ ਪਾਤਸ਼ਾਹ ਜੀ ਇਉਂ ਕਹਿੰਦੇ ਨੇ, ਮਹਾਨ ਪਰਮ ਆਨੰਦ ਵਿੱਚ ਲੀਨ ਹੋਏ ਜਿਸ ਦਾ ਕੋਈ ਅੰਤ ਨਹੀਂ ਹੈ। ਲਹਿ ਸਕੇ ਤਿਆਗ ਪ੍ਰੇਮੀ ਰਸਾਲ, ਜਿਹੜੇ ਰਸਾਲ ਰਸ ਵਾਲੇ ਪ੍ਰੇਮ ਵਾਲੇ ਪ੍ਰੇਮੀ ਨਹੀਂ ਛੱਡ ਨਹੀਂ ਸਕਦੇ ਹਨ। ਬਹੁ ਸਿੱਖ ਬਾਹਰ ਇਕੱਠੇ ਸੋ ਹੋਏ, ਹੁਣ ਇੱਧਰ ਚੁਬਾਰੇ 'ਚ ਬੈਠ ਕੇ ਅਮਰਦਾਸ ਮਹਾਰਾਜ ਜੀ ਨੇ ਗੋਇੰਦਵਾਲ ਸਾਹਿਬ ਤੋਂ ਸਮਾਧੀ ਲਾ ਲਈ ਹੈ, ਅਤੇ ਗੁਰਸਿੱਖ ਜਿਹੜੇ ਗੁਰੂ ਦੇ ਪ੍ਰੇਮੀ ਆ ਰਹਿ ਨਹੀਂ ਸਕਦੇ ਦਰਸ਼ਨ ਬਿਨਾਂ, ਇਹ ਹੁਣ ਇਕੱਠੇ ਹੋ ਗਏ ਬਹੁਤ ਗਿਣਤੀ ਵਿੱਚ। ਚਿੱਤ ਚਾਹਤ ਦੇਖ ਬੇ ਦਰਸ ਸੋਏ, ਹੁਣ ਤਾਂ ਭਾਈ ਉਹ ਚਾਹੁੰਦੇ ਨੇ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰਦੇ ਨੇ, ਬਾਬਾ ਬੁੱਢਾ ਸਾਹਿਬ ਜੀ ਹੁਣਾਂ ਵਰਗੇ ਗੁਰੂ ਅੰਗਦ ਦੇਵ ਸਾਹਿਬ ਦੀ ਹਜ਼ੂਰੀ ਵਿੱਚ ਗੁਰਸਿੱਖ ਦਰਸ਼ਨ ਕਰਦੇ ਰਹੇ, ਹੁਣ ਚਾਹੁੰਦੇ ਨੇ ਵੀ ਜਿਸ ਤਰ੍ਹਾਂ ਮਹਾਰਾਜ ਸੋ ਹਰ ਵੇਲੇ ਰੋਜ਼ਾਨਾ ਹੀ ਦਰਸ਼ਨ ਬਖਸ਼ਿਆ ਕਰਦੇ ਸਨ, ਇਵੇਂ ਦਰਸ਼ਨ ਕਰੀਏ ਗੁਰੂ ਸਾਹਿਬਾਂ ਦੇ। ਹੁਣ ਜਹਾਂ ਕਹਾਂ ਪੁਰ ਗ੍ਰਾਮ ਬੀਚ, ਤੇ ਜਿੱਥੇ ਕਿੱਥੇ ਪੂਰੀਆਂ ਸ਼ਹਿਰਾਂ ਦੇ ਵਿੱਚ ਗ੍ਰਾਮ ਪਿੰਡਾਂ ਦੇ ਵਿੱਚ ਸੁਣੀ ਗੱਲ, ਚੱਲ ਆਏ ਦੇਖ ਬੇ ਊਚ ਨੀਚ, ਤਾਂ ਭਾਵੇਂ ਕੋਈ ਉੱਚੇ ਤੇ ਭਾਵੇਂ ਕੋਈ ਨੀਵੇਂ ਕਹਿੰਦੇ ਸਨ ਲੋਕ, ਜਿਹਨਾਂ ਨੂੰ ਗੁਰੂ ਦੇ ਪਿਆਰ ਦੇ ਬੱਧੇ ਸਭ ਚੱਲ ਕੇ ਆਏ ਦਰਸ਼ਨ ਕਰਨ ਵਾਸਤੇ। ਗਨ ਹੋਏ ਇਕੱਤਰ ਕਰਤੇ ਵਿਚਾਰ, ਬਹੁਤ ਸਾਰੇ ਇਕੱਠੇ ਹੋ ਕਰਕੇ ਵਿਚਾਰਾਂ ਕਰਦੇ ਹਨ। ਗੁਰ ਦੇਹ ਦਰਸ ਤਿਮ ਕਰੋ ਢਾਰ, ਕਹਿੰਦੇ ਭਾਈ ਸਾਰੇ ਇਕੱਠੇ ਹੋ ਕੇ ਕਹਿੰਦੇ ਉਹ ਢਾਰ ਤਰੀਕਾ ਕਰੋ ਗੁਰੂ ਸਾਹਿਬ ਦਾ ਦਰਸ਼ਨ ਹੋਵੇ। ਹੁਣ ਤਾਂ ਗੱਦੀ ਦੇ ਮਾਲਕ ਹਨ, ਅਸੀਂ ਕਿੱਦਾਂ ਗੁਰੂ ਸਾਹਿਬ ਦੇ ਦਰਸ਼ਨਾਂ ਤੋਂ ਰਹਿ ਸਕਦੇ ਬਿਨਾਂ, ਦਰਸ਼ਨ ਗੁਰੂ ਸਾਹਿਬ ਦੇ ਹੋਣ, ਇਉਂ ਕਹਿੰਦੇ ਕੋਈ ਹੁਣ ਤਰੀਕਾ ਸੋਚੋ। ਇਨ ਕੋ ਨਾ ਬੈਠਿਓ ਬਣੇ ਐਸ, ਭਾਈ ਸਤਿਗੁਰੂ ਅਮਰਦਾਸ ਜੀ ਨੂੰ ਹੁਣ ਗੁਰਗੱਦੀ ਦੇ ਮਾਲਕ ਬਣ ਕੇ ਇਉਂ ਤਾਂ ਬੈਠਣਾ ਬਣਦਾ ਨਹੀਂ ਵੀ ਮਹਾਰਾਜ ਜਾ ਕੇ ਇੱਕ ਕਮਰੇ 'ਚ ਬੰਦ ਹੋ ਕੇ ਬਹਿ ਜਾਣ ਅਤੇ ਸੰਗਤਾਂ ਤਰਸਦੀਆਂ ਰਹਿਣ, ਯਤਨ ਕਰੋ। ਅਬ ਦੇਹ ਦਰਸ ਗੁਰ ਪ੍ਰਥਮ ਜੈਸ, ਅਤੇ ਜਿਸ ਤਰ੍ਹਾਂ ਪਹਿਲਾਂ ਮਹਾਰਾਜ ਸਤਿਗੁਰੂ ਦਰਸ਼ਨ ਦਿੰਦੇ ਰਹੇ ਇਵੇਂ ਗੁਰੂ ਸਾਹਿਬ ਦਰਸ਼ਨ ਦੇਣ। ਸਭ ਕਹਿਓ ਬਿਰਧ ਕੋ ਆਪ ਜਾਏ, ਅਤੇ ਸਾਰਿਆਂ ਨੇ ਕਿਹਾ ਬਾਬਾ ਬੁੱਢਾ ਹੀ ਆ ਸਾਡਾ, ਧੰਨ ਗੁਰੂ ਨਾਨਕ ਦੀ ਬਖਸ਼ਿਸ਼ ਵਾਲਾ। ਬਾਬਾ ਬੁੱਢਾ ਸਾਹਿਬ ਨੂੰ ਬੇਨਤੀ ਕੀਤੀ ਕਿਉਂਕਿ ਸਾਹਿਬ ਗੁਰੂ ਨਾਨਕ ਨੇ ਵਰ ਦੇ ਦਿੱਤਾ ਸੀ ਬਾਬਾ ਬੁੱਢਾ ਜੀ ਨੂੰ। ਕਹਿੰਦੇ ਨੇ ਬਾਬਾ ਬੁੱਢਾ ਅਸੀਂ ਜਿਸ ਰੂਪ ਵਿੱਚ ਜਿੱਥੇ ਵੀ ਹੋਵਾਂਗੇ ਤੇਰੇ ਤੋਂ ਓਹਲਾ ਨਹੀਂ ਹੋਊਗਾ, ਤੈਨੂੰ ਪਤਾ ਹੋਊ। ਔਰ ਪੁਰਾਤਨ ਸਿੱਖਾਂ ਨੂੰ ਪਤਾ ਹੈ ਭਈ ਇਹ ਹੱਲ ਜਿਹੜਾ ਨਾ ਹਮੇਸ਼ਾ, ਪਹਿਲਾਂ ਵੀ ਗੁਰੂ ਅੰਗਦ ਦੇਵ ਸਾਹਿਬ 6 ਮਹੀਨੇ ਜਦੋਂ ਬੈਠੇ ਰਹੇ ਅਤੇ ਕਰਤਾਰਪੁਰ ਸੰਗਤਾਂ ਇਕੱਠੀਆਂ ਹੋਈਆਂ ਅਤੇ ਬਾਬੇ ਬੁੱਢੇ ਨੂੰ ਵੀ ਬੇਨਤੀ ਕੀਤੀ, ਬਾਬਾ ਤੈਨੂੰ ਤਾਂ ਸਾਰਾ ਪਤਾ ਅਤੇ ਦਰਸ਼ਨ ਕਰਾ ਗੁਰਾਂ ਦੇ, ਅਤੇ ਹੁਣ ਬਾਬਾ ਵੀ ਬੁੱਢਾ ਬਾਬੇ ਦਾ ਸਿੱਖ ਹੈ ਗੁਰੂ ਨਾਨਕ ਦਾ। ਕਹਿੰਦਾ ਚਲੋ ਭਾਈ ਆਪਾਂ ਇੱਦਾਂ ਕਰੋ ਇਕੱਠੇ ਹੋ ਜਾਓ
ਅਤੇ ਜਿੱਥੇ ਜਿੱਥੇ ਟਿਕਾਣੇ ਉੱਥੇ ਉੱਥੇ ਸਿੱਖਾਂ ਨੂੰ ਭੇਜਿਆ, ਉਹ ਖਬਰਾਂ ਲਿਆਓ। ਪਤਾ ਸਭ ਕੁਛ ਹੈ, ਪਰ ਸੰਸਾਰਾ ਘਰ ਬਿਰਤੀ ਜਿਹੜੀ ਹੈ ਦੁਨੀਆਂ ਨੇ ਦਿਖਾਉਣੀ ਹੈ। ਅਤੇ ਮੁੜ ਕੇ ਲੈ ਕਰਕੇ ਖਡੂਰ ਸਾਹਿਬ ਆ ਗਏ। ਆਉਣ ਕਰਕੇ ਮਾਤਾ ਬਰਾਈ ਜੀ ਨੂੰ ਪੁੱਛਿਆ ਤਾਂ ਉਹ ਚੁੱਪ ਰਹੇ। ਬਾਬਾ ਜੀ ਕਹਿੰਦੇ ਇੱਥੇ ਹੀ ਹੈ। ਅਤੇ ਜਿਸ ਵੇਲੇ ਸਾਰੇ ਘਰ ਵਿੱਚ ਫਿਰੇ ਅਤੇ ਦੇਖਿਆ ਚਾਰ 'ਚ ਫਿਰ ਉਹ ਕਮਰਾ ਬੰਦ, ਕਹਿੰਦੇ ਇੱਥੇ ਹੀ ਆ ਗੁਰੂ ਸਾਹਿਬ। ਹੁਣ ਬਾਬੇ ਬੁੱਢੇ ਨੂੰ ਫਿਰ ਬੇਨਤੀ ਕੀਤੀ ਹੈ, ਬਾਬਾ ਜੀ ਦੂਜੇ ਪਾਤਸ਼ਾਹ ਦੇ ਦਰਸ਼ਨ ਤੁਸੀਂ ਨੇ ਕਰਾਏ ਸਨ, ਹੁਣ ਇਸ ਸਰੂਪ ਵਿੱਚ ਵੀ ਗੁਰੂ ਪਾਤਸ਼ਾਹ ਜੀ ਦੇ ਸਾਨੂੰ ਦਰਸ਼ਨ ਕਰਾਓ। ਸਿੱਖ ਸੰਗਤਾਂ ਸੁਧ ਦੇਹੋ ਪਹੁੰਚਾਏ। ਤੋ ਭਾਈ ਸਿੱਖ ਸੰਗਤਾਂ ਨੂੰ ਇਸ ਪ੍ਰਕਾਰ ਸੋ ਜੋ ਹੈ ਸੋ ਕਿਰਪਾ ਕਰਕੇ ਸਾਨੂੰ ਪਹੁੰਚ ਕਰਾਓ ਗੁਰੂ ਦੇ ਦਰਸ਼ਨਾਂ ਦੀ। ਹਿਤ ਦਰਸ ਆਨ ਇਕੱਠੀ ਬਲਿੰਦ। ਤੋ ਸਤਿਗੁਰਾਂ ਦੇ ਦਰਸ਼ਨ ਕਰਨ ਵਾਸਤੇ ਬਹੁਤ ਇਕੱਠੀ ਹੋਈ ਸੰਗਤ। ਗਨ ਸਮ ਚਕੋਰ ਚਿਤ ਚਾਹਤ ਚੰਦ। ਤੋ ਜਿਸ ਤਰ੍ਹਾਂ ਬਹੁਤ ਸਾਰੀਆਂ ਚਕੋਰਾਂ ਇਕੱਠੀਆਂ, ਚੰਦ ਚਕੋਰ ਪ੍ਰੀਤ ਹੈ ਲਾਇ ਤਾਰ ਨਿਹਾਲ। ਚਕੋਰ ਕੁੱਕੋ ਜਿਹਨੂੰ ਕਹਿੰਦੇ ਇੰਗਲਿਸ਼ ਵਿੱਚ, ਉਹਦੀ ਚੰਦਰਮਾ ਨਾਲ ਪ੍ਰੀਤ ਹੈ। ਜਦੋਂ ਚੰਦਰਮਾ ਚੜ੍ਹਦਾ ਤਾਂ ਅੱਖਾਂ ਗੱਡ ਲੈਂਦੀ ਉਹਦੇ ਵਿੱਚ, ਅਤੇ ਫਿਰ ਜਿਸ ਵੇਲੇ ਚੰਦਰਮਾ ਛਿਪਦਾ ਤਾਂ ਪੁੱਠੀ ਪਿੱਠ ਭਾਰ ਡਿੱਗਦੀ ਹੈ, ਧੌਣ ਨਹੀਂ ਮੋੜਦੀ, ਐਡੀ ਪ੍ਰੀਤ ਹੈ। ਹੁਣ ਗੁਰਸਿੱਖ ਸੰਗਤਾਂ ਚਕੋਰ ਦੀ ਨਿਆਈ ਗੁਰੂ ਰੂਪ ਚੰਦਰਮਾ ਦੇ ਦਰਸ਼ਨ ਕਰਨ ਵਾਸਤੇ ਉਤਾਵਲੀਆਂ ਨੇ। ਗੁਰਸੱਸ ਦੇਖੇ ਲਹਿ ਜਾਏ ਸਭ ਤਪਨਾ, ਮੇਰੇ ਗੁਰੂ ਚੰਦਰਮਾ ਦਾ ਸਰੂਪ ਹਨ, ਜਿਹਨਾਂ ਦੇ ਦਰਸ਼ਨ ਕਰਦੇ ਨਾਲ ਤਪਸ਼ ਮਿਟ ਜਾਂਦੀ ਹੈ, ਸ਼ਾਂਤੀ ਮਿਲ ਜਾਂਦੀ ਹੈ। ਸੁਣ ਕਹਿਓ ਬ੍ਰਿਧ ਸਭ ਲਖਨ ਹਾਰ। ਤੋ ਸਾਰਾ ਕੁਛ ਜਾਣਨ ਵਾਲੇ ਬਾਬਾ ਬੁੱਢਾ ਸਾਹਿਬ ਨੇ ਬਚਨ ਕੀਤਾ। ਲੇਹ ਜਾਨ ਮਨ ਕੀ ਬਿਨ ਉਚਾਰ। ਕਹਿੰਦੇ ਫਿਕਰ ਨਾ ਕਰੋ, ਬਿਨਾਂ ਹੀ ਸਾਡੇ ਕਹਿਣ ਤੋਂ ਸਤਿਗੁਰੂ ਜੀ ਸਾਡੇ ਦਿਲਾਂ ਦੀ ਜਾਣ ਲੈਣਗੇ ਅੰਤਰਜਾਮੀ। ਨਿਜ ਦਇਆ ਕਰੇ ਆਪਣੀ ਮਹਾਨ। ਆਪਣੀ ਦਇਆ ਸਾਡੇ ਤੇ ਜ਼ਰੂਰ ਕਰਨਗੇ ਸਤਿਗੁਰੂ ਜੀ। ਤਬ ਦੇਹੇ ਦਰਸ ਸਭ ਹੁਣ ਆਨ। ਸਭਨਾਂ ਨੂੰ ਆਣ ਕਰਕੇ ਆਪ ਹੀ ਦਰਸ਼ਨ ਬਖਸ਼ਿਸ਼ ਕਰਨਗੇ। ਸੁਣ ਰਹੇ ਠਕ ਠਟਕ ਕਹਿ ਸਕ ਨਾ ਕੋਈ। ਹੁਣ ਇਉਂ ਸੁਣਿਆ ਸਾਰਿਆਂ ਨੇ, ਇੱਛਾ ਪ੍ਰਬਲ ਹੈ, ਪਰ ਹੁਣ ਠਠੰਬਰ ਗਏ ਸਾਰੇ ਬਾਬਾ ਜੀ ਦਾ ਬਚਨ ਸੁਣ ਕੇ। ਹੁਣ ਕੀ ਕਹੀਏ, ਜਦੋਂ ਗੱਲ ਹੀ ਗੁਰੂ 'ਤੇ ਰੱਖ ਦਿੱਤੀ, ਅੰਤਰਜਾਮੀ ਸਤਿਗੁਰੂ ਤੁਸੀਂ ਮਹਾਰਾਜ ਨੂੰ ਯਾਦ ਕਰੋ, ਮਨੋ ਅਰਦਾਸ ਕਰੋ, ਆਪੇ ਪ੍ਰਗਟ ਹੋ ਕਰਕੇ ਦਰਸ਼ਨ ਦੇਣਗੇ। ਦਿਨ ਪ੍ਰਤੀ ਚਾਹੇ ਚਿੱਤ ਚਗਨ ਹੋਏ। ਹੁਣ ਦਿਨ ਪ੍ਰਤੀ ਦਿਨ ਇੱਛਾ ਵੱਧਦੀ ਜਾਂਦੀ ਹੈ, ਚਾਰ ਗੁਣਾ ਸੋ ਪਿਆਰ ਵੱਧਦਾ ਗੁਰੂ ਦੇ ਦਰਸ਼ਨਾਂ ਲਈ। ਸਿੱਖ ਸਕਲ ਮਹਾ ਅਕਲਾਇ ਭੂਰ। ਹੁਣ ਸਾਰੇ ਸਿੱਖ ਜਿਹੜੇ ਨੇ ਗੁਰੂ ਦੇ ਪਿਆਰ ਵਾਲੇ ਬਹੁਤ ਭਾਰੀ ਵਿਆਕੁਲ ਹੋ ਗਏ ਹਨ ਦਰਸ਼ਨ ਬਿਨਾ। ਕਬ ਦੇਹ ਦਰਸ ਗੁਰ ਇੱਛ ਪੂਰ। ਕਿਵੇਂ ਸਾਡੀ ਇੱਛਾ ਪੂਰੀ ਕਰਨ, ਕਦੋਂ ਮੇਰੇ ਸਤਿਗੁਰੂ ਜੀ ਦਰਸ਼ਨ ਬਖਸ਼ ਕਰਨ ਸਾਨੂੰ। ਜਿਮ ਸਵਾਤ ਬੂੰਦ ਚਾਤਰਕ ਪਿਪਾਸ। ਤੋ ਕਹਿੰਦੇ ਜਿਸ ਤਰੀਕੇ ਨਾਲ ਪਿਆਸਾ ਹੋਇਆ ਬਬੀਹਾ ਜਿਹੜਾ ਹੈ, ਸੋ ਇਸ ਪਰ ਸ਼ਾਂਤੀ ਬੂੰਦ ਵਾਸਤੇ ਹਰ ਵੇਲੇ ਪ੍ਰਿਉ ਪ੍ਰਿਉ ਰੱਟਦਾ ਰਹਿੰਦਾ ਹੈ। ਜਿੱਦਾਂ ਚਕਵਾ ਨਾ ਚਾਹੇ ਸੂਰਜ ਪ੍ਰਕਾਸ਼। ਇਸ ਪ੍ਰਕਾਰ ਜਿਹੜਾ ਇਸ ਪ੍ਰਕਾਰ ਚੱਕਵੀ ਚੱਕਵੇ ਨੇ ਸੂਰਜ ਦਾ ਪ੍ਰਕਾਸ਼ ਜਿਵੇਂ ਚਾਹੁੰਦੇ ਹਨ। ਪਤ ਬ੍ਰਤਾ ਤਰਨ ਪਤ ਕੇ ਬਿਯੋਗ। ਜਿਸ ਤਰ੍ਹਾਂ ਪਤੀ ਬ੍ਰਤਾ ਧਰਮ ਵਾਲੀ ਇਸਤਰੀ ਜਿਹੜੀ ਹੈ ਜਵਾਨ ਅਵਸਥਾ ਵਿੱਚ ਪਤੀ ਦਾ ਵਿਛੋੜਾ ਨਹੀਂ ਚਾਹੁੰਦੀ। ਜਿੱਦਾਂ ਜਿਮ ਮਹਾ ਕਸ਼ਟ ਤੇ ਚਹਿ ਸੰਜੋਗ। ਜਿਸ ਤਰ੍ਹਾਂ ਮਹਾਨ ਕਸ਼ਟ ਦੁੱਖ ਹੋਵੇ ਤੇ ਪ੍ਰਾਣੀ ਚਾਹੁੰਦਾ ਹੈ ਕਿ ਮੈਨੂੰ ਸੁੱਖ ਦੀ ਪ੍ਰਾਪਤੀ ਹੋਵੇ। ਦੋਹਰਾ ਨਹਿ ਕੋ ਜਬ ਕਹਿ ਸਕੈ। ਜਦੋਂ ਦੇਖਿਆ ਕੋਈ ਵੀ ਕੁਛ ਹੁਣ ਕਹਿ ਨਹੀਂ ਸਕਦਾ, ਸਾਰੇ ਚੁੱਪ ਹੋ ਗਏ। ਜਦੋਂ ਕੀਨਸ ਅਪਰ ਉਪਾਏ। ਫਿਰ ਕਹਿੰਦੇ ਹੋਰ ਯਤਨ ਕੀਤਾ ਹੈ। ਇੱਕ ਸੇਵਕ ਬੱਲੂ ਹੁਤੋ। ਇੱਕ ਸਤਿਗੁਰੂ ਪਾਤਸ਼ਾਹ ਦਾ ਹਜ਼ੂਰੀ ਸੇਵਕ ਸੀ ਭਾਈ ਬੱਲੂ ਜੀ। ਸੋ ਗੁਰ ਸੇਵਕ ਮਾਏ। ਧੰਨ ਸਤਿਗੁਰੂ ਪਾਤਸ਼ਾਹ ਮਹਾਰਾਜ ਦੀ ਹਰ ਵੇਲੇ ਸੇਵਾ ਕਰਿਆ ਕਰਦਾ ਸੀ। ਸਵਈਆ ਛੰਦ ਬੱਲੂ ਤੇ ਨਿਤ ਪ੍ਰਤ
ਸਭ ਸੇਵਾ ਹੋਏ। ਭਾਈ ਬੱਲੂ ਜੀ ਤੋਂ ਸਤਿਗੁਰੂ ਜੀ ਦੇ ਹਜ਼ੂਰੀ ਦੀ ਸੇਵਾ ਸਾਰੀ ਹੋਇਆ ਕਰਦੀ ਸੀ, ਪ੍ਰਸੰਨ ਸਤਿਗੁਰ ਕਰਵਾਏ। ਸੋ ਇਸ ਪ੍ਰਕਾਰ ਸਤਿਗੁਰੂ ਮਹਾਰਾਜ ਨੂੰ ਖੁਸ਼ ਸੋ ਕਰਾ ਲੈਂਦੇ ਸਨ ਸੇਵਾ ਕਰਕੇ। ਪ੍ਰੇਮ ਜੁਗਤ ਸੋ ਨੀਕੇ ਕਰਤਾ, ਬੜੇ ਪ੍ਰੇਮ ਦੇ ਸਹਿਤ ਹੋ ਕਰਕੇ ਸੋਹਣੇ ਤਰੀਕੇ ਦੇ ਨਾਲ ਗੁਰੂ ਸਾਹਿਬ ਦੀ ਸੇਵਾ ਕਰਦਾ, ਗੁਰੂ ਨੂੰ ਖੁਸ਼ ਕਰਦਾ ਸੀ। ਸਨਮੁਖ ਖਰੋ ਰਹੇ ਹਿਤ ਲਾਏ, ਤੇ ਹਰ ਵੇਲੇ ਹੱਥ ਜੋੜ ਕੇ ਗੁਰੂ ਦੇ ਸਨਮੁਖ ਖੜਾ ਰਿਹਾ ਕਰਦਾ ਸੀ। ਭਾਈ ਬੱਲੂ ਜੀ ਦੀ ਸੇਵਾ ਹਜ਼ੂਰੀ ਮਹਾਰਾਜ ਦੇ ਸੇਵਾਦਾਰ ਹੈ, ਹੱਥ ਜੋੜ ਕੇ ਖੜਾ ਰਹਿੰਦਾ ਹੈ। ਜਬ ਕੁਛ ਟਹਿਲ ਕਰਹੇ ਫੁਰਮਾਵਨ, ਜਦੋਂ ਧੰਨ ਗੁਰੂ ਅਮਰਦਾਸ ਜੀ ਕੋਈ ਬਚਨ ਸੋ ਸੇਵਾ ਵਾਸਤੇ ਹੁਕਮ ਕਰਦੇ ਹਨ ਤਾਂ ਤਬ ਸੋ ਕਰਤ ਸੁਧਾਰ ਬਣਾਏ, ਤੇ ਝੱਟ ਬੜੇ ਸੋਹਣੇ ਤਰੀਕੇ ਦੇ ਨਾਲ ਗੁਰੂ ਸਾਹਿਬ ਦੀ ਆਗਿਆ ਵਿੱਚ ਸੇਵਾ ਕਰਦਾ। ਨਾਹੇ ਤਾਂ ਠਾਂਡੋ ਰਹੇ ਅਗਾਰੀ, ਤੇ ਨਹੀਂ ਤਾਂ ਗੁਰੂ ਦੇ ਹਜ਼ੂਰੀ ਖੜਾ ਹੀ ਰਹਿੰਦਾ, ਕਦੋਂ ਮੇਰੇ ਸਤਿਗੁਰੂ ਜੀ ਕੋਈ ਹੁਕਮ ਕਰਨ ਤੇ ਮੈਂ ਸੇਵਾ ਕਰਾਂ। ਇਮ ਸਤਿਗੁਰ ਕੇ ਚਿੱਤ ਕੋ ਭਾਈ, ਇਸ ਤਰੀਕੇ ਦੇ ਨਾਲ ਗੁਰੂ ਸਾਹਿਬ ਦੇ ਮਨ ਚਿੱਤ ਵਿੱਚ ਭਾਉਂਦਾ ਸੀ, ਚੰਗਾ ਲੱਗਦਾ ਸੀ ਸੇਵਕ ਗੁਰੂ ਨੂੰ। ਬੁੱਢੇ ਆਦਿਕ ਸਿੱਖ ਸਭ ਮਿਲ ਕੇ, ਬਾਬਾ ਬੁੱਢਾ ਸਾਹਿਬ ਤੇ ਸਾਰੇ ਸਿੱਖਾਂ ਗੁਰਸਿੱਖ ਸੰਗਤ ਨੇ ਮਿਲ ਕਰਕੇ, ਇਸ ਬੱਲੂ ਕੋ ਨਿਕਟ ਬੁਲਾਏ, ਭਾਈ ਬੱਲੂ ਜੀ ਨੂੰ ਹੁਣ ਨੇੜੇ ਬੁਲਾਇਆ ਹੈ। ਬਿਨੈ ਬਖਾਨੀ ਪ੍ਰੀਤ ਮਹਾਨੀ, ਬੜੇ ਭਾਰੀ ਪ੍ਰੇਮ ਦੇ ਸਹਿਤ ਬੇਨਤੀ ਕੀਤੀ ਗੁਰੂ ਦੇ ਦਾਸ ਨੂੰ। ਇਹ ਸੰਗਤ ਬੈਠੀ ਸਮਦਾਏ, ਆ ਦੇਖੋ ਸਾਰੀ ਸੰਗਤ ਇਕੱਠੀ ਹੋ ਕੇ ਬੈਠੀ ਹੋਈ ਹੈ। ਸਭ ਚਾਹਤ ਹੈ ਸਤਿਗੁਰ ਦਰਸ਼ਨ, ਇਹ ਸਾਰੀ ਸੰਗਤ ਸਤਿਗੁਰੂ ਪਾਤਸ਼ਾਹ ਜੀ ਦਾ ਦਰਸ਼ਨ ਚਾਹੁੰਦੀ ਹੈ। ਸਪਤ ਦਿਵਸ ਇਨ ਦੀਏ ਬਿਤਾਏ, ਦੇਖੋ 7 ਦਿਨ ਦਾ ਸਮਾਂ ਗੁਜ਼ਰ ਗਿਆ ਹੈ, ਸਤਿਗੁਰੂ ਜੀ ਨੂੰ ਸਮਾਧੀ 'ਚ ਬੈਠੇ ਆ। ਇਹ ਮੇਰੇ ਸਤਿਗੁਰੂ ਪਾਤਸ਼ਾਹ ਜੀ ਦੀ ਬਰਕਤ ਬਖਸ਼ਿਸ਼ ਹੈ। 7 ਦਿਨ ਕਹਿੰਦੇ ਬੈਠੇ ਨੂੰ ਹੋ ਗਏ ਹਨ। ਬਿਨ ਸੂਰਜ ਪੰਕਜ ਮੁਰਝਾਏ, ਤੇ ਜਿਸ ਤਰ੍ਹਾਂ ਜੇ ਸੂਰਜ ਹੀ ਨਾ ਚੜ੍ਹੇ 7 ਦਿਨ ਤੇ ਕਮਲ ਜਿਹੜੇ ਉਹ ਮੁਰਝਾ ਜਾਂਦੇ। ਕਹਿੰਦੇ ਸਤਿਗੁਰਾਂ ਦੇ ਦਰਸ਼ਨਾਂ ਰੂਪ ਸੂਰਜ ਤੋਂ ਬਿਨਾਂ ਸਾਰੇ ਗੁਰਸਿੱਖਾਂ ਦੇ ਚਿਹਰੇ ਕਮਲ ਕਮਲਾਏ ਹੋਏ ਹਨ। ਇਹ ਗੱਤ ਸਭ ਕੀ ਪਰੇ ਲਿਖਾਏ, ਆ ਸਾਰਿਆਂ ਦੀ ਇਹ ਹਾਲਤ ਜਿਹੜੀ ਹੈ ਇਹ ਦਿਸ ਰਹੀ ਹੈ। ਤਬ ਬੱਲੂ ਕਰ ਜੋਰ ਸਭਨ ਢਿੱਗ, ਸਾਰਿਆਂ ਦੇ ਕੋਲ ਭਾਈ ਬੱਲੂ ਜੀ ਨੇ ਹੱਥ ਜੋੜ ਕਰਕੇ ਕਹਿਤ ਭਇਓ ਮੈਂ ਤੁਮ ਅਨੁਸਾਰ, ਕਹਿਣ ਲੱਗਾ ਜੀ ਮੈਂ ਤੇ ਸੰਗਤਾਂ ਦੇ ਅਨੁਸਾਰ ਜਿਵੇਂ ਆਗਿਆ ਹੋਵੇ ਜੀ। ਜਿਵੇਂ ਤੁਮ ਕਹੋ ਕਰੋ ਮੈਂ ਤਿਸ ਬਿਧ, ਜਿਵੇਂ ਤੁਸੀਂ ਹੁਕਮ ਕਰੋ ਸੰਗਤ ਮੈਂ ਉਸੇ ਤਰ੍ਹਾਂ ਕਰਾਂਗਾ ਜੀ। ਦਰਸ਼ਨ ਪ੍ਰਾਪਤ ਹੋਏ ਉਦਾਰ, ਸਤਿਗੁਰੂ ਪਾਤਸ਼ਾਹ ਉਦਾਰ ਚਿੱਤ ਸਤਿਗੁਰਾਂ ਦੇ ਦਰਸ਼ਨ ਸਭ ਸੰਗਤ ਨੂੰ ਪ੍ਰਾਪਤ ਹੋਣ, ਜਿੱਦਾਂ ਅਰਜ ਗੁਜਾਰਨ ਪਰ ਉਪਕਾਰਨ, ਕਿਉਂਕਿ ਬੇਨਤੀ ਕਰਨੀ ਪਰ ਉਪਕਾਰ ਕਰਨਾ, ਇਸ ਤੇ ਨੀਕੀ ਔਰ ਨਾ ਕਾਰ, ਇਸ ਤੋਂ ਵੱਡੀ ਤਾਂ ਹੋਰ ਕੋਈ ਸੇਵਾ ਨਹੀਂ ਕਾਰ, ਕੰਮ ਵੱਡਾ ਇਸ ਤੋਂ ਹੋਰ ਕਿਹੜਾ ਹੋ ਸਕਦਾ ਹੈ। ਸਭ ਕੋਲੇ ਨਿਜ ਸੰਗ ਗਇਓ, ਤਾਂ ਸਾਰਿਆਂ ਨੂੰ ਨਾਲ ਲੈ ਕਰਕੇ ਸੰਗਤਾਂ ਨੂੰ ਗਿਆ ਗੁਰੂ ਸਾਹਿਬ ਦੇ ਕੋਲ। ਦਰ ਖਰੇ ਕਰੇ ਤਹਿ ਬਿਨੇ ਉਚਾਰ, ਮਹਾਰਾਜ ਦੇ ਚੁਬਾਰੇ ਦੇ ਮੂਹਰੇ ਖੜੇ ਹੋ ਕਰਕੇ ਤੇ ਅਰਦਾਸ ਕੀਤੀ ਹੈ। ਆਪ ਨਿਕਟ ਸਤਿਗੁਰ ਕੇ ਗਮਨਿਓ, ਤੋ ਮਹਾਰਾਜ ਨੇ ਸੰਗਤ ਖੜੀ ਕਰਤੀ, ਆਪ ਅੰਦਰ ਗੁਰੂ ਸਾਹਿਬ ਦੇ ਹਜ਼ੂਰੀ ਵਿੱਚ ਚਲਾ ਗਿਆ ਹੈ ਬੱਲੂ ਭਾਈ ਸੇਵਕ। ਹੱਥ ਜੋੜ ਹੋਏ ਸਮੁਖ ਬਖਾਨ, ਹੱਥ ਜੋੜ ਕੇ ਸਨਮੁਖ ਖੜਾ ਹੋ ਗਿਆ ਸਤਿਗੁਰਾਂ ਦੇ। ਸਭ ਘਟ ਅੰਤਰ ਜਾਮੀ ਹੇ ਪ੍ਰਭੂ, ਹੇ ਪ੍ਰਭੂ ਸਤਿਗੁਰੂ ਜੀ ਘਟਾਂ ਘਟਾਂ ਦੀ ਜਾਣਨ ਹਰ ਅੰਤਰ ਜਮੀ ਦਾਤਾ ਜੀਓ। ਬਾਹਰ ਖਰੀ ਸੰਗਤ ਹਿਤਵਾਨ, ਤੁਹਾਡੇ ਪ੍ਰੇਮ ਵਾਲੀ ਸਾਰੀ ਸੰਗਤ ਜੀ ਬਾਹਰ ਖੜੀ ਹੈ। ਦਰਸ਼ਨ ਕੋ ਅਭਲਾਖਤ ਔਰ ਮਹਿ, ਸਾਰੀ ਸੰਗਤ ਇਹ ਹਿਰਦੇ ਵਿੱਚ ਚਾਹੁੰਦੀ ਆ ਕਿ ਤੁਹਾਡਾ ਦਰਸ਼ਨ ਹੋਵੇ। ਜੇ ਸਿੱਖੀ ਮਹਿ ਰਹੇ ਸਾਵਧਾਨ, ਜਿਹੜੇ ਗੁਰਸਿੱਖੀ ਵਿੱਚ ਸਾਵਧਾਨ ਗੁਰਸਿੱਖ ਰਹਿੰਦੇ ਹੈ ਤੁਹਾਡੇ ਦਰਸ਼ਨਾਂ ਦੀ ਇੱਛਾ ਕਰਦੇ ਹਨ। ਤਰਸ ਸਖਤ ਜਲ ਕੋ ਜਿਮ ਕਾਂਖਤ, ਜਿਸ ਤਰੀਕੇ ਦੇ ਨਾਲ ਸੋ ਕਹਿੰਦੇ ਨੇ ਇੱਛਾ ਕਰਕੇ
ਜਲ ਨੂੰ ਜਿਵੇਂ ਇਸ ਪ੍ਰਕਾਰ ਲੋੜਦਾ ਹੈ ਪਿਆਸਾ ਬੰਦਾ। ਪਿਤ ਦੇਖਣ ਸੁਤ ਚਾਹੇ ਮਹਾਨ, ਤੋ ਇਸ ਪ੍ਰਕਾਰ ਪੁੱਤਰ ਪਿਤਾ ਨੂੰ ਦੇਖਣਾ ਚਾਹੁੰਦੇ ਜਿਸ ਤਰ੍ਹਾਂ। ਬਿਨੈ ਸੁਣੀ ਲਖ ਸਿੱਖਣ ਮਨ ਕੀ, ਤਾਂ ਬੇਨਤੀ ਸੁਣ ਲਈ ਮੇਰੇ ਸਤਿਗੁਰੂ ਜੀ ਨੇ। ਸਤਿਗੁਰ ਜਾਗਤਾ ਹੈ ਦੇਵ, ਭਾਵੇਂ ਸਮਾਧੀ ਵਿੱਚ ਇਸਤਤ ਨੇ ਪਰ ਸਾਰਾ ਗਿਆਨ ਹੈ। ਇਉਂ ਮਹਾਰਾਜ ਨੇ ਬੇਨਤੀ ਸੁਣ ਲਈ। ਬੋਲੇ ਸ੍ਰੀ ਸਤਿਗੁਰ ਸੁਖ ਖਾਨ, ਸੁੱਖਾਂ ਦੇ ਖਜ਼ਾਨੇ ਮੇਰੇ ਸਤਿਗੁਰੂ ਜੀ ਸਮਾਧੀ ਤੋਂ ਉਥਾਨ ਹੋ ਕਰਕੇ ਬਚਨ ਕੀਤਾ। ਤਨਹੋ ਚੰਦੋਵਾ ਸੁੰਦਰ ਉਪਰ, ਕਹਿੰਦੇ ਭਾਈ ਸੋਹਣਾ ਚੰਦੋਵਾ, ਕਹਿੰਦੇ ਫਿਰ ਤਾਣੋ ਗੁਰਤਾ ਗੱਦੀ ਦਾ ਚਾਉਰ ਤਖ਼ਤ ਛਤਰ, ਇਹ ਗੁਰੂ ਦੀਆਂ ਤਿੰਨ ਨਿਸ਼ਾਨੀਆਂ ਨੇ। ਕਹਿੰਦੇ ਚੰਦੋਵਾ ਤਾਣ ਦਿਓ। ਫਰਸ਼ ਕਰੋ ਬੈਠਣ ਇਸ ਥਾਨ, ਸੰਗਤਾਂ ਦੇ ਬੈਠਣ ਵਾਸਤੇ ਫਰਸ਼ ਮੈਨੇ ਵਿਛਾਈ ਕਰੋ ਸੋਹਣੀ। ਬੱਲੂ ਨੇ ਸਭ ਕੀਨਸ ਤਿਆਰੀ, ਭਾਈ ਬੱਲੂ ਜੀ ਨੇ ਸੰਗਤਾਂ ਨਾਲ ਸਹਿਮਤ ਹੋ ਕਰਕੇ ਸਾਰੀ ਤਿਆਰੀ ਕਰਤੀ ਹੈ। ਜਿਉਂ ਜਿਉਂ ਸ੍ਰੀ ਗੁਰ ਕੀਨ ਬਖਾਨ, ਜਿਵੇਂ ਜਿਵੇਂ ਸਤਿਗੁਰਾਂ ਨੇ ਹੁਕਮ ਕੀਤਾ ਹੈ। ਆਏ ਸੰਘਾਸਨ ਪਰ ਤਬ ਬੈਠੇ, ਮੇਰੇ ਸਤਿਗੁਰੂ ਜੀ ਆ ਕਰਕੇ ਸੰਘਾਸਨ ਤੇ ਬਿਰਾਜਮਾਨ ਹੋ ਗਏ ਹਨ। ਸਤਿ ਸ੍ਰੀ ਅਕਾਲ। ਭਗਤ ਵਛਲ ਨਿਜ ਬਿਰਦ ਪਛਾਣ, ਕਿਉਂਕਿ ਸਤਿਗੁਰਾਂ ਦਾ ਬਿਰਦ ਪੜ੍ਹਨ ਫਰਜ਼ ਇਹ ਹੈ ਕਿ ਆਪਣੇ ਭਗਤ ਵਛਲ, ਆਪਣੇ ਭਗਤਾਂ ਗੁਰਸਿੱਖਾਂ ਨੂੰ ਪਿਆਰ ਕਰਨਾ। ਮੇਰੇ ਸਤਿਗੁਰੂ ਜੀ ਕਿਰਪਾ ਕੀਤੀ ਹੈ, ਬਖਸ਼ਿਸ਼ ਕੀਤੀ, ਪ੍ਰੇਮ ਦੇ ਬੱਧੇ ਹਨ। ਅਰਦਾਸ ਸੁਣੀ ਹੈ, ਸੰਘਾਸਨ ਤੇ ਸੋਭਨੀ ਕੋ ਕੇ ਦਰਸ਼ਨ ਬਖਸ਼ਿਸ਼ ਕੀਤੇ। ਚੱਕਰਵਰਤ ਨਿਰਿਪ ਪੋਸ਼ ਪਹਿਰ ਹੈ। ਕਵੀ ਜੀ ਦੱਸਦੇ ਨੇ, ਦੇਖੋ ਜਿਸ ਤਰ੍ਹਾਂ ਕੋਈ ਚੱਕਰਵਰਤੀ ਬਾਦਸ਼ਾਹ ਹੁੰਦਾ ਹੈ ਤੇ ਉਹ ਆਪਣੀ ਪੁਸ਼ਾਕ ਬਦਲ ਲੈਂਦਾ ਜਿਸ ਤਰ੍ਹਾਂ। ਤ੍ਰਿਤੀਓ ਰੂਪ ਤਥਾ ਤ੍ਰਿਤੀਓ ਰੂਪ ਸੁਹਾਏ, ਸਾਹਿਬ ਗੁਰੂ ਨਾਨਕ ਜੋਤ ਦਾ ਤੀਜਾ ਰੂਪ ਕਹਿੰਦੇ ਇਸ ਤਰ੍ਹਾਂ ਸੋਭਨੀਕ ਹੋਇਆ ਹੈ। ਜਿਮ ਇੱਕ ਨਟ ਹੋਏ ਸਾਂਗ ਕਹਿ ਬਹੁ, ਜਿਸ ਤਰੀਕੇ ਨਾਲ ਇੱਕ ਨਟ ਜਿਹੜਾ ਨਾ ਕਈ ਪ੍ਰਕਾਰ ਦੇ ਸਵਾਂਗ ਬਣਾਉਂਦਾ ਹੈ ਆਪਣੇ ਸਰੀਰ ਤੇ। ਬਦਲੇ ਵੇਖ ਜਗਤ ਦਿਖਰਾਏ, ਵੱਖਰੇ ਵੱਖਰੇ ਭੇਖ ਬਣਾ ਬਣਾ ਕਰਕੇ ਦਿਖਾਉਂਦਾ ਲੋਕਾਂ ਨੂੰ। ਦੇਖਣ ਹਾਰ ਭਿੰਨ ਪਹਿਚਾਨ ਹੈ ਸਭ ਕੀ, ਤੋਂ ਕਹਿੰਦੇ ਨੇ ਇਸ ਪ੍ਰਕਾਰ। ਸੋ ਜਿਹੜੇ ਦੇਖਣ ਵਾਲੇ ਨੇ ਉਹ ਸਮਝਦੇ ਨਹੀਂ ਬੰਦਾ ਹੋ ਰਿਹਾ, ਵੱਖਰਾ ਵੱਖਰਾ ਭੇਖ ਉਸਦਾ ਜਾਣਦੇ ਹਨ। ਮਤ ਕੋ ਦੇ ਬਿਰਮਾਏ, ਸਭ ਹੀ ਮਤ ਕੋ ਸਾਰਿਆਂ ਦੀ ਮਤ ਨੂੰ ਹੈਰਾਨ ਕਰ ਦਿੰਦਾ ਹੈ, ਪਰਚਾ ਲੈਂਦਾ ਹੈ। ਟਿਗ ਵਰਤੀ ਜੋ ਦਾਸ ਤਾਹੇ, ਤੋ ਜਿਹੜੇ ਉਸਦੇ ਨਿਕਟ ਵਰਤੀ ਹੁੰਦੀ ਹੈ ਨਾ, ਨੇੜੇ ਉਹਦੇ ਕੋਲ ਹੁੰਦੇ ਹਨ। ਲਖੇ ਸੋ ਇੱਕ ਬਹੁ ਬੇਖ ਬਣਾਏ, ਉਹ ਜਾਣਦੇ ਆ ਵੀ ਨੀ ਇਹ ਇੱਕੋ ਹੀ ਨੇ ਤੇ ਭੇਖ ਹੀ ਵੱਖਰਾ ਵੱਖਰਾ ਹੈ। ਸੋ ਰੂਪ ਵੱਖਰਾ ਵੱਖਰਾ, ਪੁਸ਼ਾਕ ਵੱਖਰੀ ਵੱਖਰੀ। ਤੋ ਕਵੀ ਜੀ ਇਹ ਗੱਲ ਸਮਝਾਉਣ ਦੀ ਕੋਸ਼ਿਸ਼ ਕਰਦੇ ਨੇ ਕਿ ਜੋਤ ਗੁਰੂ ਨਾਨਕ ਦੀ ਆ ਤੀਜੇ ਰੂਪ ਵਿੱਚ ਸਰੀਰ ਦੇ ਪੁਸ਼ਾਕੇ ਹੀ ਬਦਲੇ ਹਨ। ਜਿਵੇਂ ਸਤਿਗੁਰ ਕੇ ਸਿੱਖ ਸਮੀਪੀ, ਐਵੇਂ ਹੀ ਜੋ ਨਜ਼ਦੀਕੀ ਬਾਬਾ ਬੁੱਢਾ ਸਾਹਿਬ ਵਰਗੇ ਸਿੱਖ ਹਨ ਗੁਰੂ ਸਾਹਿਬ ਦੇ। ਸੋ ਜਨ ਇੱਕ ਜੋਤ ਜਗੰਤ, ਉਹ ਜਾਣਦੇ ਨੇ ਵੀ ਉਹੀ ਗੁਰੂ ਨਾਨਕ ਦੀ ਜੋਤ ਹੀ ਜਗੀ ਹੈ ਸਰੀਰ ਤੀਜੇ ਵਿੱਚ। ਅਪਰ ਸਰੀਰ ਧਰਨ ਸੋ ਸਮ ਵੇਖ, ਇਸ ਪ੍ਰਕਾਰ ਬਾਕੀ ਜਿਹੜਾ ਸਰੀਰ ਨੇ ਨਾ, ਪਹਿਲਾ ਸਰੀਰ ਦੂਜਾ ਤੀਜਾ, ਇਹ ਤਾਂ ਕਹਿੰਦੇ ਵੇਖ ਧਾਰਨ ਵਰਗਾ, ਜਿਵੇਂ ਭੇਖ ਬਦਲ ਲਿਆ, ਪੁਸ਼ਾਕ ਬਦਲ ਲਈ ਚੱਕਰਵਰਤੀ ਰਾਜੇ ਨੇ। ਚੱਕਰਵਰਤੀ ਜੋਤ ਪਰਮੇਸ਼ਵਰ ਹੈ, ਉਸ ਜੋਤ ਦਾ ਗੁਰੂ ਨਾਨਕ ਦਾ ਰੂਪ ਹੈ, ਗੁਰੂ ਅੰਗਦ ਸਾਹਿਬ ਦਾ ਹੁਣ ਅਮਰਦਾਸ ਮਹਾਰਾਜ ਦਾ ਰੂਪ ਬਣਾਇਆ ਹੈ। ਸੋ ਦ੍ਰਿੜ ਮਤ ਰੱਖ ਹੈ ਨਹੀਂ ਭੁਲੰਤ, ਇਉਂ ਜਿਹੜੇ ਨਜ਼ਦੀਕੀ ਆ ਨਾ ਉਹ ਜਾਣਦੇ ਨੇ, ਉਹ ਨਹੀਂ ਭੁੱਲਦੇ ਹਨ ਲੋਕਾਂ ਦੀ ਨਿਆਈ, ਭਰੋਸਾ ਰੱਖਦੇ ਹਨ ਕਿ ਉਹੀ ਰੂਪ ਹੈ। ਸ੍ਰੀ ਨਾਨਕ ਅੰਗਦ ਅਬ ਸੋ, ਉਹ ਕਹਿੰਦੇ ਨੇ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਜੀ, ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ, ਇਹ ਬੈਠੇ ਤਖ਼ਤ ਸੁਹਾਏ ਮਹੰਤ, ਤੇ ਹੁਣ ਇਸ ਪ੍ਰਕਾਰ ਗੁਰਤਾ ਗੱਦੀ ਤੇ ਪੂਜਨੀਕ ਬੈਠੇ ਅਮਰਦਾਸ ਮਹਾਰਾਜ ਸੋਭਾ ਪਾ ਰਹੇ ਨੇ, ਉਹੀ ਜੋਤ ਹਨ। ਆਇਸ ਪਾਏ ਨਿਕਟ ਸਭ ਆਏ, ਤੋ ਆਗਿਆ ਪ੍ਰਾਪਤ ਕਰਕੇ
ਜਦੋਂ ਗੁਰੂ ਦਾ ਹੁਕਮ ਹੋਇਆ ਵੀ ਸੰਗਤਾਂ ਨੂੰ ਬੁਲਾਓ, ਇਉਂ ਨਹੀਂ ਵੀ ਭੱਜ ਕੇ ਫਟਾਫਟ ਮਿਲ, ਨਹੀਂ, ਗੁਰੂ ਸਾਹਿਬ ਦਾ ਹੁਕਮ ਹੋਇਆ, ਕਹਿੰਦੀ ਸੰਗਤਾਂ ਨੂੰ ਹੁਣ ਬੁਲਾਓ, ਤਾਂ ਮੇਰੇ ਸਤਿਗੁਰੂ ਦੇ ਚਰਨਾਂ ਵਿੱਚ ਸੰਗਤਾਂ ਆਈਆਂ। ਵੰਦਨ ਕਰ ਅਕੋਰ ਅਰਪੰਤ, ਨਾਲੇ ਸੰਗਤਾਂ ਨੇ ਨਮਸਕਾਰ ਕੀਤੀ ਹੈ, ਨਾਲੇ ਭੇਟਾ ਚੜ੍ਹਾਈਆਂ ਸਤਿਗੁਰਾਂ ਨੂੰ। ਦਰਸ਼ਨ ਕਰ ਕਰ ਆਨੰਦ ਧਾਰ, ਤੋਂ ਦਰਸ਼ਨ ਕਰ ਕਰਕੇ ਬਹੁਤ ਆਨੰਦ ਖੁਸ਼ੀ ਧਾਰਨ ਕਰਕੇ ਸੰਗਤਾਂ ਨੇ। ਮਿਲ ਮਿਲ ਗੁਣ ਕਹਿ ਕਹਿ ਸਹਿ ਪ੍ਰੇਮ, ਬੜੇ ਪ੍ਰੇਮ ਦੇ ਸਮੇਤ ਮਿਲ ਮਿਲ ਕਰਕੇ ਸਤਿਗੁਰਾਂ ਦੇ ਗੁਣ ਕਹਿੰਦੇ ਹਨ। ਉਦਯੋ ਗਿਆਨ ਰਵ ਹਰ ਅਗਿਆਨ ਤਮ, ਤੋਂ ਕਹਿੰਦੇ ਨੇ ਦੇਖੋ ਸੂਰਜ ਚੜ੍ਹ ਪਿਆ ਤੇ ਹਨੇਰਾ ਦੂਰ ਹੋ ਗਿਆ। ਉਰਹਿ ਕਾਮਨਾ ਪ੍ਰਾਪਤ ਛੇਮ, ਤੋ ਸਾਰਿਆਂ ਦੀਆਂ ਕਾਮਨਾ ਪੂਰੀਆਂ ਕਰਦੇ ਹਨ ਤੇ ਸਾਨੂੰ ਮੁਕਤੀ ਮਿਲ ਜਾਏ। ਭਾਵ ਸਤਿਗੁਰੂ ਅਮਰਦਾਸ ਮਹਾਰਾਜ ਸੂਰਜ ਦੇ ਨਿਆਂ ਦਰਸ਼ਨ ਬਖਸ਼ਿਸ਼ ਕੀਤੇ ਨੇ, ਸਾਡੇ ਹਿਰਦਿਆਂ ਵਿੱਚ ਅਗਿਆਨ ਦਾ ਹਨੇਰਾ ਜਿਹੜਾ ਉਸ ਨੂੰ ਦੂਰ ਕਰਨਗੇ ਤੇ ਮੁਕਤੀ ਦੇ ਯੋਗ ਬਣਾਉਣਗੇ ਮੇਰੇ ਸਤਿਗੁਰੂ ਜੀ। ਬੁੱਢੇ ਆਦਿਕ ਸਿੱਖ ਸਕਲ ਜੇ, ਜਿਹੜੇ ਬਾਬਾ ਬੁੱਢਾ ਸਾਹਿਬ ਦੀ ਅਲੈ ਕਰਕੇ ਜਿਤਨੇ ਵੀ ਗੁਰਸਿੱਖ ਹਨ ਇਹੋ ਜਿਹੇ ਤਤਵੇ ਤੇ, ਹਿਰਦੇ ਸੁੱਧ ਤਪਤਿਓ ਜਿਮ ਹੇਮ, ਤੋ ਕਹਿੰਦੇ ਉਹਨਾਂ ਦਾ ਹਿਰਦਾ ਇਉਂ ਸ਼ੁੱਧ ਹੈ ਜਿਵੇਂ ਸੋਨਾ ਜਿਹੜਾ ਗਰਮ ਕੀਤਾ ਚਮਕਦਾ ਨਾ ਡਲਕਦਾ। ਕਹਿੰਦੇ ਇਉਂ ਸ਼ੁੱਧ ਹਿਰਦੇ ਵਾਲੇ ਹਨ ਸਤਿਗੁਰੂ ਜੀ ਦੇ ਪਿਆਰੇ ਸਿੱਖ। ਨਿਮਰ ਹੋਏ ਕਰ ਬੈਠ ਗਏ ਢਿੱਗ, ਤੇ ਨਿਮਰਤਾ ਦੇ ਸਹਿਤ ਸਤਿਗੁਰਾਂ ਦੀ ਹਜ਼ੂਰੀ ਵਿੱਚ ਬੈਠ ਗਏ ਹਨ। ਜਿਨ ਕੇ ਮਨ ਸਿੱਖੀ ਕਹੋ ਨੇਮ, ਜਿਹਨਾਂ ਦੇ ਮਨ ਵਿੱਚ ਨਿਯਮ ਹੈ ਕਿ ਸਿੱਖ ਬਣਨਾ। ਬਾਬਾ ਬੁੱਢਾ ਸਾਹਿਬ ਬ੍ਰਹਮ ਗਿਆਨੀ ਨੇ, ਗੁਰੂ ਨਾਨਕ ਦੇ ਸੇਵਕ ਨੇ, ਬਰਕਤਾਂ ਬਖਸ਼ਿਸ਼ਾਂ ਦੇ ਮਾਲਕ ਨੇ, ਪਰ ਮਨ ਵਿੱਚ ਭਾਵਨਾ ਕਿ ਅਸੀਂ ਸਿੱਖ ਹਾਂ। ਇਹ ਨਹੀਂ ਵੀ ਜੇ ਮਹਾਰਾਜ ਦੀ ਕੋਈ ਬਖਸ਼ਿਸ਼ ਹੈ ਤਾਂ ਅਸੀਂ ਬਰਾਬਰੀ ਕਰਨ ਦੀ ਕੋਸ਼ਿਸ਼ ਕਰੀਏ, ਨਹੀਂ। ਤੋ ਮਹਾਰਾਜ ਦੀਆਂ ਬਰਕਤਾਂ ਲੈ ਕਰਕੇ ਭਾਵੇਂ ਦੂਜਾ ਸਰੂਪ ਤੀਜਾ ਸਰੂਪ, ਕਹਿੰਦੇ ਸਿੱਖੀ ਦਾ ਨਿਯਮ ਹੈ ਸਾਡਾ ਹੀ ਤੇ ਸਿੱਖਾਂ ਗੁਰੂ ਦੇ, ਇਉਂ ਬੈਠੇ ਹਜ਼ੂਰੀ ਵਿੱਚ। ਸ਼ਬਦ ਕੀਰਤਨ ਹੋਣ ਲੱਗਿਓ ਤਬ, ਤਾਂ ਫਿਰ ਹਜ਼ੂਰ ਦੀ ਹਜ਼ੂਰੀ ਵਿੱਚ ਦੀਵਾਨ ਸੱਜਣਾ ਸ਼ੁਰੂ ਹੋ, ਸ਼ਬਦ ਕੀਰਤਨ ਸ਼ੁਰੂ ਹੋ ਗਿਆ ਹੈ। ਕਰਹੇ ਰਬਾਬੀ ਰਾਗ ਅਲਾਪ, ਤੋ ਸਾਧੂਗਰਾਂ ਦੀ ਹਜ਼ੂਰੀ ਵਿੱਚ ਰਬਾਬੀ ਹੈ ਕੀਰਤਨੀ ਹੈ, ਅਲਾਪ ਦੇ ਸਹਿਤ ਰਾਗ ਗਾਉਂਦੇ ਹਨ। ਸ੍ਰੀ ਗੁਰ ਕੋ ਦਰਬਾਰ ਲੱਗਿਓ ਪਿਖ, ਤੋ ਦੇਖਿਆ ਸਤਿਗੁਰਾਂ ਦਾ ਲੱਗਿਆ ਹੋਇਆ ਦਰਬਾਰ ਜਦੋਂ ਵੇਖਿਆ। ਸਿੱਖ ਨ ਕੈ ਮਨ ਆਨੰਦ ਥਾਪ, ਤੋ ਕਹਿੰਦੇ ਗੁਰਸਿੱਖਾਂ ਦੇ ਮਨ ਵਿੱਚ ਆਨੰਦ ਖੁਸ਼ੀ ਜਿਹੜੀ ਟਿਕੀ ਹੈ। ਸੁਨੇ ਸ਼ਬਦ ਨਿਜ ਭਾਗ ਵਡੇਲ, ਤੋ ਕਹਿੰਦੇ ਨੇ ਸ਼ਬਦ ਸੁਣਦੇ ਨੇ ਉਧਰ ਗੁਰੂ ਦਾ ਦਰਸ਼ਨ ਹੈ, ਕੰਨਾਂ ਨਾਲ ਗੁਰੂ ਦੇ ਸ਼ਬਦ ਦਾ ਕੀਰਤਨ ਸੁਣਦੇ ਨੇ ਤੇ ਸਮਝਦੇ ਹਨ ਸਾਡੇ ਵੱਡੇ ਭਾਗ ਹਨ। ਲਖ ਬਿਦਤਿਓ ਜਹ ਜਹ ਗੁਰੂ ਪ੍ਰਤਾਪ, ਭਾਈ ਇਉਂ ਜਾਣ ਕਰਕੇ ਜਿੱਥੇ ਜਿੱਥੇ ਮੇਰੇ ਸਤਿਗੁਰੂ ਦਾ ਪ੍ਰਤਾਪ ਪ੍ਰਗਟ ਹੋਇਆ। ਥਾਪ ਉਥਾਪਨ ਸਭ ਕੇ ਸਮਰੱਥ, ਤੇ ਸਭ ਨੇ ਜਾਣਿਆ ਕਿ ਸਤਿਗੁਰੂ ਜੀ ਚਾਹੁਣ ਥਾਪ ਟਕਾ ਦੇਣ ਸਾਰੇ ਜਗਤ ਨੂੰ, ਉਥਾਪ ਜੇ ਚਾਹੁਣ ਤੇ ਸਾਰੇ ਜਗਤ ਨੂੰ ਇੱਕ ਛਿਨ ਵਿੱਚ ਹੀ ਅਲੋਪ ਕਰ ਦੇਣ, ਐਸੇ ਸਮਰੱਥ ਹਨ। ਪਾਪ ਕਲਾਪ ਖਾਪ ਹਰ ਜਾਪ, ਹਰੀ ਦਾ ਜਾਪ ਬਖਸ਼ ਕਰਕੇ ਕਲਾਪ ਜਿਤਨੇ ਸਮੂਹ ਪਾਪ ਨੇ ਸਾਡੇ ਪੂਰਬਲੇ ਜਨਮਾਂ ਦੇ ਵੀ ਸਭ ਨੂੰ ਖਪਾ ਦੇਣ ਵਾਲੇ ਸਮਰੱਥ ਸਤਿਗੁਰੂ ਜੀ ਹਨ। ਦੋਹਰਾ ਗੁਰਤਾ ਗਾਦੀ ਪਰਥ ਰੇ, ਗੁਰਤਾ ਗਾਦੀ ਤੇ ਟਿਕੇ ਹਨ ਸਤਿਗੁਰੂ ਜੀ। ਤ੍ਰਿਤੀਓ ਰੂਪ ਨਵੀਨ, ਇਹ ਨਵਾਂ ਹੀ ਰੂਪ ਧੰਨ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦਾ ਤੀਸਰਾ ਰੂਪ ਜਿਹੜਾ ਪ੍ਰਕਾਸ਼ਮਾਨ ਹੋਇਆ ਹੈ। ਬੁੱਢੇ ਆਦਿਕ ਸਿੱਖ ਸਭ, ਬਾਬਾ ਬੁੱਢਾ ਸਾਹਿਬ ਜੀ ਤੋਂ ਲੈ ਕਰਕੇ ਜਿਤਨੇ ਗੁਰਸਿੱਖ ਹਨ, ਉਸਤਤ ਕਰਤ ਪਰਬੀਨ, ਤੋਂ ਪਰਬੀਨ ਸਿਆਣੇ ਹਨ ਉਸਤਤੀ ਕਰਦੇ ਹਨ ਸਤਿਗੁਰੂ ਮਹਾਰਾਜ ਦੇ। ਤਿਰਭੰਗੀ ਛੰਦ ਕਲਯੁਗ ਨਰ ਤਾਰਨ,
ਕਲਯੁਗ ਦੇ ਜੀਵਾਂ ਨੂੰ ਮਨੁੱਖਾਂ ਨੂੰ ਤਾਰਨ ਵਾਸਤੇ ਲੱਖ ਇਹ ਕਾਰਨ ਤਨ ਕੋ ਧਾਰਨ ਕੀਨ ਪ੍ਰਭੋ ਤੋ ਕਹਿੰਦੇ ਨੇ ਸਰੀਰ ਨੂੰ ਧਾਰਨ ਕੀਤਾ ਇਹ ਕਾਰਨ ਕਰਕੇ ਸਿੱਖਨ ਹਿਤਕਾਰੀ ਜਮ ਭੈ ਹਾਰੀ ਸਿੱਖਾਂ ਦੇ ਪ੍ਰੇਮੀ ਹਨ ਜੀਵਾਂ ਦਾ ਹਿਤਕਾਰੀ ਪ੍ਰੇਮ ਬਖਸ਼ਣ ਵਾਲੇ ਹਨ ਭਗਤ ਬਿਥਾਰੀ ਆਪ ਬਿਭੋ ਤੋ ਮਹਾਰਾਜ ਆਪ ਵਿਆਪਕ ਸਰੂਪ ਹਨ ਪਰਮੇਸ਼ਵਰ ਨੂੰ ਭਗਤੀ ਦਾ ਵਿਸਥਾਰ ਕੀਤਾ ਹੈ ਦਾਸਨ ਸੁਖ ਦਾਤਾ ਪੁਰਖ ਵਿਧਾਤਾ ਵਿਧਾਤਾ ਪੁਰਖ ਹਨ ਸੇਵਕਾਂ ਨੂੰ ਸੁਖ ਦੇਣ ਵਾਲੇ ਹਨ ਅੰਨ ਭੈ ਰਾਤਾ ਰੂਪ ਥਿਰੇ ਐਸੇ ਰੂਪ ਵਿੱਚ ਟਿਕੇ ਹਨ ਜਿਸ ਨੂੰ ਕਿਸੇ ਕਿਸਮ ਦਾ ਭੈ ਨਹੀਂ ਹੈ ਜੈ ਜੈ ਗੁਰਦੇਵਾ ਅਲੱਖ ਅਭੇਵਾ ਜੈ ਜੈ ਹੋਵੇ ਗੁਰੂ ਦੇਵ ਪੂਜਨਿਕ ਪ੍ਰਕਾਸ਼ ਰੂਪ ਦੀ ਅਲੱਖ ਅਭੇਦ ਪਾਉਣ ਤੋਂ ਰਹਿਤ ਹੈ ਲਖਣ ਤੋਂ ਰਹਿਤ ਮਹਾਰਾਜ ਦਾ ਸਰੂਪ ਹੈ ਸੁਰ ਨਰ ਸੇਵਾ ਦੇਵ ਹਰੇ ਤੋ ਕਹਿੰਦੇ ਦੇਵਤੇ ਵੀ ਸੁਰ ਨਰ ਮਨੁੱਖ ਵੀ ਜਿਹੜੇ ਹਨ ਇਸ ਪ੍ਰਕਾਰ ਸਾਰੇ ਹੀ ਹਰੀ ਰੂਪ ਸਤਿਗੁਰੂ ਦੀ ਸੇਵਾ ਕਰਦੇ ਹਨ ਕਲ ਕੁਲਖ ਨਿਕੰਦਨ ਜਗ ਗੁਰ ਬੰਧਨ ਜਗਤ ਦੇ ਬੰਧਨ ਕਰਨੇ ਯੋਗ ਸਤਿਗੁਰੂ ਜੀ ਕਲਯੁਗ ਦੇ ਕਲਖ ਪਾਪਾਂ ਦੇ ਤਾਂ ਕੱਟਣ ਵਾਲੇ ਸਤਿਗੁਰੂ ਜੀ ਹਨ ਤਾਰੋ ਮੰਦਨ ਕਰ ਕਰਨਾ ਤੋ ਮਹਾਰਾਜ ਕਿਰਪਾ ਕਰਕੇ ਸਾਡਾ ਪਾਰ ਉਤਾਰਾ ਕਰੋ ਜੀ ਸਭ ਹਨ ਕੇ ਸਵਾਮੀ ਅੰਤਰ ਜਾਮੀ ਸਭਨਾ ਦੇ ਸਵਾਮੀ ਮਾਲਕ ਹੋ ਅੰਤਰ ਜਾਮੀ ਘਟ ਘਟ ਦੀ ਜਾਣਨ ਹਾਰ ਹੋ ਨਿਤ ਨਿਸਕਾਮੀ ਦੁੱਖ ਦਰਨ ਤੋ ਦੁੱਖਾਂ ਨੂੰ ਦਰਨ ਵਾਲੇ ਨਿਤ ਹੀ ਮਹਾਰਾਜ ਸੋ ਆਪ ਨਿਸਕਾਮ ਹੋ ਔਰ ਇੱਛਾ ਪੂਰਨ ਸਤਰਨ ਚੂਰਨ ਦੁਸ਼ਮਣਾਂ ਦਾ ਨਾਸ ਕਰਨ ਵਾਲੇ ਇੱਛਾ ਨੂੰ ਪੂਰੀਆਂ ਕਰਨ ਵਾਲੇ ਦਾਸਨ ਤੂਰਨ ਦੇ ਸਰਨ ਤੋ ਛੇਤੀ ਹੀ ਦਾਸਾਂ ਨੂੰ ਆਪਣੀ ਸ਼ਰਨ ਦੇ ਕਰਕੇ ਤਾਰਨ ਵਾਲੇ ਹੋ ਜੈ ਜੈ ਗੁਰ ਅਮਰੰਗ ਪਤ ਸਭ ਅਮਰੰਗ ਮੇਰੇ ਸਤਿਗੁਰੂ ਜੀ ਤੁਹਾਡੀ ਜੈ ਹੋਵੇ ਜਾ ਅਮਰ ਸਤਿਗੁਰੂ ਮਹਾਰਾਜ ਸੋ ਆਪ ਜੀ ਸਾਰੇ ਅਮਰ ਦੇਵਤਿਆਂ ਦੇ ਪਤੀ ਹੋ ਸਦ ਅੱਜ ਅਮਰੰਗ ਹਮ ਪਰਨਾ ਹੇ ਮਹਾਰਾਜ ਸਾਡਾ ਆਸਰਾ ਹੋ ਇਸ ਪ੍ਰਕਾਰ ਸਦਾ ਵਾਸਤੇ ਮਹਾਰਾਜ ਤੁਸੀਂ ਅਜਾਰ ਹੋ ਜਨਮ ਤੋਂ ਰਹਿਤ ਹੋ ਪਾਦੜੀ ਛੰਦ ਇਸ ਭਾਂਤ ਸਿੱਖ ਸਭ ਸੁਤਤ ਕੀਨ ਇਉਂ ਗੁਰਸਿੱਖਾਂ ਨੇ ਉਪਮਾ ਕੀਤੀ ਸਤਿਗੁਰਾਂ ਦੀ ਇਮ ਦੇਹੋ ਦਰਸ ਹਮ ਕੋ ਪਰਬੀਨ ਇਹ ਅੰਤਰਜਾਮੀ ਇਸੇ ਤਰ੍ਹਾਂ ਸਾਨੂੰ ਦਰਸ਼ਨ ਬਖਸ਼ਦੇ ਰਹੋ ਦਾਸਨ ਮਝਾਰ ਬੈਠੋ ਸਦੀਵ ਤੋ ਆਪ ਸੇਵਕਾਂ ਸਿੱਖਾਂ ਦੀ ਸੰਗਤ ਵਿੱਚ ਬੈਠੋ ਸਦਾ ਸਭ ਕੋ ਅਲੰਬ ਅਬ ਆਪ ਥੀਵ ਸਾਰਿਆਂ ਦਾ ਆਸਰਾ ਤੁਸੀਂ ਹੁਣ ਟਿਕੇ ਹੋ ਜੀ ਸ੍ਰੀ ਨਾਨਕ ਅੰਗਦ ਰੂਪ ਦੋਏ ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਧੰਨ ਗੁਰੂ ਨਾਨਕ ਸਾਹਿਬ ਦੋਨਾਂ ਦਾ ਰੂਪ ਤੁਸੀਂ ਹੋ ਪਰ ਲੋਕ ਗਮਨ ਬੈਕੁੰਠ ਸੋਏ ਤੋ ਮਹਾਰਾਜ ਦੋ ਸਰੂਪ ਜੋ ਬੈਕੁੰਠ ਨੂੰ ਗਏ ਹਨ ਗੁਰ ਭਏ ਆਪ ਤਿੰਨ ਕੇ ਸਥਾਨ ਉਹਨਾਂ ਦੇ ਸਥਾਨ ਤੇ ਆਪ ਜੀ ਗੁਰੂ ਰੂਪ ਸੋਭਨਿਕ ਹੋਏ ਹੋ ਦੇਹੋ ਨਾਮ ਦਾਨ ਤਾਰ ਹੋ ਜਹਾਨ ਨਾਮ ਦਾ ਦਾਨ ਵੋ ਸੰਸਾਰ ਨੂੰ ਪਾਰ ਉਤਾਰਾ ਕਰੋ ਸੁਣ ਬਿਨੈ ਸਭਨ ਤੇ ਉਚਿਤ ਜੋਏ ਮੇਰੇ ਸਤਿਗੁਰੂ ਦੇ ਯੋਗ ਬੇਨਤੀ ਸੁਣ ਕਰਕੇ ਮਹਾਰਾਜ ਕਿਰਪਾ ਕੀਤੀ ਮੁਖ ਭਨਿਓ ਭਲੋ ਇਹ ਰੀਤ ਹੋਏ ਤੇ ਮੇਰੇ ਸਤਿਗੁਰਾਂ ਨੇ ਵਚਨ ਕੀਤਾ ਚੰਗਾ ਭਾਈ ਇਹੋ ਹੀ ਮਰਯਾਦਾ ਹੋਵੇ ਨਾਮਦਾਨ ਬਖਸ਼ਾਂਗੇ ਜੀਵਾਂ ਦਾ ਕਲਿਆਣ ਕਰਾਂਗੇ ਸਿੱਖਨ ਮਝਾਰ ਹਮਰੋ ਨਿਵਾਸ ਸਾਡਾ ਵਾਸਾ ਸਿੱਖਾਂ ਦੇ ਵਿੱਚ ਹੀ ਹੋਵੇ ਇਸੇ ਤਰ੍ਹਾਂ ਸੰਗਤਾਂ ਨੂੰ ਦਰਸ਼ਨ ਬਖਸ਼ਾਂਗੇ ਚਿੱਤ ਚਾਹੇ ਸਦਾ ਪੂਰ ਹੈ ਸੋ ਆਸ ਚਿੱਤ ਵਿੱਚ ਅਸੀਂ ਵੀ ਚਾਹੁੰਦੇ ਹਾਂ ਸਦਾ ਵਾਸਤੇ ਆਸਾਂ ਪੂਰੀਆਂ ਕਰਾਂਗੇ ਗੁਰਸਿੱਖ ਧਨ ਵੱਡ ਭਾਗ ਹੋਏ ਗੁਰਸਿੱਖਾਂ ਦੇ ਧਨ ਵੱਡੇ ਭਾਗ ਹੋਣਗੇ ਤਿੰਨ ਕੋ ਮਿਲਾਪ ਸਭ ਵਿਘਨ ਖੋਏ ਸੰਗਤਾਂ ਦਾ ਗੁਰਸਿੱਖਾਂ ਦਾ ਮਿਲਾਪ ਸਾਰੇ ਵਿਘਨਾਂ ਨੂੰ ਦੂਰ ਕਰਨ ਵਾਲਾ ਹੈ ਕਰ ਬਚ ਬਿਲਾਸ ਬਹੁ ਇਸ ਪ੍ਰਕਾਰ ਇਸ ਤਰੀਕੇ ਦੇ ਬਚਨ ਬਿਲਾਸ ਕੀਤੇ ਜਦੋਂ ਪੁਨ ਉੱਠਤ ਭਏ ਸ੍ਰੀ ਗੁਰ ਉਦਾਰ ਸ੍ਰੇਸ਼ਟ ਸਤਿਗੁਰੂ ਜੀ ਫਿਰ ਗੁਰਿਆਈ ਗੱਦੀ ਤੋਂ ਉੱਠ ਕੇ ਸਭਾਇਮਾਨ ਹੋਏ ਇਮ ਨਿਤਾ ਪ੍ਰਤੀ ਦਰਸ਼ਨ ਦੇਤ ਇਉਂ ਹੁਣ ਨਿਤ ਨੇਮ ਨਾਲ ਮੇਰੇ ਸਤਿਗੁਰੂ ਜੀ ਦਰਸ਼ਨ ਬਖਸ਼ਦੇ ਹਨ ਪੁਨ ਆਏ ਸੰਗਤਾਂ ਬਹੁ ਨਕੇਤ ਫਿਰ ਬਹੁਤ ਸਾਰੀਆਂ ਸੰਗਤਾਂ ਗੁਰੂ ਦੇ ਚਰਨਾਂ ਵਿੱਚ ਆਉਂਦੀਆਂ ਹਨ ਹਤ ਮੋਹ ਮਿਰਗ ਗੁਰ ਸ਼ੁਭਤ ਸਿੰਘ ਮੇਰੇ ਸਤਿਗੁਰੂ ਜੀ
ਮੋਹ ਰੂਪ ਹਰ ਨੂੰ ਮਾਰਨ ਵਾਸਤੇ ਸੋਭਦੇ ਨੇ ਸਿੰਘ ਸ਼ੇਰ ਦੀ ਨਿਆਈ। ਪਿਖ ਲਹਿ ਸੰਤੋਖ ਸੰਤੋਖ ਸਿੰਘ, ਸੰਤੋਖ ਸਿੰਘ ਕਹਿੰਦੇ ਵੀ ਦਰਸ਼ਨ ਕਰਕੇ ਸਾਨੂੰ ਸੰਤੋਖ ਮਿਲਦਾ ਐਸੇ ਸਤਿਗੁਰਾਂ ਦਾ। ਅਤੇ ਮੇਰੇ ਸਤਿਗੁਰੂ ਪਾਤਸ਼ਾਹ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ, ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣ ਆਵੈ, ਐਸੇ ਸਭ ਸ਼ਕਤੀਮਾਨ ਸਭ ਕਲਾ ਸਮਰੱਥ ਮੇਰੇ ਸਤਿਗੁਰੂ ਪਾਤਸ਼ਾਹ ਜੀ, ਸਾਨੂੰ ਵੀ ਦਰਸ਼ਨ ਬਖਸ਼ਿਸ਼ ਹੋਣ, ਸਾਨੂੰ ਵੀ ਸੰਤੋਖ ਸਿਦਕ ਆਵੇ, ਗੁਰਸਿੱਖੀ ਦੀ ਧਾਰਨਾ ਕਰਕੇ ਲੋਕ ਸੁਖੀਏ ਪਰਲੋਕ ਸਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ ਦੀਆਂ ਬਰਕਤਾਂ ਦੇ ਪਾਤਰ ਬਣੀਏ, ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ, ਦੇਹੋ ਸੱਜਣ ਅਸੀਸਣੀਆਂ, ਯਹੋਵਾ ਸਾਹਿਬ ਸੁਮੇਲ ਦੀ ਦਾਤ ਪ੍ਰਾਪਤ ਹੋਵੇ। ਇਮ ਨਿਤਾ ਪ੍ਰਤੀ ਦਰਸ਼ਨ ਦੇਤ, ਪੁਨ ਆਏ ਸੰਗਤਾਂ ਬਹੁ ਨਿਕੇਤ, ਹੱਥ ਮੋਹ ਮਿਰਗ ਗੁਰ ਸੁਭਤ ਸਿੰਘ, ਪਿਖ ਲਖ ਸੰਤੋਖ ਸੰਤੋਖ ਸਿੰਘ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।